ਕੀ ਸਮੱਸਿਆ ਤੁਸੀਂ ਉਸ ਦਿਨ ਦੱਸਿਆ ਮੇਰੇ ਖਿਆਲ 3-4 ਦਿਨ ਪਹਿਲਾਂ ਸਾਡੀ ਗੱਲ ਹੋਈ ਹੈ ਕਿ ਜੀ ਹਾਂਜੀ ਮਿਸਰੈਪ੍ਰੈਜੈਂਟੇਸ਼ਨ ਹੋ ਗਿਆ ਕਾਫੀ। ਇੱਕ ਵਾਰ ਦੁਬਾਰਾ ਰਿਪੀਟ ਕਰ ਦਿਓ ਕਿਹੜੇ ਕਿਹੜੇ ਮਿਸਰੈਪ੍ਰੈਜੈਂਟੇਸ਼ਨ ਹੈ। ਇੱਕ ਤੇ ਹੈ ਕਿ ਜਿਹੜਾ ਗੈਪ ਸ਼ੋ ਕੀਤਾ ਜਿਹੜਾ ਗਲਤ, ਇੱਕ ਤੇ ਭਾਈ ਏਜੰਟ ਨੇ ਮਤਲਬ ਉਹ ਲਾਤੀ ਸੀ ਜਿੱਦਾਂ ਮੇਰੀ ਉਹ ਫਾਈਲ ਨਹੀਂ ਸ਼ੋ ਕੀਤੀ ਉਹਨੇ ਆਪਣੀ ਹਿਸਟਰੀ ਟਰੈਵਲ ਹਿਸਟਰੀ ਆਸਟ੍ਰੇਲੀਆ ਦੀ ਜਿਹੜਾ ਮੈਂ ਗਿਆ ਸੀ ਸਟੱਡੀ ਬੇਸ ਤੇ ਗਿਆ ਸੀ ਉੱਥੇ। ਤੇ ਦੂਜਾ ਕੀ ਹੈ ਉਹਨੇ ਗੈਪ ਫਿਲ ਕਰਨ ਲਈ ਉੱਧਰ ਦਾ ਤੇ ਉਹਨੇ ਡਾਕੂਮੈਂਟਸ ਵਿਖਾਤੇ ਸੀ। ਇੱਕ ਤੇ ਆਸਟ੍ਰੇਲੀਆ ਦੀ ਹਿਸਟਰੀ ਕੰਸੀਲ ਹੋ ਗਈ ਹੈ, ਦੂਸਰਾ ਉਸ ਚੀਜ਼ ਨੂੰ ਫਿਲ ਕਰਨ ਲਈ ਉਹਨਾਂ ਨੇ ਕੀ ਸ਼ੋਅ ਕੀਤਾ ਉੱਥੇ, ਕੋਈ ਐਜੂਕੇਸ਼ਨ ਪਾਤੀ? ਮੇਰੀ ਇੰਡੀਆ ਦੀ ਗ੍ਰੈਜੂਏਸ਼ਨ ਪਾਤੀ ਸੀ ਉਹਨਾਂ। ਆਫ ਕੋਰਸ ਉਹ ਦੈਟ ਇਜ਼ ਫਰਜ਼ੀ ਹੈ ਮੇਰੇ ਕੋਲ ਲੱਗਲੀ ਹੈ ਉਹ। ਹਾਂਜੀ 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 ਓਕੇ। ਦੇਖੋ ਇਸ ਤਰ੍ਹਾਂ ਹੈ, ਦੇਖੋ ਮੈਂ ਤੁਹਾਨੂੰ ਮੈਂ ਦੱਸਦਾ, ਦੇਖੋ ਕਲੀਅਰਲੀ ਤੁਸੀਂ ਜਿਹੜੇ ਮਰਜ਼ੀ ਲਾਇਰ ਕੋਲ ਚਲੇ ਜਾਓ, ਜਿਹੜੇ ਮਰਜ਼ੀ ਤੁਸੀਂ ਕੋਈ ਬਹੁਤ ਵੱਡੇ ਉਸਤਾਦ ਕੋਲ ਚਲੇ ਜਾਓ, ਮਿਸਰੈਪ੍ਰੈਜੈਂਟੇਸ਼ਨ ਹੋ ਚੁੱਕੀ ਹੈ। ਮਿਸਰੈਪ੍ਰੈਜੈਂਟੇਸ਼ਨ ਦਾ ਕੋਈ ਤੋੜ ਨਹੀਂ ਹੈ, ਕੋਈ ਇਹਦਾ ਕੋਈ ਕਾਊਂਟਰ, ਕੋਈ ਡਰੱਗ ਨਹੀਂ ਹੈ ਬਿਮਾਰੀ ਦਾ। ਹਾਂਜੀ ਤੁਹਾਡੇ ਸਾਹਮਣੇ ਕੋਈ ਬੈਠਾ ਹੈ ਕੋਈ? ਮੇਰੇ ਸਾਹਮਣੇ ਭਾਈ ਕੋਈ ਨਹੀਂ। ਅੱਛਾ, ਮੈਂ ਕਿਹਾ ਕੋਈ ਡਿਸਟਰਬੈਂਸ ਹੋ ਰਹੀ ਹੈ ਅੱਗੇ ਪਿੱਛੇ, ਤੁਸੀਂ ਆ ਤੇ ਤੁਹਾਡਾ ਕੰਪਿਊਟਰ ਹਿੱਲ ਰਿਹਾ ਮਤਲਬ ਇਹ। ਨਹੀਂ ਭਾਈ ਮੈਂ ਫੋਨ ਤੇ ਤਾਂ ਫੜਿਆ ਨਾ ਥੋੜਾ। ਅੱਛਾ ਫੋਨ ਰੱਖ ਦਿਓ ਫਿਰ, ਜਾਂ ਤੇ ਕਿਸੇ ਕਿਸੇ ਥਾਂ ਰੱਖ ਦਿਓ ਫੋਨ, ਕੋਈ ਇਹਦਾ ਕੋਈ ਕਿਤਾਬ ਤੋਂ ਲੱਗ ਕੇ ਰੱਖ ਦਿਓ, ਹਿੱਲ ਰਿਹਾ ਫੋਨ ਐਕਚੁਅਲੀ। ਇਸੇ ਸੇ ਚਸੀਗਾ ਮੇਰੇ ਭਾਈ ਇੱਕ ਸੈਕ। ਹਾਂਜੀ ਭਾਈ ਹੁਣ ਆ ਰਹੀ ਆਵਾਜ਼? ਮੈਨੂੰ ਪ੍ਰੋਪਰ ਆ ਰਹੀ ਹੈ, ਨੋ ਪ੍ਰੋਬਲਮ, ਆਵਾਜ਼ ਮੈਨੂੰ ਆ ਰਹੀ ਹੈ। ਸੋ ਬਸ ਬਸ ਫੋਨ ਹਿਲੇ ਨਾ। ਸੋ ਪਹਿਲੀ ਗੱਲ ਮੈਂ ਤੁਹਾਨੂੰ ਇਹ ਦੱਸ ਰਿਹਾ ਸੀ ਕਿ ਮਿਸਰੈਪ੍ਰੈਜੈਂਟੇਸ਼ਨ ਹੋ ਚੁੱਕੀ ਹੈ 2 ਟਾਈਮਸ। ਸੋ ਮਿਸਰੈਪ੍ਰੈਜੈਂਟੇਸ਼ਨ ਦਾ ਜੋ ਇੱਕ ਜੋ ਇੱਕ ਕਾਨੂੰਨ ਹੈ ਉਹਦੇ ਵਿੱਚ ਜਦ ਵੀ ਉਹ ਮਿਸਰੈਪ੍ਰੈਜੈਂਟੇਸ਼ਨ ਕਰਦੇ ਹੈ, ਜਦ ਵੀ ਤੁਹਾਨੂੰ ਜਦ ਕਿਸੇ ਨੂੰ ਚਾਰਜ ਕਰਦੇ ਹੈ, ਇਮੀਗ੍ਰੇਸ਼ਨ ਚਾਰਜ ਕਰਦੀ ਹੈ, ਤੇ ਤੁਹਾਨੂੰ ਫਿਰ ਉਹ 30 ਡੇਜ਼ ਦਾ ਟਾਈਮ ਦਿੰਦੇ ਕਿ ਤੁਸੀਂ ਆਪਣੀ ਸਫਾਈ ਵਿੱਚ ਕੁਛ ਕਹਿਣਾ ਤੇ ਕਹਿ ਲਓ, ਠੀਕ ਹੈ। ਤੇ ਉਸ ਟਾਈਮ ਅਗਰ ਜੇ ਤੁਸੀਂ ਕਨਵਿੰਸ ਕਰ ਗਏ ਤੇ ਉਹਨਾਂ ਨੂੰ ਤੁਹਾਨੂੰ ਛੱਡ ਦਿੰਦੇ, ਨਹੀਂ ਤੇ ਤੁਹਾਨੂੰ ਮਿਸਰੈਪ੍ਰੈਜੈਂਟੇਸ਼ਨ ਲਾ ਦਿੰਦੇ। ਸੋ ਜੋ ਸਾਡਾ ਜਿਹੜਾ ਕੰਮ ਹੈ, ਜੋ ਅਸੀਂ ਕੇਸ ਕਰਦੇ ਹਾਂ, ਜਿਹੜਾ ਸਪਾਊਸ ਵੀਜ਼ਾ ਸਟੱਡੀ ਵੀਜ਼ਾ ਦੇ ਵਿੱਚ, ਜੇ ਕਈ ਵਾਰ ਵੀਜ਼ਾ ਆਫੀਸਰ ਦਿੱਲੀ ਵਾਲੇ ਅਗਰ ਕਿਸੇ ਨੂੰ ਮਿਸਰੈਪ੍ਰੈਜੈਂਟ ਕਰ ਦਿੰਦੇ ਕਿ ਵੀ ਅਸੀਂ ਤੁਹਾਨੂੰ ਕਰਨ ਲੱਗ ਗਏ, ਦੈਨ ਵੀ ਅਪੀਲ, ਅਸੀਂ ਉਹਨੂੰ ਅਪੀਲ ਕਰਦੇ ਹਾਂ, ਅਸੀਂ ਬਚਾਵ ਕਰਦੇ ਹਾਂ ਬੇਸਡ ਔਨ ਜੋ ਵੀ ਕੋਈ ਐਕਸਪਲੇਨੇਸ਼ਨ ਹੈ। ਲੇਕਿਨ ਤੁਹਾਨੂੰ ਉਹਨਾਂ ਨੇ ਕੁਛ ਕੀਤਾ ਨਹੀਂ ਹੈ, ਤੁਹਾਡੇ ਬਾਰੇ ਉਹਨਾਂ ਨੂੰ ਕੁਛ ਪਤਾ ਨਹੀਂ ਹੈ ਇਸ ਵਕਤ ਤੱਕ। ਸੋ ਇਹ ਤੁਸੀਂ ਅੱਜ ਫੈਸਲਾ ਕਰਨਾ ਹੈ ਅੱਜ ਕਿ ਇਹਨੂੰ ਪ੍ਰੋਸੀਡ ਕਿਵੇਂ ਕਰਨਾ ਹੈ, ਕਿਉਂਕਿ ਜੋ ਇਨਫੋਰਮੇਸ਼ਨ ਜਿਹੜੀ ਆਸਟ੍ਰੇਲੀਆ ਦੀ ਹਿਸਟਰੀ ਹੈ ਉਹ ਤੇ ਉਹਨਾਂ ਨੂੰ ਪਤਾ ਲੱਗ ਜਾਏਗੀ, ਜੇ ਅੱਜ ਨਹੀਂ ਤੇ ਕੱਲ੍ਹ ਨਹੀਂ ਤੇ ਪਰਸੋਂ, ਜਿਸ ਟਾਈਮ ਤੁਸੀਂ PR ਅਪਲਾਈ ਕਰੋਗੇ ਜਾਂ PR ਅਪਲਾਈ ਕਰਨ ਦੇ ਬਾਅਦ ਸਿਟੀਜ਼ਨਸ਼ਿਪ ਅਪਲਾਈ ਕਰੋਗੇ, ਉਹਨਾਂ ਨੇ ਤੁਹਾਡਾ ਬੈਕਗ੍ਰਾਉਂਡ ਚੈੱਕ ਕਰ ਲੈਣਾ, ਮਤਲਬ ਇੱਥੋਂ ਬਚਿਆ ਨਹੀਂ ਜਾ ਸਕਦਾ ਜਸਟ ਪਹੁੰਚਿਬਿਲਿਟੀ ਨੂੰ। ਸਰਕਾਰਾਂ ਤੇ ਡਿਪਾਰਟਮੈਂਟ ਜਿਹੜੇ ਇਹਨਾਂ ਦੇ ਜਿਹੜੇ RCMP ਹੈ, CBSA ਹੈ, ਉਹ ਕੋਈ ਬੇਫੂਫ ਨਹੀਂ ਹੈ, ਦੇ ਹੈਵ ਦ ਟੈਕਨੋਲੋਜੀ, ਉਹਨਾਂ ਨੇ ਸਾਰਾ ਆਸਟ੍ਰੇਲੀਆ ਤੋਂ ਖਿੱਚ ਲੈਣੀ ਸਾਰੀ ਇਨਫੋਰਮੇਸ਼ਨ, ਜਾਂ ਕਿਸੇ ਤਰੀਕੇ ਨਾਲ ਉਹਨਾਂ ਨੂੰ ਅਗਰ ਜੇ ਤੁਸੀਂ ਬਚ ਵੀ ਗਏ, ਅਗਰ ਇਸ ਐਪਲੀਕੇਸ਼ਨ ਬਚ ਗਏ ਤੇ ਅਗਲੀ ਐਪਲੀਕੇਸ਼ਨ ਤੇ ਫੜੇ ਜਾਓਗੇ, ਕਿਤੇ ਨਾ ਕਿਤੇ ਕੈਚ ਹੋਣਾ ਪੋਸੀਬਲ ਹੈ, ਨੰਬਰ 1। ਦੂਸਰਾ, ਜਦ ਉਹਨਾਂ ਨੂੰ ਪਤਾ ਲੱਗ ਜਾਏਗਾ ਤੇ ਫਿਰ ਉਹਨਾਂ ਨੇ ਤੁਹਾਨੂੰ ਇੱਕ ਚਾਰਜ ਕਰ ਦੇਣਾ, ਚਾਰਜ ਕਰਨ ਦੇ ਬਾਅਦ ਤੁਹਾਨੂੰ ਉਹਨਾਂ ਨੇ ਡਿਪੋਰਟੇਸ਼ਨ ਕਰ ਦੇਣਾ। ਸੋ ਫੈਸਲਾ ਤੁਸੀਂ ਅੱਜ ਇਹ ਲੈਣਾ ਹੈ ਕਿ ਤੁਸੀਂ ਚਾਹੁੰਦੇ ਹੋ ਕਿ ਵੀ ਅੱਜ ਪਤਾ ਲੱਗ ਜਾਏ ਜਾਂ ਆਪਣੇ ਆਪ ਉਹ ਪਤਾ ਲਾ ਲੈਣਗੇ ਤੁਹਾਡੇ ਬਾਰੇ 2-3 ਸਾਲ ਬਾਅਦ। ਦਿਸ ਇਜ਼ ਦਾ ਕੀ ਡਿਸੀਜਨ, ਅਦਰਵਾਈਜ਼ ਇਹਦਾ ਬਚਾਵ ਕੁਛ ਨਹੀਂ ਹੈ। ਤੁਸੀਂ ਕੋਰਟ ਚਲੇ ਜਾਓਗੇ, ਕੋਰਟ ਜਾ ਸਕਦੇ ਹੋ, ਕੋਰਟ ਜਾਣ ਦਾ ਫਾਇਦਾ ਤਾਂ ਹੈ ਜਦ ਤੁਹਾਨੂੰ ਚਾਰਜ ਕਰਦੇ, ਜਦ ਤੁਹਾਨੂੰ ਚਿੱਠੀ ਇਸ਼ੂ ਕਰਦੇ, ਜਦ ਤੱਕ ਚਿੱਠੀ ਨਹੀਂ ਇਸ਼ੂ ਕੀਤੀ ਕੋਰਟ ਜਾਣ ਦਾ ਕੋਈ ਮਤਲਬ ਨਹੀਂ, ਕੋਰਟ ਕਹੇਗਾ ਵੀ ਤੁਸੀਂ ਆਏ ਕਿਉਂ, ਵਟ ਇਜ਼ ਦਾ ਰੈਮਡੀ। ਸੋ ਇਸ ਕਰਕੇ ਕੋਰਟ ਨਹੀਂ ਜਾ ਸਕਦੇ, ਕੋਰਟ ਜਾਓਗੇ ਉੱਥੇ ਕੋਈ ਸੁਣਵਾਈ ਤੁਹਾਡੀ ਹੋਣੀ ਨਹੀਂ ਹੈ, ਬਿਕੋਜ਼ ਆਈ ਹੈਵ ਡਨ ਹੰਡਰਡਸ ਆਫ ਕੇਸਿਸ ਮੇਰੇ ਕੋਲ ਹੈ। ਕੱਲ ਵੀ ਮੈਂ ਇੱਕ ਰਾਤ ਇੱਕ ਕੁੜੀ ਨਾਲ ਗੱਲ ਕਰ ਰਿਹਾ ਸੀ, ਉਹ ਵੀ ਉੱਥੇ ਦੀ ਹੈ ਮਹਾਰਾਸ਼ਟਰ ਦੀ, ਉਹਦਾ ਹਸਬੈਂਡ ਉੱਥੇ ਬੈਠਾ ਹੈ ਆਪਣਾ ਇੰਡੀਆ, ਉਹਨੂੰ ਮਤਲਬ ਕਿ ਫਰਜ਼ੀ ਡਾਕੂਮੈਂਟ, ਫਰਜ਼ੀ ਡਿਗਰੀ ਲਾਤੀ ਉਹਨਾਂ ਨੇ ਕਿਸੇ, ਜਿਹਨੇ ਕਿਹਾ ਕਿ 30,000 ਰੁਪਏ ਉਸਮਾਨੀਆ ਯੂਨੀਵਰਸਿਟੀ ਦੀ ਫਰਜ਼ੀ ਡਿਗਰੀ ਲਾਤੀ, ਤੇ ਉਹ ਫੜੇ ਗਏ ਉੱਥੇ ਤੇ ਹੁਣ 5 ਸਾਲ ਲਈ ਬੈਨ ਹੋ ਗਿਆ। ਉਹਦਾ ਕੋਈ ਤੋੜ ਨਹੀਂ ਹੈ ਇੱਥੇ, ਮਤਲਬ ਇਹ ਨਹੀਂ ਕਿ ਵੀ ਉਸ ਚੀਜ਼ ਨੂੰ ਤੁਸੀਂ ਚੈਲੇਂਜ ਕਰ ਦਿਓ ਕਿ ਵੀ ਹਾਂ ਵੀ ਨਹੀਂ ਜੀ ਸਾਨੂੰ ਬਖਸ਼ ਦਿਓ, ਇਸ ਦੇਰ ਇਜ਼ ਨੋ ਰੈਮਡੀ, ਰੈਮਡੀ ਨਹੀਂ ਹੈ, ਰੈਮਡੀ ਸਿਰਫ ਇੰਨੀ ਹੈ ਕਿ ਇਸ ਤੋਂ ਪਹਿਲਾਂ ਕਿ ਪੁਲਿਸ ਚੋਰ ਨੂੰ ਫੜ ਲੇ ਤੇ ਚੋਰ ਪਹਿਲਾਂ ਹੀ ਆਤਮ ਸਮਰਪਣ ਕਰ ਦੇ,
ਕਿ ਵੀ ਸਾਡੇ ਤੋਂ ਗਲਤੀ ਹੋ ਚੁੱਕੀ ਹੈ ਜੀ you know I will not do this again and that's it that's what you know there are two choices either you do this on your own ya te tusi onu tusi dab ke baith jao pa ji je main confess aap karna ya te ki chances ya ke mainu ban nahi lagega dekho dekhe main tonu main dassna ida ida contrast main dassda ha je agar unna ne tonu trap kar liya phir te 100% chance hai ban lag jayega 100% theek hai जे अगर तुसी आप जाके खुलासा करके उन्होंने डिक्लेयर डिस्क्लोजर कर दोगे तो 100% तो घट है चांस दैट मीनस के इट इज नॉट 100% इट इज बिलो आई डोंट नो के 90% 85% 70% मैं इस बारे कुछ स्टैटिस्टिक्स कह नहीं सकता कि भी कितने परसेंट चांस है कि बच जाओगे लेकिन इट इज नॉट डेफिनेटली 100% कुछ एक चांस हो सकता कि शायद बचाव हो जाए शायद विच इज ऑफकोर्स नॉट अ गारंटी ठीक है तो बचाव हो भी सकता है नहीं भी हो सकता पर It all depending on their mood, उस वक्त की प्रायोरिटी की है कितना सीरियसली उन्होंने लेंगे हैं अगर सब सपोज अगर मैं तुम्हारी जगह इस वक्त मैं हुआ तो मैं मतलब एक चिट्ठी बना के एक डिस्क्लोजर बना के भी आ मेरे तो गलतियां हो चुकी हैं क्योंकि एजेंट ने एडवाइस दी है वगैरह जो भी कुछ है वो करके तुम उन्होंने इमीग्रेशन एक चिट्ठी लिख सकते हो डायरेक्टली इमीग्रेशन हेडक्वार्टर को तो ये हो गया बाकी ये सारा सिलसिला शुरू हो जाएगा क्योंकि उन्होंने तुम फिर इंटरव्यू लिए बुलाया है इतने डाउन टाउन एडमिंटन इंटरव्यू बुला के फिर देन दे डिसाइड के यू नो व्हाट डू वी डू अबाउट दिस हाँ देयर इज अ पॉसिबिलिटी कि तुम फिर भी वो बैन कर सकते हैं बैन मतलब ये है कि तुम फिर डिपोर्टेशन लग जाएगी दैट मीनस के तुम रिमूवल तुम कंट्री छोड़ना पड़ेगा फाइव ईयर्स तक तुम बाहर रहोगे पर यह भी पॉसिबिलिटी है कि तुम वो छोड़ सकते हैं क्योंकि तुम आप अपने जरूर कबूल कर रहा है सो इट इज अ पॉसिबिलिटी हो सकती है पर अगर जो तुम वो नहीं करते तो अगले कुछ साल तक तुम अपना वर्क परमिट लेके पीआर लेके तुम अगर पक्के भी हो गए तो सारी जिंदगी तुम डिप्रेशन च रहोगे एक तरफ टेंशन है डिप्रेशन है दूसरी तरफ एक रिस्क भी है लेकिन एक अपना दिल हल्का करके तुम अपना जुर्म कबूल कर सकते हो मर्जी थोड़ी है लेकिन मिसरिप्रेजेंटेशन ਦੀ ਮਤਲਬ ਤੁਸੀਂ ਲੜਾਈ ਜੋ ਜੋ ਹੈ ਕਾਨੂੰਨ ਦੀ ਲੜਾਈ ਦਾ ਅਦਾਲਤ ਤੋਂ ਜਿੱਤ ਨਹੀਂ ਸਕਦੇ ਜੀ ਭਾਈ ਤੇ ਤੁਹਾਡੇ ਕਹਿਣ ਦਾ ਮਤਲਬ ਭਾਈ ਇਹ ਗੱਲ ਛੁਪਾਈ ਜਾ ਸਕਦੀ ਕਿ ਨਹੀਂ ਮਤਲਬ ਜੇ ਥੋੜੇ ਟਾਈਮ ਹੋਰ ਮੈਂ ਕੱਢਣਾ ਚਾਹਾਂ ਮੈਨੂੰ ਲੱਗਦਾ ਨਹੀਂ ਕਿਉਂਕਿ ਮੈਨੂੰ ਬਖਸ਼ਣਗੇ ਭਾਈ ਉਹ ਤੁਸੀਂ ਤੁਸੀਂ ਛੁਪਾ ਜੇ ਜੇ ਤੁਸੀਂ ਛੁਪਾਉਣਾ ਹੈ ਦੇਖੋ ਇਸ ਵਕਤ ਤੁਹਾਨੂੰ ਪਤਾ ਹੈ ਮੈਨੂੰ ਪਤਾ ਹੈ ਕਿਸੇ ਤੀਸਰੇ ਨੂੰ ਨਹੀਂ ਪਤਾ ਹੋਪਫੁਲੀ ਨਹੀਂ ਪਤਾ ਸੋ ਜੇ ਤੇ ਤੁਸੀਂ ਅਗਰ ਛੁਪਾਉਣਾ ਹੈ ਤੇ ਇਹ ਤੁਹਾਡੇ ਰਾਜ ਦਿਲ ਤੇ ਰਹੇਗਾ ਤੁਸੀਂ ਹੁਣ ਵਰਕ ਪਰਮਿਟ ਤੇ ਆ ਗਏ ਹੋ ਨਾ ਹਾਂਜੀ ਮੈਂ ਵਰਕ ਪਰਮਿਟ ਤੇ ਭਾਈ ਮੇਰਾ ਮੈਂ ਇੱਥੇ ਹੁਣ ਸਕੈਚ 1 ਮੂਵ ਹੋਇਆ ਸੀ ਕਿਉਂਕਿ ਮੈਨੂੰ ਕਿਸੇ ਨੇ ਸਲਾਹ ਦਿੱਤੀ ਸੀ ਕਿ ਇੱਧਰ SINP ਦੇ ਵਿੱਚ ਨਾ ਮਾਰਕ ਸ਼ੀਟਾਂ ਵੈਸ ਨਹੀਂ ਹੁੰਦੀ ਤੇ ਮੈਂ ਇੱਥੇ ਆ ਗਿਆ ਸੀ ਹੁਣ ਮੈਨੂੰ ਤੇ SINP ਮੈਂ ਖਰੀਦੀ ਆ ਮਤਲਬ ਮੈਨੂੰ ਕੋਈ ਦੇ ਨਹੀਂ ਰਿਹਾ ਸੀ ਇੱਥੇ ਤੇ SINP ਲੈ ਕੇ ਤੇ ਮੇਰਾ 6-7 ਮਹੀਨੇ ਦਾ ਹੋ ਗਿਆ ਐਕਸਪੀਰੀਅੰਸ ਐਜ਼ ਅ ਸੁਪਰਵਾਈਜ਼ਰ ਲੱਗਾ ਇੱਥੇ ਤੇ ਹੁਣ ਮੈਂ ਸੋਚ ਰਿਹਾ ਸੀ ਕਿ PNP ਲਾਉਣ ਬਾਰੇ ਮਤਲਬ ਫਾਈਨਲ ਸਟੇਜ ਆ ਗਈ ਸੀ ਮਤਲਬ ਲਾ ਹੀ ਰਿਹਾ ਸੀ ਤੇ ਮੈਨੂੰ ਪਤਾ ਲੱਗ ਗਿਆ ਕਿ ਏਦਾਂ ਦਾ ਕਿਸੇ ਤੋਂ ਪਤਾ ਲੱਗਿਆ ਕਿ ਟਰੈਵਲ ਹਿਸਟਰੀ ਸ਼ੋ ਮਤਲਬ ਕਰਨੀ ਪੈਂਦੀ ਆ ਤੇ ਇਹ ਚੀਜ਼ ਮੈਂ ਪਹਿਲਾਂ ਇੰਨੀ ਗੋਰੀ ਨਹੀਂ ਮੈਨੂੰ ਲੱਗਿਆ ਸ਼ਾਇਦ ਇੰਨਾ ਕੋਈ ਰਿਸਕ ਨਹੀਂ ਹੈਗਾ ਇਹਦਾ ਏਜੰਟ ਨੇ ਵੀ ਪਿੱਛੇ ਨਹੀਂ ਦੱਸਿਆ ਏਦਾਂ ਦਾ ਕੋਈ ਗੱਲ ਕਿ ਏਦਾਂ ਵੀ ਰਿਸਕ ਹੋ ਸਕਦਾ ਹੈ ਕਿ ਉਹਨਾਂ ਤੇ ਲਾ ਦਿੱਤੀ ਬਸ ਲਾਉਣ ਦੀ ਕੀਤੀ ਹੈ ਏਜੰਟਾਂ ਨੂੰ ਨੌਲੇਜ ਨਹੀਂ ਹੈ ਏਜੰਟਾਂ ਨੂੰ ਤੇ ਹੁੰਦਾ ਕਿ ਮੈਂ ਕੋਈ ਕ੍ਰਾਈਮ ਨਹੀਂ ਕਰਕੇ ਆਇਆ ਮੈਂ ਕੁਛ ਨਹੀਂ ਕਰਕੇ ਆਇਆ ਉੱਥੇ ਮੈਂ ਜਦਾਂ ਗਿਆ ਸੀ ਮਤਲਬ ਸਟੱਡੀ ਤੇ ਮੇਰਾ ਮਨ ਨਹੀਂ ਲੱਗਾ ਮੈਂ ਆ ਗਿਆ ਵਾਪਸ ਤੇ ਬਸ ਉਹ ਚੀਜ਼ ਅਗਰ ਮੈਂ ਸ਼ੋ ਕਰ ਦਿੰਦਾ ਤੇ ਅੱਜ ਮੈਨੂੰ ਇਹ ਦਿਨ ਨਾ ਦੇਖਣਾ ਪੈਂਦਾ ਨਹੀਂ ਚਲੋ ਉਹਦੇ ਚਲੋ ਆਸਟ੍ਰੇਲੀਆ ਦੀ ਹਿਸਟਰੀ ਮੈਂ ਮੰਨ ਗਿਆ ਉਹ ਤੇ ਚਲੋ ਜੇ ਅਗਰ ਲੋਡ ਹੁੰਦੀ ਤੇ ਮੈਂ ਵੀ ਤੁਹਾਨੂੰ ਚਿੱਠੀ ਲਿਖ ਕੇ ਤੁਹਾਨੂੰ ਉਹਨਾਂ ਦੱਸ ਸਕਦਾ ਕਿ ਆਸਟ੍ਰੇਲੀਆ ਹਿਸਟਰੀ ਮਿਸ ਕਰ ਗਿਆ ਇਟ ਇਜ਼ ਅ ਸਮਾਲ ਥਿੰਗ ਪਰ ਇਹ ਦੂਸਰਾ ਜਿਹੜਾ ਹੈ ਨਾ ਦੂਸਰਾ ਫਰਜ਼ੀ ਡਾਕੂਮੈਂਟ ਲਾ ਕੇ ਤੁਹਾਡਾ ਗੈਪ ਫਿਲ ਕੀਤਾ ਉਹ ਜ਼ਿਆਦਾ ਸੀਰੀਅਸ ਹੈ ਮੇਰੇ ਹਿਸਾਬ ਨਾਲ ਜਿਹੜਾ ਜਿਹੜਾ ਇੱਕ ਰੋਂਗ ਡਾਕੂਮੈਂਟ ਰੋਂਗ ਡਿਗਰੀ ਜਾਂ ਰੋਂਗ ਕੁਆਲੀਫਿਕੇਸ਼ਨ ਲਾ ਕੇ ਉਹਨੂੰ ਫਿਲਅਪ ਕੀਤਾ ਨਾ ਉਹਦੀ ਲੋਡ ਨਹੀਂ ਸੀ ਐਕਚੁਅਲੀ ਯਾਰ ਤੁਸੀਂ ਹੁਣ ਅੱਜ ਦੇਖੋ ਅੱਜ ਤੁਸੀਂ ਬੈਠੇ ਹੋ ਉਹਦੀ ਲੋਡ ਨਹੀਂ ਸੀ ਜੇ ਵੀਜ਼ਾ ਲੱਗਣਾ ਹੁੰਦਾ ਤੇ ਉਹਦੇ ਬਗੈਰ ਵੀ ਸ਼ਾਇਦ ਲੱਗ ਸਕਦਾ ਸੀ ਉਹ ਕਹਿੰਦੇ ਤੇਰੀ ਪਰਸੈਂਟੇਜ ਘੱਟ ਸੀ ਤੇ ਆਸਟ੍ਰੇਲੀਆ ਦਾ ਦਿਖਾਏਗਾ ਮੇ ਬੀ ਚਾਂਸਸ ਘੱਟ ਹੋ ਜਾਣ ਕਿਉਂਕਿ ਤੂੰ ਉਧਰ ਨੂੰ ਆ ਗਿਆ ਵਾਪਸ ਉਹਨਾਂ ਨੂੰ ਲੱਗੇਗਾ ਮਤਲਬ ਉਹਨਾਂ ਨੇ ਇੱਦਾਂ ਦਾ ਮੈਨੂੰ ਗਾਈਡ ਕੀਤਾ ਤੇ ਰੋਂਗ ਇਨਫੋਰਮੇਸ਼ਨ ਦੇ ਕੇ ਮੈਨੂੰ ਕਹਿੰਦੇ ਮੈਂ ਚਲੋ ਮੈਂ ਉਹ ਭਾਈ ਮੈਨੂੰ ਇਹ ਨੌਲੇਜ ਨਹੀਂ ਹੈਗੀ ਸੀ ਹਨਾ
ਤੇ ਮੈਂ ਕਿਹਾ ਚਲੋ ਜਦ ਤਾਂ ਤੁਹਾਨੂੰ ਸਹੀ ਲੱਗੇ। ਮੰਨੇ ਮਤਲਬ ਮੰਨੇ ਹੋਏ ਆ ਉੱਧਰ ਰੁਦਰਪੁਰ ਸਾਡੇ ਏਜੰਟ ਜਿਹੜੇ ਆ, ਤੇ ਜਦੋਂ ਕਹੀ ਗਏ ਅਸੀਂ ਹਾਂ ਹਾਂ ਕਰੀ ਗਏ ਬਸ। ਸਰ ਜੀ ਮੰਨੇ ਹੋਏ ਆ ਨਹੀਂ ਹੈ, ਉਹ ਤੇ ਦੁਨੀਆ ਨੇ ਮੰਨ ਜਾਣਾ ਉਹਦੀ ਗੱਲ, ਉਹ ਮੰਨੇ ਹੋਣਗੇ ਆਪਣੇ, ਉਹਨਾਂ ਨੂੰ ਐਕਚੁਅਲੀ ਇਸ ਤਰ੍ਹਾਂ ਦੀ ਇਸ ਤਰ੍ਹਾਂ ਦੀ ਕਾਨੂੰਨ ਦੇ ਬਾਰੇ ਨਾ ਕੋਈ ਡਰ ਹੈ ਨਾ ਕੋਈ ਐਪਰੀਸੀਏਸ਼ਨ ਹੈ ਕਿ ਅਗਲਾ ਜਦ ਜਾਏਗਾ ਤੇ ਕੀ ਹੋਗਾ। ਇਸ ਤਰ੍ਹਾਂ ਬਹੁਤ ਸਾਰੇ ਹਜ਼ਾਰੋਂ ਲੋਕ ਸਟੂਡੈਂਟ ਜਿਹੜੇ ਇੰਡੀਆ ਤੋਂ ਆ ਰਹੇ ਹੈ, ਗਲਤ ਇਨਫੋਰਮੇਸ਼ਨ ਕਰਕੇ ਆਏ, ਉਹਨਾਂ ਨੂੰ ਆਈਡੀਆ ਨਹੀਂ ਹੈ ਕਿ ਵੀ ਇੱਥੇ ਲੌਂਗ ਟਰਮ ਤੁਹਾਨੂੰ ਕਿਹੜੇ ਤੇਰੇ ਇੱਥੇ ਨੁਕਸਾਨ ਤੁਹਾਨੂੰ ਝੱਲਣੇ ਪੈਣਗੇ ਸਕਦੇ ਆ ਇੱਥੇ। ਸੋ ਦੇਖੋ ਇਸ ਤਰ੍ਹਾਂ ਹੈ ਕਿ ਤੁਹਾਡਾ ਜਿਹੜਾ ਓਰੀਜਨਲ ਸਵਾਲ ਹੈ ਕਿ ਵੀ ਤੁਸੀਂ ਇਹਨੂੰ ਇਹਨੂੰ ਦੱਬ ਕੇ ਤੁਸੀਂ ਟਾਈਮ ਕਰ ਸਕਦੇ ਹੋ, ਯੈਸ ਤੁਸੀਂ ਅਗਰ ਜੇ ਕੰਮ ਕਰ ਰਹੇ ਹੋ SINP ਵੀ ਤੁਹਾਨੂੰ SINP ਜਿਹੜੇ ਹੈ ਨਾ SINP ਵਾਲੇ ਤੁਹਾਡੀ ਟਰੈਵਲ ਹਿਸਟਰੀ ਨਹੀਂ ਚੈੱਕ ਕਰਨਾ, SINP ਨੇ ਤੁਹਾਨੂੰ ਨੋਮੀਨੇਸ਼ਨ ਦੇ ਦੇਣਾ। ਨੋਮੀਨੇਸ਼ਨ ਹੁੰਦਾ ਹੈ ਕਿਉਂਕਿ ਇਹ ਪ੍ਰੋਵਿੰਸ਼ਲ, ਇੱਥੇ ਫੈਡਰਲ ਨਾਲ ਕੋਈ ਕਨੈਕਸ਼ਨ ਨਹੀਂ ਹਾਲੇ, ਤੇ ਮੇਬੀ ਇਟ ਵਿਲ ਟੇਕ 3 months ਔਰ 4 months, ਮੈਨੂੰ ਪਤਾ ਨਹੀਂ ਅੱਜ ਕੱਲ੍ਹ SINP ਸ਼ਾਇਦ 6 ਮਹੀਨੇ ਜਾਂ ਉਸ ਤੋਂ ਲੈਸ, ਮਤਲਬ ਕਿ ਤੁਹਾਨੂੰ ਵਿਦਿਨ 4 to 6 months ਤੁਹਾਨੂੰ SINP ਮਿਲ ਜਾਏਗਾ। ਪ੍ਰੋਬਲਮ ਹੈ ਕਿ SINP ਦੇ ਬਾਅਦ ਤੁਹਾਨੂੰ ਫਿਰ ਜਿਹੜੇ ਫਾਰਮ ਭਰਨੇ ਆ, ਜਿਹੜੇ ਫੈਡਰਲ ਫਾਰਮ ਭਰਨੇ ਆ, ਜਿਹੜੇ ਇਮੀਗ੍ਰੇਸ਼ਨ ਫਾਰਮ ਭਰਨੇ ਆ, ਉਹਦੇ ਤੁਹਾਨੂੰ ਫਾਰਮ ਭਰਨੇ ਹੀ ਪੈਣਗੇ ਕਿਉਂਕਿ PR ਤੇ ਉਹ ਤੋਂ ਥਰੂ ਹੀ ਮਿਲੇਗੀ। SINP ਨੇ ਆਪਣਾ ਕੰਮ ਕਰ ਦੇਣਾ, ਲੇਕਿਨ ਜਿਹੜੀ PR ਮਿਲਣੀ ਹੈ ਉਹ ਫੈਡਰਲ ਗਵਰਨਮੈਂਟ ਤੋਂ ਮਿਲਣੀ ਹੈ। ਹਾਂਜੀ ਹਾਂਜੀ, ਹੁਣ ਫੈਡਰਲ ਗਵਰਨਮੈਂਟ ਤੋਂ ਮਤਲਬ ਇਹ ਹੈ ਕਿ ਉੱਥੇ ਤੁਸੀਂ ਆਪਣੇ ਕਲਾਇੰਟ ID ਪਾਓਗੇ, ਸਾਰੀ ਇਨਫੋਰਮੇਸ਼ਨ ਦਿਓਗੇ, ਉਹ ਸਾਰੀ ਮੁੜ ਕੇ ਇਨਫੋਰਮੇਸ਼ਨ ਫਿਰ ਆਟਵਾ ਜਾਏਗੀ, ਠੀਕ ਹੈ ਨਾ। ਆਟਵਾ ਵਾਲੇ ਫਿਰ ਉਹ ਦੇਖਣਗੇ ਕਿ ਹਾਂ ਇਹ ਬੰਦਾ ਕਿਸ ਤਰ੍ਹਾਂ ਆਇਆ, ਇਹਦਾ ਓਰੀਜਨਲ ਵੀਜ਼ਾ ਕਿੱਥੋਂ ਮਿਲਿਆ, ਉਸ ਟਾਈਮ ਐਟ ਦ ਟਾਈਮ ਆਫ ਯੂ ਨੋ ਨਿਊ ਦਿੱਲੀ ਉਸ ਟਾਈਮ ਐਪਲੀਕੇਸ਼ਨ ਤੁਸੀਂ ਲਿਖਿਆ ਸੀ, ਉਹ ਸਾਰਾ ਮੈਚ ਅਪ ਹੋ ਜਾਏਗਾ। ਸੋ ਇਟ ਇਜ਼ ਜਸਟ ਅ ਮੈਟਰ ਆਫ ਟਾਈਮ, ਮਤਲਬ ਅਸੀਂ ਇਸ ਚੀਜ਼ ਨੂੰ ਥੋੜ੍ਹਾ ਮੁਲਤਵੀ ਕਰ ਰਹੇ ਹਾਂ, ਪੋਸਟਪੋਨ ਕਰ ਰਹੇ ਹਾਂ ਕਿ ਵੀ ਅੱਜ ਤਲਵਾਰ ਵੀ ਲਟਕ ਰਹੀ ਜੀ, ਅੱਜ ਤਲਵਾਰ ਨੂੰ ਪਾਸੇ ਕਰਤਾ ਜੀ, ਫਿਰ ਆ ਜਾਏਗੀ, ਫਿਰ ਆ ਜਾਏਗੀ, ਇਟ ਵਿਲ ਆਫ ਕਮ ਆਫਟਰ ਫਿਊ ਮੋਰ ਡੇਜ਼। ਸੋ ਜਿਹੜਾ ਤੁਹਾਡਾ ਸਵਾਲ ਹੈ ਕਿ ਕੁਛ ਟਾਈਮ ਤੁਸੀਂ ਕਰ ਸਕਦੇ ਹੋ, ਯੈਸ ਉਹਨੂੰ ਤੁਸੀਂ ਪੋਸਟਪੋਨ ਕਰ ਸਕਦੇ ਹੋ, ਬਾਕੀ ਤੇ ਮੇਰੇ ਖਿਆਲ ਹੈ ਕਿ ਇਹਨੂੰ ਲੰਬੇ ਟਾਈਮ ਤੋਂ ਪੋਸਟਪੋਨ ਕਰਨਾ ਪੋਸੀਬਲ ਨਹੀਂ ਹੈ। ਅਕੋਰਡਿੰਗ ਟੂ ਵਟ ਆਈ ਨੋ ਅਬਾਊਟ ਲਾ, ਵਟ ਆਈ ਨੋ ਅਬਾਊਟ ਇਮੀਗ੍ਰੇਸ਼ਨ ਕੇਸਿਸ, ਇਹਨੂੰ ਪੋਸਟਪੋਨ ਕਰਨਾ ਲੌਂਗ ਟਰਮ ਜਾਂ ਪਰਮਾਨੈਂਟਲੀ ਉਹ ਪੋਸੀਬਲ ਨਹੀਂ ਹੈ। ਹਾਂ ਜੇ ਤੇ ਅਗਰ ਤੁਸੀਂ ਆਏ ਹੋ ਕਰਜ਼ਾ ਲੈ ਕੇ, ਤੰਗੀ ਹੈ ਘਰ ਦੀ, ਕੋਈ ਪ੍ਰੋਬਲਮ ਹੈ, ਤੁਹਾਡੇ ਕੋਲ ਵਰਕ ਪਰਮਿਟ ਹੈ, ਤੁਹਾਡੇ ਜਿਹੜੇ ਉਹ ਵਾਈਫਾਈ ਕੱਟ ਰਹੇ ਆ ਮੇਰੇ ਖਿਆਲ, ਆਵਾਜ਼ ਉਹ ਫੋਟੋ ਨਹੀਂ ਆ ਰਹੀ ਸੀ, ਵਾਈਫਾਈ ਹੈਲੋ ਵਾਈਫਾਈ ਭਾਈ ਥੋੜਾ ਜਿਹਾ ਪਤਾ ਨਹੀਂ ਕੀ ਅੱਜ ਹੋ ਰਿਹਾ, ਸਲੋ ਹੋ ਰਿਹਾ। ਹਾਂ ਵਾਈਫਾਈ ਸਲੋ ਹੈ ਤੁਹਾਡੀ, ਜਿਹੜੀ ਫੋਟੋ ਪ੍ਰੋਪਰ ਨਹੀਂ ਆ ਰਹੀ। ਐਨੀਵੇ ਸੋ ਮੈਂ ਇਹ ਤੁਹਾਨੂੰ ਕਹਿ ਰਿਹਾ ਸੀ ਕਿ ਜੇ ਤੇ ਤੁਸੀਂ ਅਗਰ ਇੱਥੇ ਰਹਿ ਕੇ ਅਗਰ 2 ਪੈਸੇ, ਤੁਹਾਡੇ ਕੋਲ ਵਰਕ ਪਰਮਿਟ ਹੈ 2 ਸਾਲ ਦਾ 3 ਸਾਲ ਦਾ? 2 ਸਾਲ ਦਾ ਹੈਗਾ ਭਾਈ। 2 ਸਾਲ ਦਾ ਹੈ। ਸੋ 2 ਸਾਲ ਜੇ ਤੁਸੀਂ ਅਗਰ ਕੋਈ ਪੈਸਾ ਕਮਾਉਣਾ ਹੈ, ਜੇ ਕੰਮ ਕਰਨਾ ਹੈ ਤੇ ਕਰੀ ਚਲੋ, ਮੇਰੇ ਖਿਆਲ ਨਾਲ ਕਿ ਤੁਸੀਂ ਅਗਰ ਜੇ PR ਅਪਲਾਈ ਕਰੋਗੇ ਤੇ ਫਿਰ ਟਰੈਪ ਹੋ ਜਾਓਗੇ, ਐਸ ਫਾਰ ਐਸ ਆਈ ਕੈਨ ਟੈਲ ਯੂ ਇਟ ਵਿਲ ਯੂ ਵਿਲ ਬੀ ਟਰੈਪ। ਸੋ ਅਗਰ ਜੇ PR ਦੀ ਤੁਸੀਂ ਅਗਰ ਜੇ ਆਸ ਛੱਡ ਦਿਓ, 2 ਸਾਲ ਚੁੱਪ ਕਰਕੇ ਆਪਣਾ ਕੰਮ ਕਰ ਲਓ, ਜਾਂ ਉਹਦੇ ਬਾਅਦ ਮਤਲਬ ਕਿ ਅਗਰ ਜੇ ਹੋਰ ਵੀ LMI ਲੈ ਕੇ ਕੰਮ ਕਰਨਾ ਹੈ, ਦੱਬ ਕੇ ਆਪਣਾ ਕੰਮ ਕਰਕੇ ਪੈਸਾ ਪੂਸਾ ਕਮਾ ਲਓ 2 ਸਾਲ 3 ਸਾਲ ਦਾ, ਵਟ ਐਵਰ ਟਾਈਮ ਯੂ ਹੈਵ। ਸੋ ਉਹਦੇ ਬਾਅਦ ਫਿਰ ਆਪਣਾ ਕਿਸੇ ਹੋਰ ਯੂ ਨੋ ਵਟ ਐਵਰ ਯੂ ਡਿਸਾਈਡ, ਕਿਉਂਕਿ ਇੱਥੇ PR ਕਰੋਗੇ ਤੇ ਤੁਹਾਨੂੰ ਉਹ ਫੇਸ ਟੂ ਫੇਸ ਦੁਸ਼ਮਣ ਤੁਹਾਡੇ ਸਾਹਮਣੇ ਆ ਜਾਏਗਾ। ਹਾਂਜੀ ਹਾਂਜੀ, ਤੇ LMI ਲੈ ਕੇ ਭਾਈ ਵਧਾ ਸਕਨੇ ਵੀਜ਼ਾ ਹੋਰ ਅੱਗੇ ਦਾ? ਹਾਂ ਤੁਹਾਡੀ ਮਰਜ਼ੀ ਹੈ, LMI ਇਹਦੇ ਬਾਅਦ ਜਿਹੜਾ PG ਵਰਕ ਪਰਮਿਟ ਦੇ ਬਾਅਦ ਖਤਮ ਹੋ ਜਾਏਗਾ, LMI ਲੈ ਕੇ ਆਪਣਾ ਫਿਰ ਐਗਜ਼ਾਮਪਲ ਐਨਈ ਪੱਕੇ ਐਕਸਟੈਂਡ ਕਰ ਸਕਦੇ ਵਰਕ ਪਰਮਿਟ ਨੂੰ? ਹਾਂਜੀ ਐਕਸਟੈਂਡ ਨਹੀਂ ਹੋ ਸਕਦਾ ਭਾਈ ਜਿਹੜਾ? ਨਹੀਂ ਉਹ ਨਹੀਂ, ਇਹ ਓਪਨ ਵਰਕ ਪਰਮਿਟ ਹੈ ਨਾ, ਇਹ ਤੇ ਐਕਚੁਅਲੀ PG ਵਰਕ ਪਰਮਿਟ ਹੈ। PG ਵਰਕ ਪਰਮਿਟ ਜਿੰਨੀ ਤੁਸੀਂ ਪੜ੍ਹਾਈ ਕੀਤੀ ਹੈ, ਪੜ੍ਹਾਈ ਦੇ ਮੁਤਾਬਿਕ ਉਹਨਾਂ ਨੇ ਤੁਹਾਨੂੰ ਦੇ ਦੇਣਾ, ਉਹਦੇ ਬਾਅਦ ਇਹ ਦੁਬਾਰਾ ਐਕਸਟੈਂਡ ਨਹੀਂ ਹੋ ਸਕਦਾ, ਮਤਲਬ ਇਹ 1 ਟਾਈਮ ਹੁੰਦਾ ਲਾਈਫ ਦਾ। ਅੱਛਾ ਅੱਛਾ, ਹਾਂ LMI ਦੇ ਭਾਈ ਬਹੁਤ ਮਤਲਬ ਇੱਥੇ ਪੈਸੇ ਚਾਰਜ ਕਰਦੇ LMI ਦੇ ਵੀ ਫ੍ਰੀ ਚ ਕੋਈ ਦੇਣ। ਆਈ ਨੋ, ਇਹੀ ਤਾਂ ਪ੍ਰੋਬਲਮ ਹੈ, ਤਾਂ ਹੀ ਤਾਂ ਸਰਕਾਰ ਦੀ ਸਕੀਮ ਹੈ ਕਿ ਬਈ ਜਿਹੜਾ ਤੁਹਾਡੇ ਕੋਲ ਪੋਸਟ ਗ੍ਰੈਜੂਏਟ ਵਰਕ ਪਰਮਿਟ ਹੈ, ਉਸ ਟਾਈਮ ਨੂੰ ਯੂਟੀਲਾਈਜ਼ ਕਰਕੇ ਤੁਸੀਂ PR ਬਣ ਜਾਓ ਕਿ ਤੁਹਾਨੂੰ LMI ਦੀ ਲੋੜ ਨਾ ਪਏ। ਪਰ ਤੁਹਾਡਾ ਕੇਸ ਤੇ ਯੂਨੀਕ ਹੈ ਨਾ, ਬਹੁਤ ਸਾਰੇ ਸਟੂਡੈਂਟ ਹੈ ਜਿਹੜੇ ਤੁਹਾਡੇ ਵਰਗੇ ਆਏ ਹੋਏ ਹੈ, ਉਹ ਇਸ 2 ਸਾਲ ਨੂੰ ਯੂਜ਼ ਕਰਕੇ ਆ, ਈਵਨ 3 ਇਅਰਸ ਯੂਜ਼ ਕਰਕੇ। ਭਾਈ ਮੇਰੇ ਕਈ ਜਾਣਨ ਦੇ ਵਿੱਚ ਫੇਕ ਮਾਰਕਸ਼ੀਟਾਂ ਲਾ ਕੇ ਆਏ ਆ, ਬਟ ਉਹ ਤੇ ਹੋ ਗਏ PR, ਉਹਨਾਂ ਤੋਂ ਕੋਈ ਚੱਕਰ ਹੀ ਨਹੀਂ ਪਿਆ। ਮਾਰਕਸ਼ੀਟ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਿਆ ਨਾ ਕਿ ਮਾਰਕਸ਼ੀਟ, ਦੇਖੋ ਸਾਰੀ ਦੁਨੀਆ ਚੋਰੀ ਕਰ ਰਹੀ, ਇਹਦਾ ਮਤਲਬ ਇਹ ਨਹੀਂ ਕਿ ਆਪਾਂ ਵੀ ਕਰ ਰਹੀ ਹੈ। ਉਹ ਫਰਜ਼ੀ ਡਾਕੂਮੈਂਟ ਜਾਂ ਮਾਰਕਸ਼ੀਟ ਉਹਨਾਂ ਨੇ ਲਾਈ ਹੈ, ਠੀਕ ਹੈ, ਜਦੋਂ ਉਹ ਟਰੈਪ ਹੋ ਜਾਣਗੇ ਪਤਾ ਲੱਗ ਜਾਏਗਾ ਉਹਨਾਂ ਨੂੰ, ਜੇ ਅਗਰ ਨਹੀਂ ਹੁੰਦੇ ਟਰੈਪ ਦੈਟਸ ਫਾਈਨ। ਲੇਕਿਨ ਟਰੈਵਲ ਹਿਸਟਰੀ ਇੱਕ ਹੋਰ ਚੀਜ਼ ਹੈ, ਟਰੈਵਲ ਹਿਸਟਰੀ ਜੇ ਤੁਸੀਂ ਦੁਬਾਰਾ, ਤੁਹਾਨੂੰ ਮੈਂ ਦੱਸਿਆ ਨਾ ਕਿ
देखो इस चीज नू इस झूठ नू तुसी अगर कंटिन्यू कर लोगे लेट से कि तुसी पीआर एप्लीकेशन फाइल कर दो जे इस चीज नू दोबारा तुसी ना दसोगे सारा अपना जो मेंटेन करो इट इज वेरी पॉसिबल कि हो सकता कि बाय किस्मत या बाय हुक्म करो कि वो चीज शायद क्लियर हो जाए तुहानू पीआर भी मिल जाए लेकिन पीआर तुहाडे जेब च होएगा पीआर कार्ड तुहाडे कोल है कल नू हो सकता है जे हो सकता है कि तुम्हारी किस्मत है तुम ना ट्रैप हो यू नो इट कैन कंटिन्यू पर तुम्हारे सिर पे मतलब ये वो रहेगी स्ट्रेस रहेगा कि भाई जे अगर किस कुछ हो जाएगा फिर की करोगे जे अगर तुम इन्ना अगर इन्ना रिस्क ले, ले लेना ले सकते हो तो रिस्क तुम्हारी मर्जी है नहीं जदा हुण मैं ट्रैवल हिस्ट्री बारे दस दिना इन्हां नूं ते मैं आ हाइड कर लां कि मैं ओहदे बारे ते इन्हां ने ओह चैक कर सकदे भाई अपना मार्कशीटां क्योंकि मैं ओहदे वैस होणी नहीं ओहदी नहीं वैस होना नहीं होना देखो उन्होंने कोई बहाने की लोड नहीं है कि भी इस बहाने असी चेक करना है अगर उन्होंने नोटिस या जैन से कुछ आ गया कि भी हाँ ये चेक करो जी दे कैन चेक अदरवाइज ना चेक करो तो ना कुछ भी ना चेक करो तो हाथी लंघ जाते फिर तो पता ही लगता कि पूरी के जिस वे पूछ निकलती है तो कहते हाँ चेक कर ली हाथी भी सो अदरवाइज मतलब के तुम प्रडिक्ट नहीं कर सकते कि थोड़ी एप्लीकेशन चेक होगी नहीं होगी बाकियों की हो रही है जिस तरह बाकिया हो रही थोड़ी भी हो रही है ये तो अपनी आत्मा है कॉन्शियस है जे तुम उस चीज़ को बेयर कर सकते हो जे तुम उन्होंने सहन कर सकते हो तो मर्जी है तुम प्रोसीड कर लो तो हो सकता कि पी आर भी मिल जाए लेकिन वो एक जब रात को सौंगे जब रात को आराम करोगे कुछ करोगे तो दिल से जरूर रहेगा कि हाँ ये चीज़ है कि कि लोगों को पता ना लग जाए ऑफिशियली डिकलेयर ना हो हाँ जी हाँ जी तो अगर अगर उन्ना अगर उन्ना तुसी स्ट्रेस ले सकते हो देन देन यू नो द डिसीजन इज क्लियर विद यू हां जी हां जी तुसी पढ़ाई की कीती है इथे मैं भाई हॉस्पिटैलिटी मैनेजमेंट अच्छा ते जॉब किसी कर रहे हुण मैं इथे भाई जीपी पिज़्ज़ा अपने कोकिया मतलब एज अ पिज़्ज़ा मेकर हां हां जी पिज़्ज़ा मेकर पिज़्ज़ा मेकर अच्छा ते वो एनओसी मतलब एनओसी की है कुक है या व्हाट इज शेफ है किचन है व्हाट इज सुपरवाइजर भाई सुपरवाइजर मतलब काम सारा ही कराते हैं सुपरवाइजर शो कर दे अच्छा अच्छा किथे है तुझे एडमंटन हो मैं भाई लॉयड च अच्छा लॉयड मींस लॉयड मिनिस्टर हो हां जी ते तुझे उस दिन कह रहे थे तुझे एडमंटन आए हो शायद मैं भाई भरा को गया सी अपने भरा हैगा उथे अच्छा उस दिन अच्छा एक दिन ले आया उसे अच्छा एक दिन तुम्हारा ब्रदर है रियल ब्रदर ਨੇ ਕਜ਼ਨ ਹੈ ਮੇਰਾ ਭਾਈ ਉਹ ਵੀ ਆਇਆ ਇੱਥੇ ਸਟੱਡੀ ਲਈ ਅੱਛਾ ਐਡਮਿਟਡ ਹੈ ਅੱਛਾ ਅੱਛਾ ਹਾਂਜੀ ਹਾਂਜੀ ਅੱਛਾ ਲਾਇਡ ਮਿਨਿਸਟਰ ਅੱਛਾ ਸੋ ਆ ਬਾਕੀ ਮੈਰਿਡ ਹੋ ਨਹੀਂ ਸਿੰਗਲ ਨਹੀਂ ਮੈਂ ਸਿੰਗਲ ਹਾਂ ਭਾਈ ਅੱਛਾ ਅੱਛਾ ਤੁਸੀਂ ਉਸ ਦਿਨ ਕਹਿ ਰਹੇ ਸੀ ਸ਼ਾਇਦ ਕਿ ਸਿਟੀਜ਼ਨ ਜਾਂ ਕੁਝ ਕਹਿ ਰਹੇ ਸੀ ਨਾ ਕੁਝ ਦਾ ਇਹ ਵੀ ਮੈਂ ਪੁੱਛ ਰਿਹਾ ਸੀ ਜਿੱਦਾਂ ਭਾਈ ਅਗਰ ਸਿਟੀਜ਼ਨ ਕੁੜੀ ਮਿਲ ਜਾਂਦੀ ਆ ਵਿਆਹ ਕਰਾ ਲੈਣਾ ਮੈਂ ਇੱਥੇ ਕੋਈ ਰਿਸ਼ਤੇ ਆ ਰਹੇ ਸੀ ਇੰਡੀਆ ਤੋਂ ਵੀ ਤੇ ਇੱਥੇ ਵੀ ਕੋਈ ਪੁੱਛ ਰਹੇ ਸੀ ਤੇ ਉਹਦੇ ਬਿਹਾਫ ਤੇ ਮੈਂ ਫਾਈਲ ਲਾਵਾਂ ਤੇ ਮੈਂ ਆਪਣੀ ਟਰੈਵਲ ਹਿਸਟਰੀ ਦੱਸਦਾ ਉਹ ਮੈਂ ਉਹ ਤੇ ਮੈਨੂੰ ਪਤਾ ਲੁਕਣੀ ਨਹੀਂ ਹੈਗੀ ਮੈਨੂੰ ਦੱਸਣੀ ਪੈਣੀ ਆ ਤੇ ਮੈਂ ਟਰੈਵਲ ਹਿਸਟਰੀ ਵਿਆਹ ਕਰਕੇ ਦੱਸਦਾ ਮੇਰੇ ਡਾਕੂਮੈਂਟ ਫਿਰ ਨਾ ਚੈੱਕ ਹੋਣ ਮਤਲਬ ਸਟੱਡੀ ਦੇ ਨਾਲ ਚੈੱਕ ਹੋਣ ਨਹੀਂ 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 ਚੈੱਕ ਤੇ ਹੋਏਗਾ ਜੋ 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 ਵੀ ਪੀ ਆਰ ਐਪਲੀਕੇਸ਼ਨ ਜੋ ਵੀ ਲਾਏਗਾ ਨਾ ਉਹਦਾ ਚੈੱਕ ਤੇ ਹੋਣਾ ਚਾਹੀਦਾ ਉਹਦਾ ਬੈਕਗਰਾਉਂਡ ਚੈੱਕ ਤੇ ਹੋਏਗਾ ਉਹਦੀ ਟਰੈਵਲ ਹਿਸਟਰੀ ਵਗੈਰਾ ਉਹ ਚੈੱਕ ਕਰਦੇ ਹਾਂ ਹਾਂ ਬਟ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਵੀ ਕਈ ਲੋਕ ਫਰਜ਼ੀ ਲੈ ਕੇ ਵੀ ਪੀ ਆਰ ਹੋ ਰਹੇ ਹੈ ਇੱਥੇ ਆ ਰਹੇ ਹੈ ਤੇ ਫਰਜ਼ੀ ਡਾਕੂਮੈਂਟ ਇੱਕ ਹੋਰ ਚੀਜ਼ ਹੈ ਲੇਕਿਨ ਜੇ ਚੈੱਕ ਨਾ ਵੀ ਹੋਇਆ ਤੇ ਤੁਸੀਂ ਉਹ ਮਿਸਰੈਪ੍ਰੈਜੈਂਟੇਸ਼ਨ ਨੂੰ ਡਬਲ ਕਰ ਰਹੇ ਹੋ ਇੱਕ ਵਾਰ ਤੇ ਪਹਿਲਾਂ ਆਪਾਂ ਗਲਤੀ ਕਰ ਚੁੱਕੇ ਹਾਂ ਦੁਬਾਰਾ ਐਪਲੀਕੇਸ਼ਨ ਭਰ ਕੇ ਦੁਬਾਰਾ ਕਰ ਰਹੇ ਹਾਂ ਇਹ ਇਸ ਚੀਜ਼ ਨੂੰ ਉਹ ਜਾਂਚਦੇ ਹੈ ਕਿ ਵੀ ਠੀਕ ਹੈ ਤੁਹਾਨੂੰ ਇੱਕ ਵਾਰ ਮੌਕਾ ਮਿਲਿਆ ਠੀਕ ਹੈ ਗਲਤੀ ਹੋ ਗਈ ਵਟਐਵਰ ਕਰਦੇ ਹੈ ਇੰਡੀਆ ਵਾਲੇ ਤੇ ਸਾਰੇ ਚੋਰੀ ਕਰਦੇ ਹੈ ਉੱਥੇ ਜੇ ਤੁਸੀਂ ਆਪਣੇ ਆਪ ਅਗਰ ਡਿਸਕਲੋਜ਼ ਕਰਨਾ ਸੀ ਤੁਸੀਂ ਡਿਸਕਲੋਜ਼ ਕਰਨ ਦਾ ਤੁਹਾਨੂੰ ਮੌਕਾ ਵੀ ਮਿਲਿਆ ਹੈ ਅਗਲੀ ਐਪਲੀਕੇਸ਼ਨ ਦਾ ਜਿਹੜਾ ਤੁਸੀਂ ਪੀਜੀ ਵਰਕ ਪਰਮਿਟ ਐਪਲੀਕੇਸ਼ਨ ਕੀਤੀ ਤੁਸੀਂ ਉਸ ਵਕਤ ਵੀ ਨਹੀਂ ਦੱਸਿਆ ਫਿਰ ਪੀ ਆਰ ਐਪਲੀਕੇਸ਼ਨ ਕਰਨ ਦਾ ਮੌਕਾ ਆਇਆ ਫਿਰ ਵੀ ਤੁਸੀਂ ਨਹੀਂ ਦੱਸਿਆ ਮਤਲਬ ਕਿ ਜਾਣ ਕੇ ਤੁਸੀਂ ਉਸ ਇੱਕ ਝੂਠ ਨੂੰ ਕਵਰ ਕਰਨ ਲਈ ਝੂਠ ਤੇ ਝੂਠ ਝੂਠ ਤੇ ਝੂਠ ਬੋਲੀ ਜਾ ਰਹੇ ਹੋ ਸੋ ਇਹ ਚੀਜ਼ ਉਹ ਫਿਰ ਉਹ ਜੱਜ ਕਰਦੇ ਹੈ ਕਿ ਵੀ ਹਾਂ ਹੁਣ ਪਨਿਸ਼ਮੈਂਟ ਕੀ ਦੇਣੀ ਚਾਹੀਦੀ ਕਿ ਇਹਨਾਂ ਨੂੰ ਛੱਡ ਦਿੱਤਾ ਜਾਏ ਜਾਂ ਕੋਈ ਰਹਿਮ ਕਰਕੇ ਸਿੰਪਥੀ ਕਰਕੇ ਛੱਡ ਤੇ ਭਾਜੀ ਮੈਂ ਜਦੋਂ ਵਿਆਹ ਕਰਾ ਲੈਣਾ ਸਿਟੀਜ਼ਨ ਕੁੜੀ ਨਾਲ ਫਿਰ ਅਗਰ ਇਹਨਾਂ ਨੂੰ ਪਤਾ ਲੱਗਦਾ ਹੈ ਬੈਨ ਬੂਨ ਕਰ ਦਿੰਦੇ ਫਿਰ ਬੈਨ ਕਰ ਸਕਦੇ ਹੈ ਮੈਨੂੰ ਬਿਲਕੁਲ ਬੈਨ ਕਰ ਸਕਦੇ ਹੈ ਮੈਰਿਜ ਮੈਰਿਜ ਟੂ ਅ ਕੈਨੇਡੀਅਨ ਸਿਟੀਜ਼ਨ ਵਾਈਫ ਕੋਈ ਕੋਈ ਬਚਾਵ ਨਹੀਂ ਹੈ ਮਿਸਰੈਪ੍ਰੈਜੈਂਟੇਸ਼ਨ ਦਾ ਸਿਰਫ ਇੱਕੋ ਹੀ ਤਰੀਕਾ ਹੋ ਸਕਦਾ ਹੈ ਸਿਰਫ ਇੱਕੋ ਹੀ ਚੀਜ਼ ਮੈਂ ਸੋਚ ਸਕਦਾ ਕਿ ਜੋ ਤੁਹਾਨੂੰ ਸ਼ਾਇਦ ਬਚਾ ਸਕਦੀ ਹੈ ਅਗਰ ਇਹ ਕੈਨੇਡੀਅਨ ਸਿਟੀਜ਼ਨ ਨਾਲ ਤੁਸੀਂ ਮੈਰਿਜ ਕਰਦੇ ਹੋ ਅਗਰ ਉਹ ਪੜ੍ਹੀ ਲਿਖੀ ਹੈ ਅਗਰ ਕੁਆਲੀਫਾਈਡ ਹੈ ਵਟਐਵਰ ਜੋ ਵੀ ਕੁਛ ਹੈ ਅਗਰ ਉਹ ਤੁਸੀਂ ਹਸਬੈਂਡ ਵਾਈਫ ਦੋਨੋਂ ਇਹ ਕੰਟਰੀ ਛੱਡ ਕੇ ਕਿਸੇ ਹੋਰ ਕੰਟਰੀ ਚਲੇ ਜਾਓ ਭਾਵੇਂ ਨਿਊਜ਼ੀਲੈਂਡ ਚਲੇ ਜਾਓ ਆਸਟ੍ਰੇਲੀਆ ਚਲੇ ਜਾਓ ਜਿੱਥੇ ਮਰਜ਼ੀ ਉੱਥੇ ਜਾ ਕੇ ਫਰੈਸ਼ ਜ਼ਿੰਦਗੀ ਆਪਣੀ ਸ਼ੁਰੂ ਕਰੋ ਉੱਥੇ ਪੱਕੇ ਹੋ ਜਾਓ
ਆਪਣੇ ਸਿਟੀਜ਼ਨ ਦੇ ਸਿਟੀਜ਼ਨ। ਅਮਰੀਕਾ हाँ वो ते तुहाड़ी वाइफ से डिपेंड करता है ना कि उसकी क्वालिफिकेशन की है, उसकी उसकी बैकग्राउंड की है। अगर क्योंकि तुहाड़े कोल ते सिर्फ कुकिंग का एक्सपीरियंस है ते दूसरा तुहाडे कोल जिहड़ी हॉस्पिटैलिटी है, इट्स नॉट इनफ। मैनू ऑस्ट्रेलिया की नॉलेज ज्यादा नहीं है कि ऑस्ट्रेलिया, मेरे दोस्त हैं इमीग्रेशन लॉयर वगैरह, लेकिन मैं ऑस्ट्रेलिया कदे रहा नहीं। लेकिन मैनू ये जरूर पता है कि ऑस्ट्रेलिया भी पक्के होना बड़ा मुश्किल है, जी विदाउट विदाउट जॉब ऑफर एंड ईवन न्यूजीलैंड भी। ये तुसी आप देखना है कि तुहाडा बैकग्राउंड की है, तुसी किवें पक्के हो गए। अगर तुसी नहीं पक्के हो गए, तुहानू कुड़ी चाहिए कैनेडियन सिटीजन जिहदे कोल, जिस तरह या तो नर्स नर्स हो या कोई फार्मासिस्ट हो या कोई यू नो इस तरह का कोई ऑक्यूपेशन उहदा कोई हो, इस तरह जिहदे बेस ते वो पक्की हो जाए किसी दूसरी कंट्री। जिस तरह फर्ज करो मैं नर्स की गल की, फार्मासिस्ट की गल की, इन्हों डायरैक्टली जॉब जॉब ऑफर मिलती है अमेरिका से, डायरैक्टली जाके उत्थे अपना H1B करके H2N वीजा लेके जाके जी रह सकते हैं। सो इट ऑल डिपेंड्स ऑन कि भी तुहानू किहो जिहा बैकग्राउंड है। मेरा परपज सिर्फ इन्ना ही है कि तुहानू अगर इस तरह की अगर वाइफ मिलती है जी कैनेडियन सिटीजन है, जिहदे कोल कैनेडियन पासपोर्ट है, वो तुहानू विआह के तुहानू इस कंट्री तो बाय बाय करके तुसी किसी दूसरी कंट्री जाके अपना PR लिए वो फाइल कर सकते हैं बेस्ड ऑन हर यू नो मे बी ऑन यू एज वेल। सो यही तरीका है कि भी कैनेडा कैनेडा बहुत देख लिया, बहुत कर लिया, हूँ दूसरी कंट्री जाके बिल्कुल फ्रेश अपनी लाइफ, बिल्कुल क्लियर लाइफ शुरू करिए अपनी। जो गलतियां हो गई डेट्स ओके नो। मतलब उत्थे सारा कुछ दसदी है, ट्रैवल हिस्ट्री है ना सब कुछ, उत्थे जी पूछ जी लेंगे जी कोई। फर्ज हाँ फर्ज करो तुसी अमेरिका जाओगे, इंग्लैंड जाओगे या वट एवर यू नो किसी भी कंट्री जा, स्विट्जरलैंड किसी भी कंट्री जाओगे, क्योंकि उसके कोल कैनेडियन पासपोर्ट है, उन्होंने वीजा की लोड़ नहीं है, मतलब जाना आना सौखा है थोड़ा। सो उत्थे जाके तुसी सारी अपनी हिस्ट्री पूरी A to Z दसनी है कि मेरे कोल जी आ मेरी हिस्ट्री है, ये मेरे डॉक्यूमेंट्स हैं, ये फलाना, बिल्कुल क्लियर फ्रॉम Day 1। फिर कोई चक्कर नहीं है, कोई कोई प्रॉब्लम नहीं किसे। हाँ ये है कि भाई उस कंट्री जाके तुसी इत्थे दाना पानी खत्म, उत्थे शुरू होके एटलीस्ट यू विल बी क्लियर इन योर माइंड कि कोई दिमाग से स्ट्रेस नहीं है। तुहाडे फादर भी स्ट्रेस से है, तुसी भी स्ट्रेस से हो, सारी दुनिया तुहाडे जिहड़े फैमिली मेंबर दे आर वरीड अबाउट यू, वो सारा सिलसिला खत्म हो जाएगा, यही मैं सोच सकता। पर उहदे लई तुहानू कैनेडियन सिटीजन कुड़ी चाहीदी है जिहड़े जिहड़ी वधिया प्रोफेशनल हो या जिहड़े जिथे मतलब उहदा भी इंट्रस्ट हो। क्या पता तुसी मैरिज करो कि मैं तो जाना नहीं, फिर की करोगे। वाईफाई कनेक्शन कट रहा ब्रदर। हेलो हेलो जगजीत, वाईफाई कनेक्शन कट रहा बार बार, तुहाडा आवाज आवाज नहीं आ रही, कुछ कह रहे से? हाँ हेलो, बोलो बोलो, हुण आ रही भाई आवाज? कौन आ रही आवाज? मैं कहना सी भाई, जदा मैं अमेरिका दी देख ली है ना कुड़ी, ये कोई सिटीजन मिलदी है PR है ना उहदा, हाँ अमेरिका भी देख लो, अगर बोला अमेरिकन सिटीजन है वो। मतलब PR वगैरह लाभ रहे हैं जी, कोई मिल हाँ जाए। कोई कोई चक्कर नहीं, कोई नो प्रॉब्लम, वो देख लो, वो दैट इज द बेस्ट। अगर तुम्हें तो अमेरिका की कोई ग्रीन कार्ड होल्डर मिलती है या अमेरिका की ग्रीन कार्ड या कोई या सिटीजन मिलती है, दैट इज द बेस्ट आइडिया। वो तो फिर खेल ही खत्म हो गया सारा, फिर चक्कर ही नहीं कोई। तो फिर तो ऑलरेडी तुम्हें वो स्पॉन्सर कर लेगी, स्पॉन्सर मतलब ऑन द ग्रीन कार्ड कर लेगी, वो भी एप्लीकेशन विद इन 1 ईयर हो जाती है अजकल। सो इतों अपना तुहाडे कोल वर्क परमिट कंटिन्यू है, ठीक है डेट्स ओके, वर्क परमिट तुहाडे कोल 2 साल का, इतों ही तुहाडा इंटरव्यू होके तुसीं ग्रीन कार्ड लेके अमेरिका चले जाओगे, खेल खत्म, कैनेडा बाय बाय। हाँ जी हाँ जी, फिर उधर उन्होंने ऐसे हिस्ट्री दे दसन दी लोड़ नहीं ना कि भाई, मतलब डॉक्यूमेंट दे जड़ी अपने ग्रेजुएशन दी करे, फिर तो खाली ट्रैवल हिस्ट्री दसन दी लोड़ है उन्होंने। हाँ जी, जी, फिर भाई ट्रैवल मैं जो 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 असलियत है, जो तुहाडे कोल असली क्वालिफिकेशन है, वही दसन दसन की लोड़ है। बाकी जो जो नकली है उन्हों ऑफकोर्स उसका कोई मतलब ही नहीं रहने, उसका कोई पर्पस ही नहीं दसन। जी हाँ जी, ते भाई और मेरे जदा सवाल सी के जदा जे मैं इंडिया चला जाना 2 साल बाद, उस तो बाद मेनू अगर मेरा यही एम्प्लॉयर मेनू स्पॉन्सर करते दोबारा काम लिए बुला ले, ते LMI पे हाँ जी LMI दे के, हाँ ते फिर मेरे मैं इतने आके काम करता है, ते फिर मैं फाइल लाना है, ते फिर भी शो होने हैं डॉक्यूमेंट कहता एब्सोल्युटली स्पॉन्सर। एब्सोल्युटली, उसका कोई फायदा नहीं है। एक बार कनाडा तो गुड बाय हो गया, गुड बाय, फिर कनाडा का देखने की लोड़ नहीं, क्योंकि तुसी हाँ LMI लो या कोई भी और कैटेगरी लो, जी पॉइंट इज के ये सारे टेम्पररी स्टॉप कैप अरेंजमेंट है। अल्टीमेटली PR दे फाइल करोगे नहीं करोगे, नहीं करोगे, जब भी PR फाइल करोगे वो सिचुएशन फिर दोबारा आ जाएगी, क्योंकि PR दे जो फॉर्म्स हैं, फॉर्म्स सारे क्लियर है, फॉर्म्स
ਜਿਹੜੇ ਬੈਕਗ੍ਰਾਉਂਡ ਡਿਕਲੇਰੇਸ਼ਨ ਡਿਕਲੇਅਰ ਕਰਨੀ ਹੈ, ਤੁਸੀਂ ਸਾਰੀ ਪੁਰਾਣੀ ਐਜੂਕੇਸ਼ਨ ਡਿਕਲੇਅਰ ਕਰਨੀ ਹੈ, ਪਿਛਲੇ ਇੰਡੀਆ ਤੋਂ ਐਜੂਕੇਸ਼ਨ ਸਾਰੀ ਡਿਕਲੇਅਰ ਕਰਨੀ ਹੈ, ਉਹ ਤਾਂ ਸਾਰਾ ਮੈਚਅਪ ਹੋ ਜਾਏਗਾ। ਮਤਲਬ ਕਿ ਦੋ ਹੀ ਪਰਪਸ ਹੈ, ਜਾਂ ਤਾਂ ਕੈਨੇਡਾ ਨੂੰ ਗੁੱਡਬਾਏ ਕਰ ਦਿਓ, ਠੀਕ ਹੈ, ਕੈਨੇਡਾ ਗੁੱਡਬਾਏ, ਗੋ ਟੂ ਅਮੈਰੀਕਾ, ਆਸਟ੍ਰੇਲੀਆ, ਇੱਕ ਤਾਂ ਉਹ ਹੈ ਕਲੀਅਰ ਸਿਚੁਏਸ਼ਨ। ਦੂਸਰਾ ਹੈ ਕਿ ਜੇ ਤਾਂ ਤੁਸੀਂ ਇੱਥੇ ਰਹਿਣਾ ਹੈ ਤੇ ਫਿਰ ਤੁਹਾਨੂੰ ਇਹ ਡਿਸੀਜਨ ਲੈਣਾ ਪਏਗਾ ਕਿ ਵੀ ਤੁਸੀਂ ਸਟ੍ਰੈਸ ਲੈ ਸਕਦੇ ਹੋ, ਦਿਮਾਗ ਤੇ ਦਿਲ 'ਚ ਸਟ੍ਰੈਸ ਲੈ ਕੇ ਇਹਨੂੰ ਲੁਕੋ ਕੇ ਤੁਸੀਂ ਦੱਬ ਕੇ ਤੁਸੀਂ ਕਰਕੇ ਆਪਣਾ PR ਲੈ ਲਓ, ਮੇਬੀ 4 ਈਅਰਸ, 3 ਈਅਰਸ, 5 ਈਅਰਸ, ਸਿਟੀਜ਼ਨਸ਼ਿਪ ਤੱਕ, ਯੂ ਨੋ, ਵਟ ਐਵਰ, ਅਨਦਰ 5 ਈਅਰਸ। ਸੋ ਅਗਰ ਉਹ ਤੁਸੀਂ ਸਟ੍ਰੈਸ ਲੈ ਕੇ ਅਗਰ ਜ਼ਿੰਦਗੀ ਤੁਸੀਂ ਬਸਰ ਕਰਨਾ ਚਾਹੁੰਦੇ ਹੋ ਤਾਂ ਤੁਹਾਡੀ ਮਰਜ਼ੀ ਹੈ। ਤੀਸਰਾ ਆਪਸ਼ਨ ਹੈ ਕਿ ਉਹਨਾਂ ਨੂੰ ਸਾਰਾ ਦੱਸ ਦਿਓ ਕਿ ਭਾਈ ਮੇਰੇ ਤੋਂ ਗਲਤੀ ਹੋ ਗਈ, ਮਾਫ਼ ਕਰੋ ਭਾਈ, ਯੂ ਨੋ, ਵਟ ਐਵਰ ਦੈਟ ਇਜ਼। ਸੋ ਦੇਖੋ ਕੀ ਕਰਦੇ ਹੋ। ਹਾਂਜੀ ਹਾਂਜੀ, ਮੈਂ ਕਹਿ ਰਿਹਾ ਸੀ ਜੇ ਭਾਜੀ ਮੈਂ ਦੱਸਤਾ ਉਹਨਾਂ ਨੇ ਅਗਰ ਮੇਰਾ ਬੈਨ ਲਾ ਤੇ ਫਿਰ ਸਾਰੀ ਕੰਟਰੀਆਂ ਦਾ ਬੈਨ ਲੱਗੂਗਾ ਨਾ? ਨਹੀਂ, ਇਸ ਤਰ੍ਹਾਂ ਨਹੀਂ ਹੈ, ਯੂ ਆਰ ਰੋਂਗ। ਅਗਰ ਜੇ ਬੈਨ, ਅਗਰ ਜੇ ਬੈਨ ਲੱਗਿਆ 5 ਈਅਰਸ ਦਾ ਬੈਨ ਲੱਗਿਆ ਕੈਨੇਡਾ ਦਾ, ਇਹਦਾ ਮਤਲਬ ਇਹ ਨਹੀਂ ਕਿ ਆਸਟ੍ਰੇਲੀਆ, ਇਹਦਾ ਮਤਲਬ ਇਹ ਨਹੀਂ ਕਿ ਅਮਰੀਕਾ ਨੇ ਤੁਹਾਨੂੰ ਬੈਨ ਲਾਤਾ। ਹਾਂ, ਜ਼ਰੂਰ ਬੈਨ ਦੇ ਬਾਰੇ ਉਹਨਾਂ ਨੂੰ ਪਤਾ ਲੱਗ ਜਾਏਗਾ, ਉਹ ਤੁਹਾਨੂੰ ਪੁੱਛਣਗੇ ਜ਼ਰੂਰ ਕਿ ਹਾਂ ਵੀ ਕੀ ਫਰੋਡ ਕਰਕੇ ਆਓ, ਕਿਸ ਤਰ੍ਹਾਂ, ਉਹ ਪੁੱਛਣਗੇ ਜ਼ਰੂਰ, ਪਰ ਉਹਨਾਂ ਦਾ ਕ੍ਰਾਈਟੀਰੀਆ ਵੱਖਰਾ ਹੈ। ਉਹ ਇਸ ਬੈਨ ਨਾਲ ਇਹ ਨਹੀਂ ਕਿ ਤੁਸੀਂ ਦੂਸਰੀ ਕੰਟਰੀ ਨੂੰ ਬੈਨ ਹੋ ਜਾਓਗੇ। ਹਾਂ, ਅਫਕੋਰਸ ਦੇ ਵਿਲ ਲੁੱਕ ਐਟ ਇਟ, ਉਹਨਾਂ ਨੂੰ ਹਿਸਟਰੀ ਤੁਹਾਡੀ ਪਤਾ ਲੱਗ ਜਾਏਗੀ, ਕਿਉਂਕਿ ਕੈਨੇਡਾ ਵੀ ਆਪਣੀ ਹਿਸਟਰੀ ਉਹ ਸ਼ੇਅਰ ਕਰਦੇ ਆ ਉਹਦੇ ਨਾਲ। ਹਾਂਜੀ ਹਾਂਜੀ, ਸੋ ਇਸ ਕਰਕੇ ਬੈਸਟ ਆਈਡੀਆ ਮੇਰੇ ਖਿਆਲ ਜਿਹੜਾ ਤੁਸੀਂ ਆਲਰੇਡੀ ਕਹਿ ਚੁੱਕਿਆ, ਜੇ ਤਾਂ ਤੁਹਾਨੂੰ ਅਗਰ ਰਿਸ਼ਤਾ ਮਿਲਦਾ ਹੈ, ਅਗਰ ਕੋਈ ਵਾਈਫ ਇਸ ਤਰ੍ਹਾਂ ਦੀ ਕੋਈ ਪੋਸੀਬਿਲਿਟੀ ਹੈ ਕਿ ਜਿਹੜੀ ਅਮਰੀਕਾ ਦੀ ਮਿਲਦੀ ਹੈ, ਤੇ ਡੈਟ ਇਜ਼ ਦੀ ਨੰਬਰ 1 ਸੋਲੂਸ਼ਨ। ਹਾਂਜੀ ਹਾਂਜੀ, ਹੁਣ ਤੇ ਇਸ ਵਕਤ ਤੁਹਾਡੇ ਕੋਲ ਵਰਕ ਪਰਮਿਟ ਵੈਲਿਡ ਹੈ, 2 ਸਾਲ ਤੱਕ ਵੈਲਿਡ ਹੈ, ਤੁਹਾਡੀ ਫਾਈਲ ਇੱਥੋਂ ਲੱਗ ਜਾਏਗੀ, ਤੁਹਾਡਾ ਇੰਟਰਵਿਊ ਆਏਗਾ, ਕੈਲਗਰੀ ਇੰਟਰਵਿਊ ਆਏਗਾ, ਤੇ ਇੰਡੀਆ ਜਾਣ ਦੀ ਲੋੜ ਨਹੀਂ। ਹੁਣ ਫਲਾਈਟਾਂ ਖੁੱਲ ਗਈਆਂ ਨੇ, ਮਤਲਬ ਮੈਂ ਜੇ ਵਿਜ਼ਿਟਰ ਤੇ ਵੀ ਜਾਣਾ ਚਾਹਾਂ, ਮੈਂ ਸੋਚ ਰਿਹਾ ਕਿ 10 ਸਾਲ ਦਾ ਉੱਥੇ ਦਾ ਵੀਜ਼ਾ ਲਵਾ ਲਾਂ USA। ਇਸ ਵਕਤ ਬੰਦ ਹੈ ਅਮਰੀਕਾ, ਅਮਰੀਕਾ ਤੁਸੀਂ ਜਾ ਨਹੀਂ ਸਕਦੇ ਇਸ ਵਕਤ, ਜਦ ਤੱਕ ਤੁਹਾਡੇ ਕੋਲ ਉਹ ਆਪਣਾ ਡਬਲ ਵੈਕਸੀਨੇਸ਼ਨ ਨਹੀਂ ਹੈ, ਜਾਂ ਯੂ ਨੋ, ਵਟ ਐਵਰ, ਜੋ ਵੀ ਕੋਈ ਅਸੈਂਸ਼ੀਅਲ ਅਸੈਂਸ਼ੀਅਲ ਟ੍ਰਿਪ ਨਹੀਂ ਹੈ, ਮਤਲਬ ਟੂਰਿਜ਼ਮ ਪਰਪਸ ਨਹੀਂ ਜਾ ਸਕਦੇ ਜਦ ਤੱਕ, ਕਿਉਂਕਿ ਬਾਰਡਰ ਹਾਲੀ ਵੀ ਬੰਦ ਹੈ US ਤੇ ਕੈਨੇਡਾ। ਜੇ ਕੋਈ ਮੈਨੂੰ ਸਪੌਂਸਰ ਕਰੇ ਕੰਮ ਲਈ ਭਾਈ ਤਾਂ ਜਾ ਸਕਦੇ ਆ ਜੀ। ਨਹੀਂ, ਉਹ ਤੇ ਫਿਰ ਵਰਕ ਪਰਮਿਟ ਹੋ ਗਿਆ ਨਾ, ਉਹ ਤੇ ਫਿਰ H-1B ਵਰਕ ਪਰਮਿਟ ਹੈ, H-2B ਵਰਕ ਪਰਮਿਟ, ਦੈਟ ਇਜ਼ ਅ ਟੋਟਲ ਡਿਫਰੈਂਟ ਥਿੰਗ। ਉਹ ਤੇ ਫਿਰ ਜਾ ਸਕਦੇ, ਉਹਦੇ ਲਈ ਤੇ ਫਿਰ ਉਹ ਲੇਬਰ ਸਰਟੀਫਿਕੇਸ਼ਨ ਚਾਹੀਦੀ ਹੈ, ਉਹ ਤੇ ਲੰਬਾ ਕੰਮ ਹੈ। ਲੇਕਿਨ ਮਤਲਬ ਉਹ ਵੀ ਟੈਂਪਰਰੀ ਵੀਜ਼ਾ ਹੈ ਸਾਰੇ, 1 ਸਾਲ ਲਈ, 2 ਸਾਲ ਲਈ, 3 ਸਾਲ ਲਈ, ਦੈਟਸ ਇਟ। ਉਹਦੇ ਬਾਅਦ ਫਿਰ ਕੀ ਹੋਗਾ ਕੁਛ ਨਹੀਂ ਪਤਾ। ਤੇ ਜੌਬ ਤੁਹਾਨੂੰ ਕਿਸ ਚੀਜ਼ ਦੀ ਜੌਬ ਮਿਲੇਗੀ ਉੱਥੇ ਅਮਰੀਕਾ? ਮੇਰੇ ਭਾਈ, ਮੇਰੀ ਦੀਦੀ ਜਿੱਥੇ ਵਿਆਹੀ ਹੈ ਉਹਨਾਂ ਦੇ ਮਤਲਬ ਅੱਗੇ ਭਾਜੀ ਦੇ ਜੀਜਾ ਜੀ ਉੱਥੇ ਮਤਲਬ ਪੱਕੇ ਨੇ ਪੁਰਾਣੇ, 10-15 ਸਾਲ ਤੋਂ ਉਹਨਾਂ ਦੇ ਆਪਣੇ ਸਟੋਰ ਨੇ, ਲੀਕਰ ਸਟੋਰ ਵਗੈਰਾ, ਤੇ ਉਹ ਮੈਨੂੰ ਕਹਿੰਦੇ ਸਪੌਂਸਰ ਕਰਨ ਨੂੰ ਕਿ ਮੈਂ ਕਰ ਦਾਂਗਾ। ਸਪੌਂਸਰ ਕਰਨਾ ਹੈ ਤੇ ਕਰ ਲਓ। ਦੋ ਹੀ ਵੀਜ਼ੇ ਹੈ, ਦੋ ਹੀ ਕੈਟਾਗਰੀ ਵੀਜ਼ਾ ਹੈ, ਇੱਕ ਤੇ H-1B, ਦੂਸਰਾ ਹੈ H-2B। ਸੋ ਇਹਦੇ ਇਲਾਵਾ ਤੁਹਾਡੇ ਮੁਤਾਬਿਕ ਹੋਰ ਕੋਈ ਵੀਜ਼ਾ ਨਹੀਂ ਹੈ। H-1B ਤੁਹਾਨੂੰ ਮਿਲੇਗਾ ਨਹੀਂ, ਕਿਉਂਕਿ H-1B ਹੁੰਦਾ ਸੋਫਟਵੇਅਰ ਇੰਜੀਨੀਅਰ, ਇਸ ਤਰ੍ਹਾਂ ਦੀ, ਜਿਹੜੇ 4 ਸਾਲ ਦੀ ਡਿਗਰੀ ਹੈ ਪਲੱਸ ਇਸ ਤਰ੍ਹਾਂ ਦੀ ਟੈਕਨੀਕਲ। ਸੋ ਬਾਕੀ H-2B ਇਜ਼ ਆਲਸੋ ਲਿਮਿਟਡ, ਮੀਨਸ ਓਨਲੀ ਲਿਮਿਟਡ ਮੈਕਸੀਮਮ 1 ਈਅਰ, ਇਸ ਤੋਂ ਜ਼ਿਆਦਾ ਤੁਹਾਨੂੰ ਵੀਜ਼ਾ ਮਿਲੇਗਾ ਨਹੀਂ। ਸੋ ਇਸ ਕਰਕੇ ਇਹ ਸਾਰੇ ਟੈਂਪਰੇਰੀ ਅਰੇਂਜਮੈਂਟ ਹਨ, ਇਹਦੇ ਨਾਲ ਕੁਛ ਹੋਣਾ ਨਹੀਂ, ਤੁਹਾਡਾ ਲੌਂਗ ਟਰਮ ਕੋਈ ਉਧਾਰ ਨਹੀਂ ਹੋਣਾ। ਬੈਸਟ ਆਈਡੀਆ ਹੈ ਕਿ ਆਪਣੇ ਜੀਜਾ ਜੀ ਨੂੰ ਕਹੋ ਕਿ ਭਾਈ ਮੇਰਾ ਰਿਸ਼ਤਾ ਕਰਾਓ ਬਸ। ਹਾਂਜੀ ਹਾਂਜੀ, ਲੜਕੀ ਉੱਥੇ ਦੀ ਸਿਟੀਜ਼ਨ ਹੋ ਜਾਂ ਗ੍ਰੀਨ ਕਾਰਡ ਹੋਲਡਰ ਹੋ, ਕੋਈ ਫਰਕ ਨਹੀਂ ਪੈਂਦਾ, ਦੋਨੋਂ ਵਿੱਚ ਕੋਈ ਵੀ ਹੋ, ਉਹਨੂੰ ਕਹੋ ਕਿ ਵਿਆਹ ਤੇ ਇੱਥੇ ਵੀ ਕਰਨਾ ਹੈ ਤੇ ਉਹ ਜਾ ਕੇ ਉੱਤਰਾਖੰਡ ਕਰਾਂਗੇ ਜਾਂ ਇੰਡੀਆ ਕਰਾਂਗੇ, ਇਹਦੇ ਬੈਟਰ ਤਾਂ ਇੱਥੇ ਵੀ ਕਰਾ ਦਿਓ ਤੁਸੀਂ ਕੋਈ ਨਾ ਕੋਈ ਰਿਸ਼ਤਾ। That is the best long term solution. ਹਾਂਜੀ ਹਾਂਜੀ ਹਾਂਜੀ, ਬਹੁਤ ਬਹੁਤ ਕੈਨੇਡਾ ਦਾ ਦਾਣਾ ਪਾਣੀ ਛੱਡ ਲਿਆ, ਹੁਣ ਅਮਰੀਕਾ ਚੱਲੀ ਆ ਬਸ ਭਾਈ। ਹੁਣ ਤੇ ਕੈਨੇਡਾ ਦੇ ਮਤਲਬ ਖੂਨ ਚ ਰਚ ਗਿਆ ਸੀ। ਉਸ ਕੋਈ ਚੱਕਰ ਨਹੀਂ, ਉੱਥੇ ਵੀ ਅਮਰੀਕਾ ਵੀ ਸੇਮ ਸਿਸਟਮ ਹੈ, ਸੇਮ ਕੰਟਰੀ ਹੈ, ਸੇਮ ਪੀਜ਼ਾ ਹੈ, ਸੇਮ ਦੁਕਾਨਾਂ ਨੇ, ਸੇਮ ਸਿਸਟਮ ਹੈ, ਕੋਈ ਫਰਕ ਨਹੀਂ, ਉਹਨੇ ਵੀ ਦਾ ਵੀ ਫਰਕ ਨਹੀਂ ਹੈ। ਤੁਸੀਂ ਉੱਥੇ ਜਾਓਗੇ ਤੇ ਤੁਹਾਨੂੰ ਮਤਲਬ ਇਹ ਮਹਿਸੂਸ ਨਹੀਂ ਹੋਵੇਗਾ ਕਿ ਵੀ ਤੁਸੀਂ ਕਿਤੇ ਬਾਹਰ ਕੱਢ ਗਿਆ। ਇਸ ਐਵਰੀਥਿੰਗ ਇਜ਼ 99.9% ਸੇਮ। ਜੀ ਹਾਂਜੀ ਹਾਂਜੀ, ਮਤਲਬ ਇੱਥੇ ਤਾਂ ਭਾਈ ਹੁਣ ਕੋਈ ਚਾਰਾ ਹੈ ਹੀ ਨਹੀਂ ਰਹਿਣ ਦਾ। ਜੀ ਇਹ ਚਾਰਾ ਤਾਂ ਤੁਹਾਨੂੰ ਦੱਸ ਚੁੱਕੇ ਨਾ ਕਿ ਜੇ ਤੁਹਾਡਾ ਘਰ ਮਾਦਾ ਹੈ, ਅਗਰ ਜੇ ਤੁਸੀਂ ਹਜ਼ਮ ਕਰ ਸਕਦੇ ਹੋ ਸਟ੍ਰੈਸ, ਜੇਕਰ ਸਟ੍ਰੈਸ ਲੈ ਸਕਦੇ ਹੋ, ਡਿਪਰੈਸ਼ਨ ਲੈ ਸਕਦੇ ਹੋ, ਤੇ ਫਿਰ ਚੁੱਪ ਕਰਕੇ ਜਿਸ ਤਰ੍ਹਾਂ ਕੰਮ ਕਰ ਰਹੇ ਹੋ ਕਰੀ ਚਲੋ, ਆਪਣਾ PR ਲੈ ਚਲੋ। ਮਤਲਬ ਉਹ ਪ੍ਰੋਬਲਮ ਹੈ ਕਿ
सपोज अगर 2 साल तुसी 3 साल तुसी लगा भी देते फिर भी जब कोई अगर अगर वो सारे चैप्टर क्लोज हो गए फिर तुहाडे कोल कोई कोई थां जाण दा मौका नहीं मिलेगा। इस वक्त तुहाडे कोल 2 साल दा वर्क परमिट है, इस वक्त तुसी मतलब तुहाडे कोल एक गुंजाइश है, तुसी कुछ स्टेप ले सकते हो। आफ्टर 2 ईयर्स यू विल नॉट बी एबल टू टेक एनी स्टेप। फिर कैनेडा दा खेल खत्म हो जाएगा क्योंकि LMI दे फिर पैसे लगने हैं, फिर वर्क परमिट पता नहीं मिलना नहीं मिलना। उस आफ्टर 2 ईयर्स की पॉलिसी होगी सरकार दी कुछ कह नहीं सकते। आज ते तुहाडे सामने सारे ऑप्शन खुले हुए हैं। हाँ जी हाँ जी। ते भाई जदों मैं हुण इत्थे SINP खरीदी सी पैसे दे के ना, क्योंकि इत्थे कोई दे नहीं रहा सी फ्री च, ते मैं जी काफी भी 5 4 3 4 महीने दा भाई मैं बहुत खज्जल होया कि मैं स्टोरां ते जा जा के अप्लाई भी कीता, किसी ने गलबात नहीं पुछी सी। ते इत्थे मैंने एक पाकिस्तानी मिले भाई, उन्हें मेरे तो मतलब करीबन 15,000 के ले आ, जेड़े मैं उत्थे अपने टोरंटो च कमाए सी स्टडी वाले भी, ते एज मैनू जो वर्क परमिट मिला सी एमेजोन च, मैं काम करके उस च कमाए सी। ते मैं ही सोचा चलो मैं अगे मेरी हेल्प होगी, ते अच्छा वो भाई उन्हें मैनू पैसे ले ले आ। ते हुण जदों हुण मेरा काम नहीं बनना, ते मैं कहता हुण पैसे अगर कहता उन्हें मतलब मैं ओदे अकाउंट च पाए पैसे, ते बैंक वाले नु ऐ दस्सिया कि बोरो कीते उन्हें फिर तो, ਤੇ ਆ ਰੀਜ਼ਨ ਕਰਕੇ ਉਹਨੇ ਮੈਂ ਉਹਦੇ ਅਕਾਊਂਟ 'ਚ ਟ੍ਰਾਂਸਫਰ ਕੀਤੇ ਸੀ। ਤੇ ਉਹ ਅਗਰ ਮੈਂ ਹੁਣ ਪੈਸੇ ਕਿੱਦਾਂ ਮਿਲ ਸਕਦੇ ਆ, ਕੋਈ ਕੀ ਕੇਸ ਕਰ ਸਕਣਾ ਉੱਤੇ ਮੈਂ? देखो इस तरह है, जे ते लीगल केस करना है तो फिर तो बहुत क्लियर है, तुसी कंप्लेन कर दोगे। इत्थे एक डिपार्टमेंट बने हुए हैं, अल्बर्टा भी डिपार्टमेंट है, फेडरल दे भी है डिपार्टमेंट, उत्थे तुसी कंप्लेन कर दोगे ते मिनट तो पहला वो पैसे तुहानू दे देगा। पर वो ये है कि आपस से दुश्मनी रंजिश हो सकती है, वो तो तुहाडी देखो तुसी किवें करना है। बाकी इस वक्त कुछ करने की लोड़ नहीं, अब कुछ करने की लोड़ नहीं। पहला अपना मैरिज की गल करो, मैरिज जिस वक्त हो गई, अमेरिका की गल कर रहे हैं, अमेरिकन मैरिज हो गई, जब तुहाडी एप्लीकेशन स्टार्ट हो गई फिर तुसी गल करना को पैसे हो सकती, क्योंकि इस वक्त अगर अगर ऑलरेडी तुहाडी कंप्लेन चली गई दैट मीनस कि वो तुहाडे लिए प्रॉब्लम खड़ी कर सकता है, विच आई डोंट नो कि उनका नेचर है, तुहाडे लिए प्रॉब्लम खड़ी कर सकता है, तुहाडे अगेंस्ट कोई ना कोई भी कोई। भाई मेरे ते अगेंस्ट कोई कर सकता है, क्योंकि मैं बोरो दा दस्या है, नहीं मैं अगर बोरो नहीं 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 सपोज सपोज मैनू तुहाडी कहानी पता है, जिस तरह फर्ज करो कि तुहाडी कहानी होर किसी तो पता कर ले या होर तुहाडे बैकग्राउंड च कुछ वो चीज इस तरह दे कोई सुराग लभ ले तुहाडे बारे के, जेडे वो इस इंफॉर्मेशन नू तुहाडे अगेंस्ट यूज करके तुहानू डरा धमका सकदा है, ते फिर की करोगे? जी। फर्ज करो कुछ भी हो सकता है, तुहानू कोई झूठे केस फसा दे, तुहानू कोई चोरी दे के, तुसी हुण पिज़्ज़ा स्टोर ते काम कर रहे हो, तुहानू चोरी केस फसा सकदा कि भी तुसी कैश तो पैसे जी वो कर ले, कुछ कर लिया, कुछ और कोई कुछ भी कर सकते हैं। मतलब आई वी डोंट नो कि की कर सकते हैं, पर पैसे ਇੱਦਾਂ ਤਾਂ ਭਾਈ तो ਕੋਈ ਕੰਮ ਮੈਂ ਕੀਤਾ ਹੀ ਨਹੀਂ, ਮਤਲਬ ਜਿਹੜਾ ਫਸਾ ਦੇ ਕੋਈ ਕੈਮਰੇ ਕੁਮਰੇ ਜੇ ਅਗਰ ਵਿਖਾਓ चलो ਮੇਰੇ ਠੀਕ ਕੋਲ। है। ਹਾਂਜੀ पैसे देखो पैसे ते तुसी इसनू सीधे जाके उन्होंने रिक्वेस्ट कर दो कि भाई असी तो चल रहे हैं इतों, ते मैं काम नहीं करना, ते अजकल काम कर रहे हो कि नहीं कर रहे हो? काम काम तो कर ही रहे हो ना, मतलब लगभग छड ही दिता भाई हुण, ते मतलब अजकल कर ही रहे हो मैं फिर? हुण ਵੈਂਡੀਜ਼ ਅਪਲਾਈ ਕੀਤਾ ਭਾਈ, ਹੁਣ ਮੈਂ ਨਵੀਂ ਜਗ੍ਹਾ ਕਰਨ ਲੱਗਾ, ਥੋੜੇ ਮੈਂ ਵਿਹਲਾ ਸੀਗਾ ਘਰੇ ਬਹਿ ਕੇ ਸਕਿਪ ਸਕੂਪ ਕਰ ਰਿਹਾ ਸੀ, अच्छा ਤੇ पर मतलब थोड़ी जी अंडरस्टैंडिंग उन्होंने यही सी ना कि भी तुसी LMI और सॉरी SINP तुसी उन्होंने फाइल करोगे तो 15,000 देते हैं। हाँ जी हाँ जी। हाँ तो साफ उन्होंने कह दो कि भाई मैं इसे पिज्जा दे लानी नहीं, मैं तो किसी और वेंडी वेंडी मैंने जॉब मिल गई तो पैसे दे देखो की उन्हों का मूड है। अगर जो पैसे नहीं देता तो फिर आखिरी आखिरी वह हथियार है कि भी उन्होंने इतने एक टोल फ्री नंबर है डेरे टेम्परेरी फॉरन वर्कर्स नूं, तुसीं अगर कॉल करोगे तो पैसे तुहाडे वो दे देगा, मतलब पैसे तुहाडे मिल जाणगे, पर यह जरूर है कि थोड़ी जी परेशानी जरूर होगी कुछ ना कुछ। ਤੇ ਭਾਈ ਐ ਉਹ ਤੁਰੰਤ ਦਵਾ ਦਿੰਦੇ ਆ ਕਿ ਟਾਈਮ ਲਾਉਂਦੇ ਆ ਫਿਰ ਨਹੀਂ ਮਤਲਬ? ਨਹੀਂ ਨਹੀਂ ਤੁਰੰਤ ਨਹੀਂ ਲਾਣਗੇ ਉਹ, ਫਿਰ ਤੁਹਾਨੂੰ ਇੰਟਰਵਿਊ ਕਰਨਗੇ, ਤੁਹਾਨੂੰ ਬੁਲਾਣਗੇ, ਤੁਹਾਡਾ ਇੰਟਰਵਿਊ ਲੈਣਗੇ ਆਪਣੇ ਫੋਨ ਤੇ, ਜਾਂ ਤੁਹਾਨੂੰ ਹੋ ਸਕਦਾ ਕਿ ਡਾਊਨ ਤੇ ਟਾਊਨ। ਭਾਈ ਮੈਂ ਰੀਜ਼ਨ ਕੀ ਦੱਸਾਂਗਾ ਜੇ ਮੈਨੂੰ ਪੁੱਛਦੇ ਵੀ ਆ ਤੁਸੀਂ ਪੈਸੇ ਕਿਉਂ ਦਿੱਤੇ, ਤੇ ਮੈਂ ਉਹਨਾਂ ਨੂੰ ਇਹ ਦੱਸਾਂਗਾ ਕਿ ਮੈਂ SINP ਲਈ ਦਿੱਤੇ, ਫਿਰ ਤੇ ਮੈਂ ਗੁਨਾਹਗਰ ਹੋਵਾਂਗਾ ਭਾਈ ਉਹਦੇ ਲਈ। ਨਹੀਂ ਉਹ ਠੀਕ ਹੈ ਗੁਨਾਹਗਾਰ ਦੇ, ਪਰ ਉਹ ਤੁਹਾਨੂੰ ਉਹਨਾਂ ਨੇ ਗੁਨਾਹਗਾਰ ਨਹੀਂ ਕਰਨਾ, ਕਿਉਂਕਿ ਉਹ ਇਹ ਮੰਨਦੇ ਆ ਕਿ ਜਿਹੜੇ ਬਾਹਰੋਂ ਸਟੂਡੈਂਟ ਆਏ ਆ ਟੈਂਪਰੇਰੀ ਫੋਰਨ ਵਰਕਰ ਆਏ ਆ, ਉਹਨਾਂ ਨੂੰ ਇੰਨਾ ਪਤਾ ਨਹੀਂ ਹੁੰਦਾ ਜਾਂ ਰਾਈਟ ਨਹੀਂ ਹੁੰਦਾ ਉਹਨਾਂ ਨੂੰ, ਵੱਲ ਦੇ ਆ ਕਾਲ ਵਲਨਰੇਬਲ ਵਰਕਰਸ। ਤੇ ਦੂਸਰਾ ਜਿਹੜਾ ਕੈਨੇਡੀਅਨ ਸਿਟੀਜ਼ਨ ਹੈ ਜਿਹੜਾ ਆਪਣੇ ਦੁਕਾਨ ਚਲਾ ਕੇ ਬੈਠਾ ਹੈ, ਉਹਨਾਂ ਕੋਲ ਜ਼ਿਆਦਾ ਪਾਵਰ ਹੁੰਦੀ ਹੈ ਕਿਸੇ ਨੂੰ ਦਬਾ ਕੇ, ਤੇ ਤੁਹਾਨੂੰ ਉਹਨਾਂ ਨੇ ਕਰਨਾ ਨਹੀਂ, ਤੁਹਾਨੂੰ ਉਹਨਾਂ ਨੇ ਕੋਈ ਸਜ਼ਾ ਦੇਣੀ ਨਹੀਂ, ਫੋਰ ਜਸਟ ਫੋਰ ਗਿਵਿੰਗ ਮਨੀ। ਸਜ਼ਾ ਤਾਂ ਉਹਨਾਂ ਨੇ
ਉਹਨਾਂ ਨੇ ਜੋ ਤੁਹਾਡੇ ਕੋਲ ਰਸੀਦਾਂ ਪ੍ਰੂਫ ਮੰਗਣੇ ਕਿ ਪੈਸੇ ਕਿਵੇਂ ਦਿੱਤੇ, ਕੀ ਹੈ, ਕਿਸ ਤਰ੍ਹਾਂ, ਤੇ ਫਿਰ ਉਹਨਾਂ ਨੇ ਆਪਣੇ ਇੰਪਲੋਇਰ ਨੂੰ ਇੱਕ ਨੋਟਿਸ ਜਾਰੀ ਕਰ ਦੇਣਾ ਕਿ ਵੀ ਤੁਸੀਂ ਦੱਸੋ ਕਿ ਵੀ ਤੁਸੀਂ ਕਿਉਂ ਲਏ, ਪੈਸੇ ਕੀ ਲਏ, ਤੇ ਜੋ ਉਹਨਾਂ ਦੀ ਸੁਣਵਾਈ ਹੈ, ਆਫਕੋਰਸ ਯੂ ਨੋ, ਫਿਰ ਉਹ ਸੁਣਵਾਈ ਹੋਈ, ਇਟ ਮੇ ਟੇਕ ਫਿਊ ਮੰਥਸ, ਹੋ ਸਕਦਾ 1-2 ਮਹੀਨੇ ਤੱਕ ਇਹ ਸਾਰਾ ਕਾਰਵਾਈ ਚੱਲੇਗੀ, ਲੇਕਿਨ ਐਟ ਦ ਐਂਡ ਆਫ ਦ ਡੇ ਜੋ ਮੈਂ ਕੇਸ ਦੇਖੇ ਹੈ, ਮਾਲਕ ਨੂੰ ਕੋਈ ਚਾਰਾ ਹੀ ਨਹੀਂ ਹੈ, ਉਹਨਾਂ ਨੂੰ ਜੇਕਰ ਵਾਪਸ ਨਹੀਂ ਕਰਦੇ ਤੇ ਉਹਨਾਂ ਨੂੰ ਹੋਰ ਆਪਣੇ ਜਿਹੜੇ ਸੂਬੇ ਵੱਲੋਂ ਸੈਸਕਸੂ ਵੱਲੋਂ ਵੀ ਇੱਕ ਜੁਰਮਾਨਾ ਹੋ ਸਕਦਾ ਹੈ, ਹੋ ਸਕਦਾ ਬਲੈਕਲਿਸਟ ਹੋ ਜਾਏ, ਹੋ ਸਕਦਾ ਕੁਛ ਹੋ ਜਾਏ, ਕੋਈ ਹੋਰ ਫਾਈਨ ਲੱਗ ਜਾਏ, ਤੇ ਉਹਨਾਂ ਨੂੰ ਲੈਣੇ ਦੇ ਦੇਣੇ ਪੈ ਸਕਦੇ ਆ। 15 ਇੱਥੇ 15,000 ਦੇ ਕੇ ਜਾਨ ਛੁੱਟ ਸਕਦੀ ਹੈ, ਉੱਥੇ ਹੋ ਸਕਦਾ ਕਿ $50,000 ਫਾਈਨ ਹੋ ਜਾਏ। ਹਾਂਜੀ ਹਾਂਜੀ ਪੈਸੇ ਦੀ ਫਿਕਰ ਨਹੀਂ ਹੈ ਨਾ ਮੈਨੂੰ, ਤੁਸੀਂ ਵੈਸੇ ਫਿਕਰ ਨਾ ਕਰੋ, ਤੁਸੀਂ ਤਾਂ ਆਪਣਾ ਪਹਿਲਾਂ ਆਪਣਾ ਇਮੀਗ੍ਰੇਸ਼ਨ ਦਾ ਦੇਖੋ ਪਹਿਲਾਂ, ਉਧਰ ਕਿਹੜੇ ਸੂਟ ਆ ਗਏ। ਹਾਂਜੀ 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 ਉਧਰ ਵੀ ਹਾਂਜੀ ਭਾਜੀ ਦੇਖਦੇ ਹੁਣ ਗੱਲ ਚੱਲ ਰਹੀ ਕਈ ਜਗ੍ਹਾ, ਦੇਖੋ ਰਿਸਪੋਂਸ ਆਉਂਦਾ ਕਿ, ਕਿਉਂਕਿ ਮੈਂ ਮੈਟ੍ਰੀਮੋਨੀਅਲ ਚ ਵੀ ਦੇਖ ਰਿਹਾ, ਉੱਥੇ ਵੀ ਅਕਾਊਂਟ ਬਣਾਏ ਆ ਤੇ ਹੋਰ ਵੀ ਰਿਸ਼ਤੇਦਾਰੀ ਚ ਗੱਲ ਚਲਾਈ ਹੋਈ ਆ। ਬਸ ਉਹਨੂੰ ਫਾਸਟ ਕਰ ਦੋ, ਬਸ ਉਹਨੂੰ ਤੇ ਜਿਹੜਾ ਟੈਂਪਰੇਚਰ ਔਨ ਕਰ ਦੋ, ਉਹਨੂੰ ਜਰਾ ਫਾਸਟ ਕਰੋ ਜਾਂ ਫਟਾਫਟ ਕਰੋ, ਮਤਲਬ ਕਿ ਇਥੋਂ ਨਿਕਲਣ ਦਾ ਕਰੋ। ਆਵਾਜ਼ ਆ ਰਹੀ ਆਵਾਜ਼ ਕਰ ਗਈ ਰਜੀਤ ਸਿੰਘ, ਆਵਾਜ਼ ਕਰ ਗਈ, ਆਵਾਜ਼ ਕਰ ਗਈ ਜਗਜੀਤ ਸਿੰਘ। ਹਾਂਜੀ ਹੁਣ ਆ ਰਹੀ ਆਵਾਜ਼, ਤੁਹਾਡੀ ਫੋਟੋ ਵੀ ਚਲੇ ਗਈ, ਆਵਾਜ਼ ਵੀ ਚਲੇ ਗਈ, ਫੋਟੋ ਵੀ ਚਲੇ ਗਈ। ਭਾਈ ਕਾਲ ਆ ਰਹੀ ਹੈ ਬਾਰ ਬਾਰ ਨਾ ਵਿੱਚ ਇੱਕ। ਹਾਂ ਤਾਂ ਕਾਲ ਨੂੰ ਕੱਟ ਦਿਓ, ਕਿਉਂਕਿ ਕਾਲ ਨਾਲ ਦੋ ਦੋ ਕਾਲ ਉਹਨੂੰ ਕਾਲ ਨੂੰ ਕੱਟ ਦਿਓ। ਕੱਟਦੀ ਬਾਰ ਬਾਰ। ਫੋਟੋ ਨਹੀਂ ਆ ਰਹੀ, ਵੀਡੀਓ ਨਹੀਂ ਆ ਰਹੀ। ਜੀ 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 ਉਹਨਾਂ ਨੂੰ ਫਿਰ ਤੁਸੀਂ ਉਹ ਕੁਛ ਕਹਿ ਰਹੇ ਸੀ ਮੇਰੇ ਖਿਆਲ ਤੋਂ, ਕੁਛ ਸ਼ਾਦੀ ਦੇ ਬਾਰੇ ਜਾਂ ਕੁਛ ਕਹਿ ਰਹੇ ਸੀ ਕੁਛ। ਉਹੀ ਮੈਂ ਕਹਿ ਰਿਹਾ ਭਾਈ ਕਿ ਮਤਲਬ ਚੱਲ ਰਹੀ ਗੱਲਬਾਤ ਮੈਟ੍ਰੀਮੋਨੀਅਲ ਵਗੈਰਾ ਤੇ ਦੇਖਦੇ ਹਾਂ ਭਾਈ ਕੋਈ ਰਿਸਪੋਂਸ ਆਉਂਦਾ ਤੇ ਬਾਕੀ ਮੈਂ ਇੱਕ ਕਹਿੰਦਾ ਸੀ ਭਾਈ ਜਿੱਦਾਂ ਇੱਥੇ ਤਾਂ ਮਤਲਬ ਕੋਈ ਫਾਇਦਾ ਨਹੀਂ ਵਿਆਹ ਕਰਾਉਣ ਦਾ, ਜੇ ਭਾਵੇਂ ਵਰਕ ਪਰਮਿਟ ਹੋਵੇ ਭਾਵੇਂ ਸਟੱਡੀ ਤੋਂ ਮੈਂ ਇੰਡੀਆ ਤੋਂ ਵਿਆਹ ਕਰਾ ਕੇ ਲੈਵਾਂ। ਕੋਈ ਕੋਈ ਫਾਇਦਾ ਨਹੀਂ, ਕੈਨੇਡਾ ਮੈਰਿਜ ਕਰਾਉਣ ਦਾ ਕੋਈ ਫਾਇਦਾ ਨਹੀਂ, ਇੰਡੀਆ ਮੈਰਿਜ ਕਰਾਉਣ ਦਾ ਕੋਈ ਫਾਇਦਾ ਨਹੀਂ, ਕਿਉਂਕਿ ਉਹ ਫਿਰ ਫੇਸ ਉਹ ਜਿਹੜੀ ਪ੍ਰੋਬਲਮ ਜਿਹੜੀ ਬਿਮਾਰੀ ਉਦਾਂ ਹੀ ਤੇ ਉਦਾਂ ਹੀ ਰਹੇਗੀ, ਬਿਮਾਰੀ ਖਤਮ ਨਹੀਂ ਹੋਈ। ਹਾਂਜੀ ਹਾਂਜੀ ਮੈਂ ਸੋਚ ਰਿਹਾ ਜਿੱਦਾਂ ਇੰਡੀਆ ਤੋਂ ਜਾ ਕੇ ਵਿਆਹ ਕਰਾ ਕੇ ਲਿਆ ਕੇ ਇੱਥੇ ਜੇ ਸਟੱਡੀ ਕਰਦੀ ਤੇ ਮੈਂ ਕੁਛ ਟਾਈਮ ਹੋਰ ਰਹਿ ਪਾਉਂਦਾ ਇੱਥੇ, ਫਿਰ ਉਹਨੂੰ ਉਹ ਤੇ ਚਲੋ ਤੁਸੀਂ ਅਗਰ ਮੈਰਿਜ, ਪਹਿਲੀ ਗੱਲ ਤੇ ਮੈਰਿਜ ਤੁਹਾਡੀ ਹੋਈ ਨਹੀਂ ਹੈ, ਮੈਰਿਜ ਹੋਏਗੀ ਫਿਰ ਉਹ ਮੈਰਿਜ ਪੁਰਾਣੀ ਹੋਏਗੀ, ਅੱਜ ਕੱਲ੍ਹ ਜਿਹੜੇ ਸਪਾਊਸ ਵੀਜ਼ਾ ਹੈ ਦਿੱਲੀ ਤੋਂ ਇਸ਼ੂ ਨਹੀਂ ਹੋ ਸਕਦੇ, ਕਿਉਂਕਿ ਅੱਜ ਕੱਲ੍ਹ ਉਹ ਫਿਰ ਉਹ ਇਨਵੈਸਟੀਗੇਸ਼ਨ ਜ਼ਿਆਦਾ ਹੈ ਕਿ ਵੀ ਮੈਰਿਜ ਕਿਉਂ ਕਰਾਈ, ਕੈਨੇਡਾ ਜਾਣ ਲਈ ਕਰਾਈ, ਕਿੰਨੀ ਪੁਰਾਣੀ ਹੈ, ਕਦੋਂ ਮੈਰਿਜ ਹੋਈ ਹੈ, ਕਿਸ ਤਰ੍ਹਾਂ ਰਿਲੇਸ਼ਨਸ਼ਿਪ ਹੈ ਵਗੈਰਾ ਵਗੈਰਾ। ਸੋ ਇਟ ਇਜ਼ ਨਾਟ ਦੈਟ ਈਜ਼ੀ ਕਿ ਵੀ ਅੱਜ ਤੁਸੀਂ ਮੈਰਿਜ ਕਰਾ ਲਈ ਤੇ ਕੱਲ੍ਹ ਨੂੰ ਵੀਜ਼ਾ ਮਿਲੇਗਾ, ਇਹ ਕੋਈ ਗਰੰਟੀ ਨਹੀਂ ਹੈ ਕਿ ਉਹਨੂੰ ਵੀਜ਼ਾ ਮਿਲੇਗਾ। ਅਗਰ ਜੇ ਵੀਜ਼ਾ ਮਿਲ ਵੀ ਗਿਆ ਆ ਗਈ ਤੇ ਇੱਥੇ ਰਹਿ ਕੇ ਤੁਸੀਂ ਹੁਣ 1-2 ਸਾਲ ਅਗਰ ਜੇ ਲੰਘਾ ਦੋਗੇ ਉਹ ਪ੍ਰੋਬਲਮ ਤੇ ਫਿਰ ਜਿਹੜੀ ਬਿਮਾਰੀ ਹੈ ਉਹ ਤੇ ਪੋਸਟਪੋਨ ਹੋ ਜਾਏਗੀ, ਬਿਮਾਰੀ ਦਾ ਇਲਾਜ ਨਹੀਂ ਹੋਏਗਾ। ਇਲਾਜ ਨਹੀਂ ਹੋਣਾ, ਅਸਲੀ ਅਸਲੀ ਬਿਮਾਰੀ ਦਾ ਇਲਾਜ ਹੈ ਕਿ ਵੀ ਇਸ ਦੇਸ਼ ਤੋਂ ਨਿਕਲ ਕੇ, ਕਿਉਂਕਿ ਸਿਸਟਮ ਤੋਂ ਬਾਹਰ ਹੋ ਜਾਓਗੇ ਫਿਰ ਇਹਨਾਂ ਨੂੰ ਕੀ ਮਤਲਬ ਹੈ, ਫਿਰ ਤੇ ਭਾਵੇਂ ਤੁਸੀਂ ਜੋ ਮਰਜ਼ੀ ਕੀਤਾ ਹੈ ਉਹਨਾਂ ਨੂੰ ਮਤਲਬ ਹੀ ਨਹੀਂ ਹੈ, ਕਿਉਂਕਿ ਤੁਸੀਂ PR ਅਪਲਾਈ ਨਹੀਂ ਕਰ ਰਹੇ, ਉਹ ਸਾਰੀ ਚੀਜ਼ ਦੁਬਾਰਾ ਸਕਰੂਟਨੀ 'ਚ ਆਏਗੀ ਨਹੀਂ। ਹਾਂ ਅਮੈਰੀਕਾ ਵਾਲੇ ਜ਼ਰੂਰ ਤੁਹਾਡੇ ਕਰੀ ਮਤਲਬ ਬੈਕਗਰਾਊਂਡ ਚੈੱਕ ਕਰ ਸਕਦੇ ਹੈ ਕਿ ਵੀ ਹਾਂ ਤੁਸੀਂ ਕੈਨੇਡਾ ਕੀ ਕਰਕੇ ਆਏ ਹੋ, ਆਸਟ੍ਰੇਲੀਆ ਕੀ ਕਰਕੇ ਆਏ, ਕਿਉਂਕਿ ਉਹਨਾਂ ਨੇ ਪੁਲਿਸ ਕਲੀਅਰੈਂਸ ਚਾਹੀਦਾ ਤੁਹਾਨੂੰ ਕੈਨੇਡਾ ਦਾ ਵੀ, ਕੈਨੇਡਾ ਤੋਂ ਵੀ RCMP ਤੋਂ ਤੇ ਇਨਫੈਕਟ ਆਸਟ੍ਰੇਲੀਆ ਵਾਲਾ, ਉਹ ਫਿਰ ਉਹ ਤੁਹਾਡਾ ਜਿਹੜਾ ਪੁਲਿਸ ਕਲੀਅਰੈਂਸ ਮੰਗਣਗੇ ਜ਼ਰੂਰ। ਹਾਂਜੀ ਹਾਂਜੀ ਨਹੀਂ ਪੁਲਿਸ ਕਲੀਅਰੈਂਸ ਤਾਂ ਭਾਈ ਸਾਰਾ ਕਲੀਅਰ ਹੀ ਆ, ਮੈਂ ਕੁਛ ਇੱਦਾਂ ਦਾ ਕੀਤਾ ਨਹੀਂ ਵੀਜ਼ੇ ਦੇ, ਮਤਲਬ ਮੈਂ ਸਟੱਡੀ ਛੱਡਤੀ ਸੀ ਉੱਥੇ ਆਸਟ੍ਰੇਲੀਆ ਚ ਤੇ ਮੈਨੂੰ ਬਸ ਨੋਟਿਸ ਆਇਆ ਸੀ ਕਿ ਤੁਸੀਂ ਲੀਵ ਕਰ ਦਿਓ ਕੰਟਰੀ
ਕਿਉਂਕਿ ਤੁਸੀਂ ਛੱਡਤੀ ਆ, ਤੁਸੀਂ ਕੰਟੀਨਿਊ ਕੀਤੀ ਹਨਾ, ਤੇ ਅਸੀਂ ਤੁਹਾਡਾ ਵੀਜ਼ਾ ਕੈਂਸਲ ਕਰਨ ਲੱਗੇ ਆ ਕੁਛ ਟਾਈਮ ਦੇ ਵਿੱਚ। ਇੱਦਾਂ ਮੈਨੂੰ ਮੇਲ ਆ ਗਈ ਸੀ, ਮਤਲਬ ਕਾਲ ਆਇਆ ਸੀ, ਤੇ ਮੈਂ ਉਹਦੇ ਵਿੱਚ ਵਿੱਚ ਹੀ ਉਹਨਾਂ ਦੇ 10-15 ਦਿਨ ਬਾਅਦ ਹੀ ਮੈਂ ਕੰਟਰੀ ਲੀਵ ਕਰਤੀ ਸੀ, ਕਿਉਂਕਿ ਮੇਰਾ ਮਨ ਨਹੀਂ ਲੱਗ ਰਿਹਾ ਸੀ ਉੱਥੇ। ਜੀ ਹਾਂਜੀ, ਤੇ ਏਦਾਂ ਦਾ ਕੋਈ ਮੈਂ ਕ੍ਰਾਈਮ ਕਰਕੇ ਨਹੀਂ ਆਇਆ ਭਾਈ, ਮੈਂ ਛੱਡ ਬਸ ਇੱਥੇ ਛੱਡ ਕੇ ਆ ਗਿਆ। ਚਲੋ ਠੀਕ ਹੈ, ਠੀਕ ਹੈ। ਮਤਲਬ ਮੇਰਾ ਮਤਲਬ ਇਹ ਕਿ ਅਮਰੀਕਾ ਵਾਲੇ ਵੀ ਤੁਹਾਡੇ ਸਾਰਾ ਬੈਕਗ੍ਰਾਉਂਡ ਇਨਫੋਰਮੇਸ਼ਨ ਮੰਗਣਗੇ, ਸਾਰਾ ਬੈਕਗ੍ਰਾਉਂਡ ਚੈੱਕ ਮੰਗਣਗੇ। ਹਾਂਜੀ ਹਾਂਜੀ ਹਾਂਜੀ, ਮਤਲਬ ਹੋਰ ਤੇ ਭਾਈ ਕੋਈ ਚਾਰਾ ਹੈ ਹੀ ਨਹੀਂ। ਹਾਂਜੀ, ਅਮਰੀਕਾ ਦੇ ਇਲਾਵਾ ਜੀ ਜੀ ਅਮਰੀਕਾ ਦਾ ਕੋਈ ਚਾਰਾ ਨਹੀਂ। ਇਸ ਕਰਕੇ ਕਿਸੇ ਵੀ ਕੋਈ ਵੀ ਅਗਰ ਲਾਇਰ ਵਕੀਲ ਤੁਸੀਂ ਮਿਲੇ ਹੋਗੇ, ਕੋਈ ਹੋਰ ਸੈਸਕੈਚਵਾਨ ਮਿਲੇ, ਅਲਬਰਟਾ ਮਿਲੇ, ਕਿਸੇ ਵਕੀਲਾਂ ਨੂੰ? ਮੈਂ ਭਾਈ ਬਥੇਰੇ ਨਾਲ ਗੱਲ ਕੀਤੀ ਆ, ਉਹ ਵੀ ਆਹੀ ਕਹਿੰਦੇ ਆ ਕੋਈ ਨਾ ਅਸੀਂ ਦੇਖ ਲਾਂਗੇ, ਅਸੀਂ ਬਚਾ ਲਾਂਗੇ ਤੈਨੂੰ, ਐਸੀ ਕੋਈ ਵੱਡੀ ਗੱਲ ਨਹੀਂ ਹੈਗੀ, ਅਸੀਂ ਲੈਟਰ ਲਾ ਦਾਂਗੇ ਜੀ, ਏਦਾਂ ਦਾ ਗਿਆ ਸੀ ਤੇ ਉਹਦਾ ਨਹੀਂ ਸ਼ੋ ਕਰਾਂਗੇ, ਸਟੱਡੀ ਦਾ ਨਹੀਂ ਕਰਾਂਗੇ, ਸਟੱਡੀ ਦਾ ਕਹਿੰਦੇ ਵੈਸ ਵੂਸ ਹੁੰਦੀ ਨਹੀਂ, ਤੇ ਉਹ ਵਿੱਚ ਆਉਣਾ ਵੀ ਨਹੀਂ, ਕਹਿੰਦੇ ਉਹਦਾ ਉਹਦਾ ਦੱਸ ਦਾਂਗੇ, ਆਸਟ੍ਰੇਲੀਆ ਦਾ ਦੱਸ ਦਾਂਗੇ ਕਿ ਤੂੰ ਗਿਆ ਸੀ, ਤੇ ਉਹਦਾ ਲੈਟਰ ਲਾ ਦਾਂਗੇ। ਬਕਵਾਸ ਬਕਵਾਸ ਕਰ ਰਹੇ ਹੈ ਜਿੰਨੇ ਵੀ ਜਿੰਨੇ ਵੀ ਲੋਕ ਇਹ ਜੋ ਲੋਕ ਇਹ ਸਲਾਹ ਦੇ ਰਹੇ ਨਾ, ਉਹ ਆਪਣੇ ਫਾਇਦੇ ਲਈ ਦੇ ਰਹੇ, ਤੁਹਾਡੇ ਫਾਇਦੇ ਲਈ ਨਹੀਂ ਦੇ ਰਹੇ। ਪਹਿਲੀ ਗੱਲ ਉਹਨਾਂ ਨੂੰ ਇੱਕ ਸਵਾਲ ਇਹ ਪੁੱਛਿਆ, ਪੁੱਛੋ ਤੁਸੀਂ ਕਿ ਵੀ ਭਾਜੀ ਤੁਸੀਂ ਇਸ ਤਰ੍ਹਾਂ ਦਾ ਕਿਸੇ ਹੋਰ ਦੀ ਹੈਲਪ ਕੀਤੀ, ਇਸ ਤਰ੍ਹਾਂ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਲੈਟਰ ਲਿਖਾਂਗੇ, ਇਸ ਤਰ੍ਹਾਂ ਦਾ ਕੋਈ ਕੇਸ ਪਿਛਲੇ ਸਾਲ 2 ਸਾਲ ਪਹਿਲਾਂ ਤੁਸੀਂ ਕੋਈ ਕੇਸ ਕੀਤਾ ਜਿਹੜਾ ਹੁਣ ਬਚ ਗਿਆ? ਪਹਿਲੀ ਗੱਲ ਤੇ ਕੋਈ ਰੈਫਰੈਂਸ ਦੇ ਦਿਓ ਕਲਾਇੰਟ ਨੂੰ, ਪਹਿਲੀ ਗੱਲ। ਦੂਸਰਾ, ਜਿਹੜਾ ਤੁਸੀਂ ਹੁਣ ਵੀ ਕਹਿ ਰਹੇ ਹੋ ਕਿ ਵੀ ਲੈਟਰ ਲਿਖ ਦੇਵਾਂਗੇ ਫਲਾਣਾ, ਕੋਈ ਸੈਂਪਲ ਹੈ ਤੁਹਾਡੇ ਕੋਲ ਕੀ ਲਿਖੋਗੇ, ਉਹਦੇ ਨਾਲ ਕਿਵੇਂ ਬਚਾਅ ਹੋ ਜਾਏਗਾ? ਤੀਸਰਾ, ਜਿਹੜਾ ਤੁਸੀਂ ਕਹਿ ਰਹੇ ਹੋ ਕਿ ਜੀ ਲੈਟਰ ਲਿਖ ਕੇ ਆਸਟ੍ਰੇਲੀਆ ਦੀ ਆਪਾਂ ਉਹ ਸ਼ੋ ਕਰ ਦਿਆਂਗੇ, ਲੇਕਿਨ ਉਹ ਜਿਹੜੇ ਡਾਕੂਮੈਂਟ ਨੂੰ ਆਪਾਂ ਸ਼ੋ ਨਹੀਂ ਕਰਾਂਗੇ, ਉਹ ਪ੍ਰੋਬਲਮ ਤੇ ਉੱਥੇ ਹੀ ਕਿ ਉੱਥੇ ਹੀ ਖੜੀ ਹੋਈ ਹੈ, ਉਹ ਪ੍ਰੋਬਲਮ ਕਦੇ ਸੋਲਵ ਨਹੀਂ ਹੋਏਗੀ ਇਸ ਤਰ੍ਹਾਂ। ਸੋ ਅਲਟੀਮੇਟਲੀ ਮਤਲਬ ਕਿ ਦਿਸ ਇਜ਼ ਜਸਟ ਅ ਟਾਈਮ ਗੈਪ ਐਂਡ ਸਟਾਪ ਗੈਪ ਅਰੇਂਜਮੈਂਟ, ਦਿਸ ਇਜ਼ ਨਾਟ ਅ ਲੌਂਗ ਟਰਮ ਸੋਲੂਸ਼ਨ, ਲੌਂਗ ਟਰਮ ਸੋਲੂਸ਼ਨ ਨਹੀਂ ਹੈ ਸਰ। ਤੇ ਇੱਕ ਭਾਈ ਇੱਕ ਕਹਿੰਦਾ ਸੀ ਜਿੱਦਾਂ 10 ਸਾਲ ਬਾਅਦ ਲਾ ਲਈ, ਜਦੋਂ 2013 ਚ ਗਿਆ ਸੀ ਮੈਂ, ਉਹ ਕਹਿੰਦੇ 2023 ਤੋਂ ਬਾਅਦ ਫਾਈਲ ਲਾਈ, ਤੇ ਫਿਰ ਤੇਰਾ ਰਿਕਾਰਡ ਸਾਰਾ ਜਿਹੜਾ ਆ 10 ਸਾਲ ਦਾ ਮੰਗਦੇ ਹੁੰਦੇ ਆ ਉਹਦੇ ਵਿੱਚ ਡਾਕੂਮੈਂਟ ਜੇ ਜੋ ਵੀ ਆ, ਤੇ ਉਹਦੀ ਟ੍ਰੈਵਲ ਹਿਸਟਰੀ ਤੇਰੀ ਸ਼ੋਅ ਨਹੀਂ ਹੋਣੀ ਫਿਰ। ਆਈ ਡੋਨਟ ਥਿੰਕ ਸੋ। ਇਹ ਹੁੰਦਾ ਹੈ ਕਿ ਜਾਂ ਤੇ 10 ਸਾਲ ਦੀ ਹਿਸਟਰੀ, ਜਾਂ ਤੇ ਅਗਰ ਤੁਹਾਡੀ ਏਜ ਅਗਰ ਜਿਸ ਤਰ੍ਹਾਂ 28 ਸਾਲ 29 ਸਾਲ ਅਗਰ ਤੇ ਪੂਰੀ 18 ਸਾਲ ਤੋਂ ਲੈ ਕੇ ਹੁਣ ਤੱਕ, ਉਹ ਸਾਰਾ ਸਾਰਾ ਉਹਨਾਂ ਨੇ ਚੈੱਕ ਕਰਨਾ। ਸੋ ਇਹ ਸਾਰੇ ਪੈਂਤਰੇ ਨਾ ਇਹ ਕੰਮ ਨਹੀਂ ਆਉਣਗੇ ਸਾਰਾ, ਕਿ ਵੀ 10 ਸਾਲ ਬਾਅਦ ਇਹਦੇ ਨਾਲ ਕੁਛ ਹੋਣਾ ਨਹੀਂ ਹੈ, ਇਹ ਸਾਰਾ ਮਤਲਬ ਕਿ ਇਹ ਮਨ ਲੁਭਾਵਨੀ ਗੱਲਾਂ ਨੇ ਕਿ ਵੀ ਹੋ ਜਾਏਗਾ ਇਸ ਤਰ੍ਹਾਂ, ਇਹ ਮਤਲਬ ਇਹਦੇ ਨਾਲ ਪ੍ਰੋਬਲਮ ਸੋਲਵ ਨਹੀਂ ਹੋਏਗੀ। ਜਿਹੜਾ ਦਿਮਾਗ ਦੀ ਜਿਹੜੀ ਸ਼ਾਂਤੀ ਹੈ ਨਾ, ਜਿਹੜੇ ਦਿਮਾਗ 'ਤੇ ਸਕੂਨ ਹੈ ਕਿ ਵੀ ਆਈ ਐਮ ਡੂਇੰਗ ਦਾ ਰਾਈਟ ਥਿੰਗ, ਉਹ ਨਹੀਂ ਹੋਣਾ। ਸੋ ਅਗਰ ਜੇ ਤੁਹਾਡੇ ਚੀਜ਼ਾਂ ਦੀ ਅਗਰ ਹੈ, ਅਗਰ ਅਮੈਰੀਕਾ ਹੈ, ਉੱਥੇ ਤੁਹਾਡੀ ਦੀਦੀ ਵਾਲਾ ਸਿਸਟਰ ਕੁਛ ਹੋਰ ਜਿਹੜੇ ਲੋਕ ਹੈ, ਤੇ ਉੱਥੇ ਫਿਰ ਕੁਛ ਨਾ ਕੁਛ ਕਰ ਸਕਦੇ, ਮੈਰਿਜ ਤੇ ਤੁਸੀਂ ਕਰਨੀ ਵੀ ਹੈ, ਵਾਈ ਨਾਟ ਇਨ ਅਮੈਰੀਕਾ, ਉੱਥੇ ਵੀ ਰਿਸ਼ਤੇ ਵਾਲੇ ਬਹੁਤ ਹੈ, ਤੇ ਉਹਨਾਂ ਨੂੰ ਕਹੋ ਕਿ ਰਿਸ਼ਤਾ ਜੋ ਕਰਨਾ ਹੈ ਕਰਾ ਕੇ ਆਪਣਾ ਖੇਲ ਖਤਮ ਕਰੋ। ਬਾਕੀ ਇਸ ਵਕਤ ਕੈਨੇਡਾ ਅਮੈਰੀਕਾ ਦਾ ਇਸ ਵਕਤ ਜਿਹੜੇ ਟਰੈਵਲ ਜਿਹੜੀ ਚੱਲ ਨਹੀਂ ਰਹੀ, ਮਤਲਬ ਜਿਹੜੀ ਖੁੱਲੀ ਨਹੀਂ ਹੈ, ਤੁਸੀਂ ਅਗਰ ਅਮੈਰੀਕਾ ਦਾ ਟੂਰਿਸਟ ਵੀਜ਼ਾ ਅਪਲਾਈ ਕਰ ਲੈਣਾ, ਤੁਹਾਡੇ ਕੋਲ ਹੈ? ਨਹੀਂ, ਮੈਂ ਕੀਤਾ ਸੀ ਅਪਲਾਈ ਭਾਈ, ਪਿੱਛੇ ਰਿਫਿਊਜ਼ ਹੋ ਗਿਆ, ਮੈਂ ਉਹਦਾ ਕੰਮ ਨਹੀਂ ਕਰ ਰਿਹਾ ਸੀ, ਉਹਨਾਂ ਨੇ ਰੀਜ਼ਨ ਦਿੱਤਾ ਕਿ ਤੂੰ ਕੰਮ ਨਹੀਂ ਕਰ ਰਿਹਾ, ਤੇ ਸਟੱਡੀ ਦੇ ਦੌਰਾਨ ਲਾਇਆ ਸੀ ਮੈਂ। ਨਹੀਂ, ਉਹਦੇ ਬਗੈਰ ਨਹੀਂ ਹੋਣਾ, ਕਿਉਂਕਿ ਤੁਹਾਨੂੰ ਜੌਬ ਲੈਟਰ ਚਾਹੀਦਾ ਹੈ, ਜੌਬ ਲੈਟਰ ਤੇ ਸੈਲਰੀ ਸਲਿਪਸ, ਬੈਂਕ ਸਟੇਟਮੈਂਟ, ਪੈਸੇ, ਇਹ ਸਾਰੇ ਚਾਹੀਦੇ, ਤਾਂ ਜਾ ਕੇ ਉਹਨਾਂ ਨੇ ਵੀਜ਼ਾ, ਅਦਰਵਾਈਜ਼ ਵੀਜ਼ਾ ਦੇਣਾ ਨਹੀਂ। ਹਾਂਜੀ ਭਾਈ, ਉਦੋਂ ਮੈਂ ਕੰਮ ਨਹੀਂ ਕਰ ਰਿਹਾ ਸੀ ਜਦੋਂ ਮੈਂ ਅਪਲਾਈ ਫਾਈਲ। ਨਹੀਂ, ਅਪਲਾਈ ਕਰਨ ਦੀ ਲੋੜ ਹੀ ਨਹੀਂ ਸੀ। ਸੋ ਦੇ ਹੈਵ ਟੂ ਲੁੱਕ ਐਟ ਯੋਰ ਜੌਬ ਲੈਟਰ ਚਾਹੀਦਾ, ਤੇ ਸਾਰੇ ਸੈਲਰੀ ਸਲਿਪ ਚਾਹੀਦੇ ਆ, ਪੇ ਸਟਬਸ, ਤੇ ਫਿਰ ਬੈਂਕ ਸਟੇਟਮੈਂਟ ਚਾਹੀਦੀ ਵੀ ਕਿੰਨੇ ਪੈਸੇ, ਕਿੱਥੇ ਚੱਲੇ ਹੋ, ਕੌਣ ਹੈ ਜਿਹੜੇ ਬੁਲਾ ਰਿਹਾ, ਉਹਨਾਂ ਦਾ ਐਡਰੈਸ ਕੀ ਹੈ ਸਾਰਾ, ਤੇ ਕਿੰਨਾ ਕਿੰਨਾ ਖਰਚਾ, ਕਿੰਨੇ ਦਿਨ ਬਾਅਦ ਜਾ, ਕਿੰਨੇ ਦਿਨ ਬਾਅਦ ਵਾਪਸ ਆਓਗੇ, ਸਾਰੀ ਇਨਫੋਰਮੇਸ਼ਨ ਚਾਹੀਦੀ ਹੈ। ਇੰਟਰਵਿਊ ਵੀ ਕਰਦੇ, ਇੰਟਰਵਿਊ ਬੁਲਾਇਆ ਸੀ ਉਹਨਾਂ ਦਾ? ਹਾਂਜੀ, ਇੰਟਰਵਿਊ ਹੋਇਆ ਸੀ। ਹਾਂਜੀ ਹਾਂਜੀ, ਕੀ ਪੁੱਛਿਆ ਉਹਨਾਂ ਨੇ ਇੰਟਰਵਿਊ 'ਚ? ਰੀਜ਼ਨ ਪੁੱਛੇ ਜਾਣ ਦਾ, ਕਿੱਥੇ ਚੱਲੇ, ਤੇ ਮੈਂ ਦੱਸਿਆ ਮੈਂ ਰੀਜ਼ਨ ਤੇ, ਬਸ ਮੈਂ ਉਦੋਂ ਸਾਰਨੀਆ ਸੀਗਾ ਭਾਈ, ਸਟੱਡੀ ਕਰ ਰਿਹਾ ਸੀ, ਤੇ ਸਾਰਨੀਆ ਦੇ ਬਾਰਡਰ ਨਾਲ ਸੀਗਾ, ਤੇ ਮੈਂ ਇਹੀ ਆਖਿਆ ਮੈਂ ਆਪਣਾ ਉਦਾਂ ਹੀ ਗਰੋਸਰੀ ਜਾਂ ਕੁਛ ਕਰਨ ਜਾਣਾ ਆ, ਘੁੰਮਣ ਫਿਰਨ ਵੀ ਜਾ ਸਕਦੇ ਹਾਂ ਜੀ, ਇਹ ਦੱਸਿਆ ਜੀ। ਤੇ ਉਹਨਾਂ ਨੇ ਮੇਨ ਰੀਜ਼ਨ ਆਹੀ ਦੱਸਿਆ ਜੀ ਕਿ ਤੂੰ ਕੰਮ ਨਹੀਂ ਕਰ ਰਿਹਾ, ਪੈਸੇ ਪੈਸੇ ਨਹੀਂ, ਫੰਡਸ ਨਹੀਂ ਹੈਗੇ ਤੇਰੇ ਕੋਲ, ਤੇ ਤਾਂ ਕਰਕੇ।
जी, वो बिल्कुल बिल्कुल सही है, सही उन्होंने रिफ्यूज किया, मतलब देना भी नहीं चाहिए इस बार, क्योंकि खर्चा जगह तेरे को फंड्स देंगे तो ओवरस्टे कर जाओगे, फलाना कर जाओगे, ये सो इट्स अ गुड आइडिया कि उन्होंने रिफ्यूज करता है। तो तेरे को अगर ये सारे डॉक्यूमेंट्स होंगे फिर अप्लाई करना, उससे पहले अप्लाई नहीं करना। ते पर टूरिस्ट भी हुण छेती ते खुलेगा नहीं, क्योंकि जिस हिसाब ना वो चल रहे पेंडेमिक। यू आर राइट, कोविड चल रहा है, हो सकता है कि 6 महीने ना खुले या व्हाटएवर, वी डोंट नो। के इस तो बेटर ये है कि तुसी अपना रिश्ता कर लो, भावे जो क्या अमेरिका डिजिटल वीजा लगे ना लगे, रिश्ता तो कर ही लो, कोई गल नहीं, कोई चक्कर नहीं। जी, पर वो की है बता, वो जेडे वो देखो, अगर ग्रीन कार्ड है फलाना, अगर कोई अगर वो है, वो जदों बॉर्डर खुलेगा तां वो इत्थे आ सकदी है, पर इत्थे आके मैरिज करके तुसी वो जा सकदी। ते जे भाई सिटीजन कोई कुड़ी इधर जिदा, ते ओ मतलब ओनू नवे सिरे दी भाई उत्थे पीआर लेनी पैनी है, इदां नहीं हो सकदा कि ओनू इत्थे दी कैंसल करके उत्थे दी मिल जाए, या कुछ इदां दी गल हो नहीं, सकदी? मतलब तुसी कह रहे हो कि भी कनाडा दी सिटीजन जेड़ी कुड़ी है उन्हों ग्रीन कार्ड मिल जाएगा डायरेक्टली, ये कह रहे? हाँ जी, यूएसए तो नहीं मिल सकता ग्रीन नहीं, कार्ड? इस तरह कोई सिस्टम नहीं। वो ग्रीन कार्ड का प्रोसेस सारा सारा शुरू करना पड़ेगा उन्होंने, बिल्कुल शुरू डायरेक्ट। शुरू अच्छा नहीं, इस तरह नहीं। सेम अच्छा सेम थिंग उन्होंने भी है, जेड़ी जेड़ी अमेरिकन सिटीजन जेड़े लोग ने इतने आके उन्होंने पीआर थोड़ी मिलती है आंधे सार, उन्होंने भी इसे प्रोसेस तो लंघ के जाना पड़ता है। अच्छा बट यार हो सकता वीजे दे चांसेस बढ़ सकते जदों उत्थे वर्क परमिट ते जावे या कुछ। नहीं, अगर अगर ते देखो, अगर कोई कैनेडियन पासपोर्ट है, जी जिरे जिना को कैनेडियन पासपोर्ट है, जिन्हें प्रोफेशनल जॉब पे जा रहे हैं, जिस तरह मैं दस्या, नर्स है, फार्मासिस्ट है, इंजीनियर है, वकील है, डॉक्टर है, इस तरह की कुछ इन्हों की नैफ्टा की लिस्ट है, उन्होंने ते फिर उन्होंने ते ऑन द स्पॉट वीजा, वर्क वीजा मिल जाता है एयरपोर्ट पे, ऑन द स्पॉट मिल जाए, इसको नैफ्टा वीजा, तो उन्होंने कोई होर प्रॉब्लम नहीं होती। विद इन तुसी अपने जॉब लेटर लेके जाओ, एयरपोर्ट जाओ, उसे वक्त विद इन हाफ एन आवर दे विल स्टैम्प यू विद द वर्क वीजा। बाकी जेडे होर प्रोफेशनल नहीं हैं ते उन्हां नूं फिर वो लेबर सर्टिफिकेशन तो निकलना पैंदा है। एक्चुअली लेबर सर्टिफिकेशन करोगे फिर वो पास हो गया, जिस तरह LMI है उसी तरीके का प्रोसेस। हाँ जी, हाँ जी। ते भाई जदा हुण मेरे कई फ्रेंड ने भाई वो भी जदा फेक ला के आए आ ओके मार्कशीटां, ते वो PNP बारे सोच रहे आ, ते उन्हां दा मतलब रिस्क हो सकदा अग्गे? रिस्क ते पता, जो रिस्क तुहाडा है वो रिस्क उहनां दा नहीं। तुहाडे कोल 2 मिस्टेक है, उहनां कोल 1 मिस्टेक है, ते ओह थोड़ा जिहा हौली जिहा आराम बैठे हो। बाकी बाकी रिस्क ते है, रिस्क जी ते हमेशा रहेगा। भाई, ये छोटी जी मिस्टेक करके बस एजेंट ने सारा काम खराब कर दिया। मैं दे भाई उन्होंने कहा भी सी कि मेरे दस दो ना, मैं जो कहा मैं इदा तक गया, मैं सब कुछ दसिया भाई क्लियर उन्होंने, बट उन्होंने मैनू ऐसे चक्कर च पाता कि ऐदा वीजा नहीं आना तेरा, ओदा नहीं आना, तू ऐ कर ओ कर, ते फिर मैं ओदा करी गया भाई। उन्होंने कहने ते सारा कुछ, मैं ते भाई सारा जेनुअन सीगा मेरा सब कुछ। जी, इंडिया में पढ़ाई की थी भाई, और ग्रेजुएशन मेरी उन्होंने वो लवाई नहीं, वो जोड़ी मैं की थी सी, वो मेरे आए सी 55 कुछ% सीगे भाई, परसेंटेज घट सी, बट मैं मतलब फेक नहीं सी, तो इन्होंने मेरी फेक कहते तेरी बना देने हैं 70% वाली, वो लवाती वीजा चांसेस ज्यादा हो जाएंगे उधर। भाई चलो उधर नहीं, मत भी नहीं सी, तो कहता कि चलो हाँ ठीक है, ये ये हो तो जाने अच्छा। पड़ते। कई बार उसे वक्त तो चेक कर लेते, जो मैं मेरे को केस है, कल जी मैं डिस्कशन कर रहा सी उस कुड़ी नाल, उदा उदे हस्बैंड ने भी फर्जी डिग्री बनाई सी उस्मानी यूनिवर्सिटी तो, 30,000 रुपए देकर। तो पढ़ी करता कि भाई फिर हाँ मैं दस रहा हूँ तो, जी वो इन्फॉर्मेशन उन्होंने जो डॉक्यूमेंट्स सबमिट किए स्पाउस वीजा दे, क्योंकि वो तो इतने टोरंटो पढ़ रही है, तो हस्बैंड उत्थे बैठा है अपना हैदराबाद शहर। उते फिर कोई भी एप्लीकेशन नु जे उन्हां नु लगदा है कि थोड़ी बहुत कुछ हिलजुल है, कोई कोई थोड़ी बहुत, क्योंकि उन्हां कोल अपने स्टाफ बैठे हैं, इंडियन स्टाफ भी बैठे हैं, क्लर्क बैठे हैं, किसी नु भी कह सकते कि भाई हाँ ये पता करो, उन्होंने उस्मानी यूनिवर्सिटी कॉल कर लिया, हाँ भाई हेलो हेलो आई एम कॉलिंग फ्रॉम न्यू दिल्ली हाई कमीशन, ये थोड़ा जरा बीएससी डिग्री फलाने के बंदे ने
ਕੀਤੀ ਹੈ ਤੇ ਉਹਨਾਂ ਨੇ ਕਿਹਾ ਕਿ ਸਾਨੂੰ ਭੇਜੋ ਪਰਾ ਕਾਪੀ, ਉਹਨਾਂ ਨੇ ਕਿਹਾ ਕਿ ਨਹੀਂ ਸਾਡੀ ਤੇ ਡਿਗਰੀ ਹੈ ਹੀ ਨਹੀਂ। ਭਾਈ ਉਹ ਕਿੱਥੇ ਚਲਾ ਰਹੀ ਹੈ, ਐਕਸਪ੍ਰੈਸ ਐਂਟਰ ਚਲਾ ਰਹੀ, ਮਤਲਬ ਫਾਈਲ ਕਿੰਨਾ? ਸਪਾਊਸ ਵੀਜ਼ਾ। ਸਪਾਊਸ ਵੀਜ਼ਾ, ਅੱਛਾ ਅੱਛਾ ਮੈਰਿਜ, ਮੈਰਿਜ ਤੇ ਉਹਦੀ ਪੁਰਾਣੀ ਹੈ, 5 ਸਾਲ ਪੁਰਾਣੀ ਮੈਰਿਜ ਹੈ ਤੇ ਇੱਥੇ ਤੇ ਉਹਨਾਂ ਜਿਹੜੇ ਹਸਬੰਡ ਹਸਬੰਡ ਉੱਥੇ ਬੈਠਾ ਸੀ ਆਪਣਾ ਇੰਡੀਆ, ਉਹ ਹਸਬੰਡ ਬੈਠਾ ਹੈ, ਹਸਬੰਡ ਬੈਠਾ ਹੈ ਇੰਡੀਆ ਤੇ ਇਹ ਸਟੂਡੈਂਟ ਉਸ ਵਕਤ ਪਿਛਲੇ ਸਾਲ ਰਿਫਿਊਜ਼ ਹੋਇਆ, ਉਸ ਵਕਤ ਇਹ ਸਟੂਡੈਂਟ ਸੀ ਇੱਥੇ ਟੋਰਾਂਟੋ ਪਤਾ ਨਹੀਂ ਕਿਹੜੇ ਕਾਲਜ, ਸੋ ਪਿਛਲੇ ਸਾਲ ਹੀ ਇਹਨੂੰ ਫਿਰ ਕਰਕੇ ਉਹਨੂੰ ਬੁਲਾ ਕੇ ਉਹਨੂੰ ਪੁੱਛਿਆ ਕਿ ਵੀ ਤੁਸੀਂ ਇਹ ਡਾਕੂਮੈਂਟ ਤੁਹਾਡੇ ਜਿਹੜੇ ਹੈ ਇਹਨੂੰ ਦੱਸੋ ਕਿ ਵੀ ਡਾਕੂਮੈਂਟ ਤੁਸੀਂ ਡਿਗਰੀ ਕਦੋਂ ਕੀਤੀ ਕੀ ਕੀਤਾ, ਤੇ ਉਹਨਾਂ ਨੇ ਏਜੰਟ ਨੇ ਫਿਰ ਫਿਰ ਫਰਜ਼ੀ ਬਣਾ ਦਿੱਤਾ ਕਿ ਵੀ ਅਟੈਸਟੇਸ਼ਨ, ਇੱਕ ਲਾਇਰ ਤੋਂ ਇੱਕ ਉਹ ਐਫੀਡੇਵਿਟ ਬਣਾ ਦਿੱਤਾ ਕਿ ਵੀ ਮੇਰੀ ਡਿਗਰੀ ਸਹੀ ਹੈ, ਤੇ ਫਿਰ ਉਹਨਾਂ ਨੇ ਫਿਰ ਚੈੱਕ ਕਰ ਲਿਆ, ਫਿਰ ਉਹਨਾਂ ਨੇ ਦੱਸਿਆ ਕਿ ਵੀ ਤੁਹਾਡੀ ਡਿਗਰੀ ਪਹਿਲਾਂ ਵੀ ਨਕਲੀ ਸੀ, ਹੁਣ ਵੀ ਤੁਸੀਂ ਦੁਬਾਰਾ ਕਹਿ ਰਹੇ ਹੋ ਕਿ ਅਸਲੀ ਹੈ, ਵਾਕਈ ਨਕਲੀ ਹੈ, ਇਸ ਕਰਕੇ ਅਸੀਂ ਤੁਹਾਨੂੰ 5 ਸਾਲ ਲਈ ਬੈਨ ਕਰ ਦਿੰਦੇ, ਤੇ ਇਹ ਬੈਨ ਪਿਛਲੇ ਸਾਲ ਸੈਪਟੰਬਰ ਆਫ ਸੈਪਟੰਬਰ 2020 ਤੋਂ 5 ਸਾਲ ਲਈ ਲੱਗਿਆ, 5 ਈਅਰਸ। ਦੈਟ ਮੀਨਸ ਕਿ ਉਹ ਹਸਬੈਂਡ ਜੋ ਇੰਡੀਆ ਬੈਠਾ ਹੈ, ਉਹ ਲੜਕੀ ਇੱਧਰ ਬੈਠੀ ਹੈ, ਮੈਰਿਜ ਵੀ ਪੁਰਾਣੀ ਹੈ, ਆਪਸ 'ਚ ਮਿਲ ਨਹੀਂ ਸਕਦੇ, ਤੇ ਉਹ ਆਪਣਾ ਆਫਟਰ ਸੈਪਟੰਬਰ 2025 2025 ਦੇ ਬਾਅਦ ਉਹ ਅਪਲਾਈ ਕਰੇਗਾ ਵੀਜ਼ਾ, 5 ਸਾਲ ਤੱਕ ਅਪਲਾਈ ਕਰ ਸਕਦਾ, ਉਹਦੇ ਵੀ ਚਾਂਸਿਸ ਹੈ ਕਿ ਉਹ ਆ ਸਕਦਾ ਭਾਈ, ਤੇ ਉਹਦੇ ਬਾਅਦ ਤੇ ਕਲੀਅਰ ਹੈ, ਫਿਰ ਉਹਦੇ ਬਾਅਦ ਤੇ ਦੇਰ ਇਜ਼ ਨੋ ਗਾਰੰਟੀ ਆਫ ਕੋਰਸ, ਉਹਦੇ ਬਾਅਦ ਮਤਲਬ ਕਿ ਪਹਿਲਾਂ ਤੇ ਇਹ ਕਿ 5 ਸਾਲ ਲਈ ਅਪਲਾਈ ਨਹੀਂ ਕਰ ਸਕਦਾ, 5 ਸਾਲ ਬਾਅਦ ਅਪਲਾਈ ਕਰੇਗਾ, ਫਿਰ ਉਸ ਟਾਈਮ ਜੋ ਵੀ ਉਹਨਾਂ ਦੀ ਜੋ ਵੀ ਰਿਲੇਸ਼ਨਸ਼ਿਪ ਹੈ ਉਹ ਚੈੱਕ ਕੀਤੀ ਜਾਏਗੀ, ਪਰ ਇਸ ਟਾਈਮ ਪ੍ਰੋਬਲਮ ਇੱਕ ਹੋਰ ਹੋ ਗਈ ਹੈ ਕਿਉਂਕਿ ਉਹ ਲੜਕੀ ਨੇ ਹੁਣ ਉਸ ਪੜ੍ਹਾਈ ਪੂਰੀ ਕਰ ਲਈ ਹੈ, ਲੜਕੀ ਜਿਹੜੀ ਟੋਰਾਂਟੋ ਰਹਿ ਰਹੀ ਹੈ ਉਹਨੇ ਪੜ੍ਹਾਈ ਪੂਰੀ ਕਰ ਲਈ ਹੈ, ਹੁਣ ਉਹ PR ਨਹੀਂ ਅਪਲਾਈ ਕਰ ਸਕਦੀ ਕਿਉਂਕਿ ਉਹਦਾ ਹਸਬੈਂਡ ਨੂੰ ਬੈਨ ਹੋ ਗਿਆ। ਅਗਰ ਅਗਰ ਹਸਬੈਂਡ ਨੂੰ ਬੈਨ ਲੱਗਿਆ, ਸੈਕਸ਼ਨ ਏ ਸੈਕਸ਼ਨ 40 ਲੱਗਿਆ ਮਿਸ ਰੈਪ ਦਾ, ਡੈਟ ਮੀਨਸ ਕਿ ਦੂਸਰਾ ਪਾਰਟਨਰ ਵੀ ਹੁਣ PR ਅਪਲਾਈ ਨਹੀਂ ਕਰ ਸਕਦਾ, ਤੇ ਉਹ ਤਾਂ ਭਾਈ ਉਹ ਵਰਕ ਪਰਮਿਟ ਐਕਸਪਾਇਰ ਹੋ ਜਾਣਾ ਉਦੋਂ ਤੱਕ ਤੇ ਉਹਦਾ ਵਰਕ ਪਰਮਿਟ ਐਕਸਪਾਇਰ ਹੁਣ ਹੋ ਜਾਣਾ ਮੇਰੇ ਖਿਆਲ 3 ਸਾਲ ਦਾ ਸ਼ਾਇਦ ਵਰਕ ਪਰਮਿਟ, ਮਤਲਬ ਕਿ 1.5 ਸਾਲ ਹੋਰ ਬਚਾ ਹੈ, ਸ਼ਾਇਦ 1.5 ਜਾਂ 2 ਸਾਲ ਹੋਰ ਬਚਾ, ਤੇ ਔਖਾ ਹੋ ਗਿਆ। ਹਾਂ ਯਾ ਤੇ ਉਹਨੂੰ ਕਹਿਣਾ, ਸੋਚ ਰਿਹਾ ਸੀ ਜੇ ਮੈਂ ਵਿਆਹ ਕਰਾ ਕੇ ਬਹਿਣ ਲੱਗ ਜਾਂਦਾ ਏ ਤੇ ਫਿਰ ਉਹ ਮੇਰੀ ਪੀਅਰ ਵਾਲੀ ਭਾਈ ਕੁੜੀ ਜਿੱਦਾਂ ਹੁਣ ਇੱਥੇ ਲੱਭ ਕੇ ਹਨਾ, ਉਹਨੂੰ 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 ਵੀ ਲੱਗ ਜਾਏਗਾ। ਅਗਰ ਫਰਜ਼ ਕਰ ਲਓ ਤੁਸੀਂ ਤੁਸੀਂ ਆਪਣੇ ਇੰਡੀਆ ਜਾ ਕੇ ਵਿਆਹ ਕਰਕੇ ਇੱਥੇ ਲੈ ਆਓ ਆਪਣੀ ਵਾਈਫ ਨੂੰ, ਜੇ ਤੁਹਾਨੂੰ ਬੈਨ ਲੱਗਿਆ ਤੇ ਆਟੋਮੈਟਿਕਲੀ ਉਹਨੂੰ ਵੀ ਬੈਨ ਲੱਗ ਜਾਏਗਾ, ਡੈਟ ਮੀਨਸ ਉਹ ਵੀ ਮਾਰੀ ਜਾਏਗੀ ਨਾਲ ਨਾਲ। ਤੇ ਪੀਅਰ ਵਾਲੀ ਕੁੜੀ ਨੂੰ ਤੇ ਨਹੀਂ ਲੱਗੇਗਾ ਨਾ ਭਾਈ? ਹਾਂਜੀ ਨਹੀਂ, PR ਵਾਲੀ ਨੂੰ ਵੀ ਲੱਗੇਗਾ, PR ਵਾਲੀ ਨੂੰ ਵੀ ਲੱਗੇਗਾ। ਅਗਰ ਅਗਰ ਅੱਜ ਤੁਸੀਂ ਲੈਟ ਅਸ ਅਸਿਊਮ ਕਿ ਅੱਜ ਤੁਸੀਂ ਮੈਰਿਜ ਕਰਦੇ ਹੋ ਜਿਹਦੇ ਕੋਲ PR ਹੈ ਕੈਨੇਡਾ ਦਾ, ਠੀਕ ਹੈ, ਅੱਜ ਮੈਰਿਜ ਹੋ ਗਈ, ਆਫਟਰ 3 ਮੰਥਸ ਤੁਹਾਨੂੰ ਬੈਨ ਲੱਗ ਗਈ, ਤੇ ਆਟੋਮੈਟਿਕਲੀ ਉਹ ਵੀ ਉਹਨੂੰ ਵੀ ਬੈਨ ਲੱਗ ਜਾਏਗਾ, ਡੈਟ ਮੀਨਸ ਉਹਨੂੰ ਵੀ ਡਿਪੋਰਟੇਸ਼ਨ ਲੱਗ ਜਾਏਗੀ, ਉਹਦੀ ਵੀ PR ਕੈਨਸਲ ਕਰ ਦੇਣੀ। ਜੀ ਜੀ ਉਹਨੂੰ ਵੀ ਰਿਮੂਵਲ ਡਿਪੋਰਟੇਸ਼ਨ ਆਰਡਰ ਇਸ਼ੂ ਹੋ ਜਾਏਗਾ। ਉਹਦਾ ਕੀ ਕਸੂਰ ਹੈ ਭਾਈ, ਕਿਉਂਕਿ ਵਿਆਹ ਤੇ ਮੈਂ ਕਰਾਇਆ। ਕਸੂਰ ਹੈ ਕਿਉਂਕਿ ਪਾਰਟਨਰ ਤੁਹਾਡਾ ਇਨਐਡਮਿਸਿਬਲ ਹੈ ਤੇ ਦੂਸਰਾ ਵੀ ਇਨਐਡਮਿਸਿਬਲ ਹੋ ਜਾਏਗਾ। ਇਹ ਤੁਹਾਨੂੰ ਮੈਂ ਸੈਕਸ਼ਨ ਆਫ ਲਾਅ ਤੁਹਾਨੂੰ ਭੇਜ ਦਿਆਂਗਾ, ਜੇ ਤੁਹਾਨੂੰ ਇੰਟਰਸਟ ਹੈ ਤੁਸੀਂ ਪੜ੍ਹ ਲੈਣਾ, ਤੁਹਾਨੂੰ ਮੈਂ ਸੈਕਸ਼ਨ ਆਫ ਲਾਅ ਭੇਜ, ਮੈਂ ਇਹਦੇ ਬਾਰੇ ਇੱਕ ਵੀਡੀਓ ਮੈਂ ਤਿਆਰ ਕਰਕੇ ਬਣਾਵਾਂਗਾ, ਪਬਲਿਕ ਮਤਲਬ ਕਿਸੇ ਨਾਮ ਨਹੀਂ ਲੈਣਾ, ਮੈਂ ਵੀਡੀਓ ਬਣਾ ਕੇ ਮੈਂ ਵਿਦ ਇਨ ਫਿਊ ਡੇਜ਼ ਮੈਂ ਇੱਕ ਇਹਨੂੰ ਦੱਸਾਂਗਾ। ਲੋਕਾਂ ਨੂੰ ਪਤਾ ਨਹੀਂ ਐਕਚੁਅਲੀ, ਬਹੁਤਾਂ ਨੂੰ ਲੋਕਾਂ ਨੂੰ ਪਤਾ ਨਹੀਂ, ਉਹ ਸੋਚਦੇ ਹਾਂ ਕਿ ਪੇਪਰ ਸਕਦੇ, ਲੇਕਿਨ ਆਟੋਮੈਟਿਕਲੀ ਦੂਸਰੇ PR। ਹਾਂ ਅਗਰ 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 ਕੁੜੀ ਸਿਟੀਜ਼ਨ ਹੈ ਫਿਰ ਉਹ ਬਚੀ ਹੈ, ਫਿਰ ਕੋਈ ਚੱਕਰ ਨਹੀਂ। ਤੇ ਜਦੋਂ ਸਿਟੀਜ਼ਨ ਫਿਰ ਭਾਈ ਮੈਂ 5 ਸਾਲ ਬਾਅਦ ਅਪਲਾਈ ਕਰ ਸਕਦਾ ਹਾਂ ਜੀ ਇੱਥੇ ਆਉਣ ਲਈ, ਜੇ ਸਿਟੀਜ਼ਨ ਨੇ ਵਿਆਹ ਕਰਾਉਣਾ? ਜੀ 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 ਹਾਂ, ਅੱਜ ਅਗਰ ਯੂ ਰਾਈਟ, ਅਗਰ ਅਗਰ ਸਪੋਜ਼ ਅੱਜ ਤੁਹਾਨੂੰ ਬੈਨ ਲੱਗਿਆ, 5 ਸਾਲ ਦੀ ਸਜ਼ਾ ਕੱਟਣੀ ਹੈ ਤੁਸੀਂ, 5 ਸਾਲ ਬਾਅਦ ਯੂ ਆਰ ਓਕੇ ਟੂ ਅਪਲਾਈ, 5 ਸਾਲ ਬਾਅਦ ਜੋ ਮਰਜ਼ੀ ਕਰਨਾ ਹੈ ਅਪਲਾਈ ਕਰੋ, ਜੋ ਮਰਜ਼ੀ ਪੀਆ ਅਗਰ ਹੈ ਵਟਐਵਰ ਜੋ ਵੀ ਉਸ ਵਕਤ ਸਕੀਮ ਚੱਲਦੀ ਹੈ ਤੁਸੀਂ ਅਪਲਾਈ ਕਰ ਸਕਦੇ ਹੋ ਆਫਟਰ 5, ਮਤਲਬ ਕਿ 5 ਸਾਲ ਲਈ ਤੁਹਾਨੂੰ ਉਹਨਾਂ ਨੇ 5 ਸਾਲ ਲਈ ਤੁਹਾਡੇ ਮੱਥੇ ਤੇ ਇੱਕ ਕਾਲਾ ਚਿੱਟਾ ਬਲੈਕ ਲਿਸਟ ਕਰ ਦੇਣਾ। ਅੱਛਾ ਅੱਛਾ ਠੀਕ। ਤੇ ਵਿਆਹ ਕਰਾ ਕੇ ਭਾਈ ਜਦੋਂ ਸਿਟੀਜ਼ਨ ਨੇ ਆਪ ਕਨਫੈਸ ਕਰਨਾ ਆ ਤੇ ਮੇਬੀ ਚਾਂਸਸ ਘਟ ਸਕਦੇ ਆ ਮੇਰੇ ਡਿਪੋਰਟੇਸ਼ਨ ਦੇ? ਮੈਰਿਜ ਕਰਾ ਕੇ ਸਿਟੀਜ਼ਨ ਕੁੜੀ ਨਾਲ, ਮੈਰਿਜ ਕਰਾ ਕੇ ਅਗਰ ਜੇ ਕੈਨੇਡਾ ਸਿਟੀਜ਼ਨ ਕੁੜੀ ਹੈ ਫਿਰ ਤੁਸੀਂ ਅਗਰ ਦੱਸਦੇ ਹੋ, ਫਿਰ ਤੇ ਇੱਕ ਹਿਊਮੈਨੀਟੇਰੀਅਨ ਕੰਪੈਸ਼ਨੇਟ ਐਪਲੀਕੇਸ਼ਨ ਹੁੰਦੀ ਹੈ ਕਿ ਵੀ ਹਾਂ ਮੇਰੀ ਮੈਰਿਜ ਹੋ ਚੁੱਕੀ ਹੈ, ਮੇਰਾ ਹੁਣ ਬੱਚਾ ਵੀ ਹੋਣ ਵਾਲਾ, ਮੇਰਾ ਵਟਐਵਰ, ਸੋ ਮੈਨੂੰ ਛੱਡ ਦਿੱਤਾ ਜਾਏ, ਇੱਕ ਦੇਰ ਇਜ਼ ਅ ਲੈਸ ਚਾਂਸ ਕਿ ਵੀ ਤੁਹਾਨੂੰ ਡਿਪੋਰਟ, ਲੇਕਿਨ ਰਿਸਕ ਹੈ ਹੀ ਹੈ, ਰਿਸਕ 100% ਤੇ 0% ਤੇ ਰਿਸਕ ਤੇ ਹੋ ਨਹੀਂ ਸਕਦਾ, ਰਿਸਕ ਥੋੜ੍ਹਾ ਬਹੁਤ ਹਮੇਸ਼ਾ ਹੀ ਰਹੇਗਾ। ਮੇਰਾ ਖਿਆਲ ਹੈ ਕਿ ਇਸ ਤਰ੍ਹਾਂ ਦਾ ਪੰਗਾ ਨਾ ਲਓ,
माय एडवाइस कि तुसी कनाडा दा रिश्ता ना लो, अगर जे रिश्ता करना ही है अमेरिका दे, हाँ बजाय गो एंड मैरी इन अमेरिका, अमेरिका है किसी और कंट्री बेटर है कि उठे नवी नई जिंदगी अपने नई नई हिस्ट्री शुरू करो। हाँ जी हाँ जी, बट चक्कर पई हो या उत्थे दे रिश्ते इत्थे दे ज्यादा आ रहे सी अपने कनाडा दे, कनाडा कुड़ियां मतलब जानकारी च हैगी पापा दे ते रिश्तेदारी च भी होर इत्थे दे ज्यादा आ रहे सी उत्थे दे पई हुण नवी। देखो देखो इस तरह है मेरी पॉलिसी बिल्कुल साफ है, अगर जो तुम्हें कैनेडियन सिटीजन के रिश्ते मिल रहे हैं, हाँ जी रिश्ता रिश्ता जब तुम करन तो पहला ये सारा उन्होंने घरदियां नूं सारा साफ साफ दस दौ कि भाई ये सिचुएशन है, उन्होंने रखना कि भी कल नूं उन्होंने पता लगे कल नूं फिर वो फिर कोई होर तुहाडे कोई किसान कोई कलेश शुरू हो जाए, ये सारा उन्होंने घरदियां नूं दस दौ कि भी तेरे ते इस तरह प्रॉब्लम हो सकती है, सो बी मेंटली प्रिपेयर्ड कि अगर कुछ हो गया तो ये पॉसिबल कि मतलब कि मैरिज के बाद अगर जो मैनू बैन लग गया तो मेरी तो वाइफ है कैनेडियन सिटीजन लेकिन मैं हो सकता है कंट्री छड़ना पे 5 साल लिए फिर की करो जी जी उन्होंने बाद चो पता लगता फिर हाँ भाई रिश्ता भी टूट सकता है ना जी, फिर तो रिश्ता खराब हो जाएगा जे सपोज तुम उन्होंने सीक्रेट रखोगे कल नू 2 साल बाद 3 साल बाद अगर किसी तरीके नाल वो चीज लीक आउट हो गई कुछ पता लग गया तो फिर तुहाडी जिहड़ी मैरिज मैरिज भी खत्म हो जाएगी कहानी फिर तो बहुत प्रॉब्लम हो सकती, तो रिश्ता रिश्ता करने तो पहला ये सारा डिक्लेयर करना बहुत जरूरी है, बहुत ज्यादा जरूरी है। हाँ जी हाँ जी, ते भाई आ केड़ी एजेंसी तुसी मैनूं थोड़ा जिहा दस सकदे हो किदां मैं केस करां इत्थे जे मतलब बाद च वी करना ते होल्ड होल्ड करो केड़ी मैं केड़ी एजेंसियां ने भाई? होल्ड होल्ड कर जाओ मैं तुहानूं हुणे दस देना, जस्ट मैं हाँ तुहानूं जी स्क्रीन ਤੇ ਦੰਦ ਕਿਉਂਕਿ ਤੁਸੀਂ ਐਕਚੁਅਲੀ ਫੋਨ ਤੇ ਹੋ ਨਾ, ਅਗਰ ਕੰਪਿਊਟਰ ਤੇ ਹੁੰਦੇ ਤੁਸੀਂ ਸਕਰੀਨ ਖੋਲ, ਕੰਪਿਊਟਰ ਤੁਹਾਡੇ ਸਾਹਮਣੇ ਹੈ ਕੋਈ? ਹਾਂ ਜੀ ਬਿਲਕੁਲ, ਕੰਪਿਊਟਰ ਉਹ ਖੋਲੋ ਆਪਣਾ ਗੂਗਲ ਵਾਲਾ ਖੋਲੋ ਤਾਂ ਮੈਂ ਦੱਸ ਦਿੰਦਾ। खुल गया और दूजा फोन हैगा भाई उत्ते खोल लेना मैं। मैं तुहानू ना व्हाट्सएप ते व्हाट्सएप तुहाडा खुला है उस दूसरे फोन ते? नहीं भाई व्हाट्सएप ते एक ते चल रहा है इत्थे, व्हाट्सएप एक चल रहा है तुहानू, फिर मैं ईमेल कर दिया किस तरह करा या व्हाटएवर आई कैन। हां जी भाई ईमेल कर दो उत्ते, या जस्ट डू इट, ये एक सेकंड भाई खोल ही गया बस लैपटॉप, काफी पुराना लैपटॉप है थोड़ा जो लिंक है ना, देखो जो लिंक है ना सरकारी जो गवर्नमेंट का कि भी कितना तुसी रिपोर्ट करनी है वो मैं लिंक तो अनु व्हाट्सएप से भेजता है, देखो एक आया होगा शायद, हाँ जी भाई आ गए, ओपन वर्क परमिट फॉर वल्नरेबल वर्कर्स इन्हों तुसी क्लिक करो सारा दिता हुआ है कि भी किस किस तरह दे अगर उन्होंने तुहाडे तो पैसे लए या कुछ लए तुसी अपना कार्ड नु तुसी अपना रिपोर्ट कर सकते हो। जी हाँ जी ये ते है अपना दिस इज कॉल्ड फाइनेंशियल अब्यूज, ये जरा अब्यूज होंदा है, अब्यूज अगर कोई भी मालिक तुहानू अब्यूज करता है एज अ फॉरन वर्कर, फिजिकल अब्यूज, सैक्सुअल अब्यूज, साइकोलॉजिकल अब्यूज, फाइनेंशियल अब्यूज, फाइनेंशियल अब्यूज का मतलब कि तुहानू तनखा नहीं देनी या तुहाडी तनखा तो ज्यादा पैसे, उन्हें मेरी तनखा भी नहीं अजे 3-4 पई पे चेक मेरे मारे हुए है अजे दे नहीं रहा, बस बस वो सारा लपेटे च आ जाएगा सारा, अगर अगर ਤੁਹਾਡੇ ਨੂੰ ਅਗਰ ਅਗਰ ਤੁਹਾਡੇ ਤੋਂ ਮਤਲਬ ਜ਼ਿਆਦਾ ਇੱਕ ਪੈਸੇ ਦੀ ਐਕਸਪਲੋਇਟੇਸ਼ਨ ਕਰ ਰਿਹਾ ਹੈ ਇਨਕਲੂਡਿੰਗ ਇਨਕਲੂਡਿੰਗ ਤੁਹਾਡੇ ਤੋਂ ਪੈਸੇ ਮੰਗਨੇ, ਹੁਣ ਪਤਾ ਨਹੀਂ ਕਿ ਉਹਨਾਂ ਨੇ ਮੰਗੇ ਜਾਂ ਤੁਸੀਂ ਆਪ ਦਿੱਤੇ ਨਹੀਂ ਵਟਐਵਰ, ਮਤਲਬ ਕਿ ਅਲਟੀਮੇਟਲੀ ਪੈਸੇ ਉਹਨਾਂ ਕੋਲ ਹੈ, ਸੋ ਇਹ ਸਾਰਾ ਫਾਈਨੈਂਸ਼ੀਅਲ ਅਬਿਊਜ਼ ਹੈ, ਜੇ ਤੁਸੀਂ ਅਗਰ ਆਪਣੀ ਇੱਕ ਉਹਨਾਂ ਨੂੰ ਇਮੀਗ੍ਰੇਸ਼ਨ ਜੋ ਇੱਕ ਥੱਲੇ ਬਣਾਈ ਈਮੇਲ ਐਡਰੈਸ ਉਹਨਾਂ ਨੂੰ ਦੱਸੋ, ਹਾਂਜੀ ਆਪਣੇ ਆਪ ਕੰਟੈਕਟ ਕਰਕੇ ਉਹਨਾਂ ਨੇ ਤੁਹਾਨੂੰ ਉਹ ਉਹਨਾਂ ਨੇ ਤੁਹਾਨੂੰ ਫਿਰ ਉਹ ਆਪਣੇ ਐਕਸ਼ਨ ਲੈਣਾ ਸ਼ੁਰੂ ਕਰ ਦੇਣਾ, ਇਹ ਜਿਹੜਾ ਜਿਹੜਾ ਵਰਕ ਪਰਮਿਟ ਹੈ ਚਲੋ ਵਰਕ ਪਰਮਿਟ ਤੁਹਾਡੇ ਕੋਲ ਓਪਨ ਹੈ ਤਾਂ ਵਰਕ ਪਰਮਿਟ ਦਾ ਕੋਈ ਚੱਕਰ ਨਹੀਂ, ਸੋ ਪਰ ਇਹ ਹੈ ਕਿ ਉਹਨਾਂ ਨੇ ਆਪਣੀ ਉਹਨਾਂ ਨੂੰ ਨੋਟਿਸ ਨੋਟਿਸ ਭੇਜ ਦੇਣਾ
ਤੇ ਆਪਣੇ ਆਪ ਉਹ ਕਰ ਦੇਗਾ। ਇਹ ਤੇ ਹੈ ਫੈਡਰਲ ਦਾ, ਇੱਕ ਅਲਬਰਟਾ ਦਾ ਤੁਹਾਨੂੰ ਮੈਂ ਦੱਸਦੀ ਹਾਂ, ਪਤਾ ਨਹੀਂ ਆਈ ਡੋਨਟ ਨੋ ਉਸ ਤੋਂ ਬਹੁਤ ਦੇਖ ਲੈਣ ਦੇਖ ਲੈਣਗੇ, ਬਟ ਆਈ ਵਿਲ ਸੇ ਯੂ ਅਬਾਊਟ ਅਲਬਰਟਾ। ਭਾਈ ਇਹ ਸਕੈਚਵਨ ਤੇ ਅਲਬਰਟਾ ਦੇ ਬਾਰਡਰ ਤੇ ਆ। ਮੈਨੂੰ ਪਤਾ ਹੈ ਪਤਾ ਹੈ, ਪਰ ਆਈ ਐਮ ਜਸਟ ਗੋਇੰਗ ਟੂ ਗਿਵ ਯੂ, ਮੈਂ ਤੁਹਾਨੂੰ ਐਗਜ਼ਾਮਪਲ ਦੱਸ ਰਿਹਾ, ਇਸ ਤਰ੍ਹਾਂ ਸੈਸਕੈਚਵਨ ਵੀ ਹੋਏਗਾ। ਮੈਂ ਤੁਹਾਨੂੰ ਪਹਿਲੇ ਅਲਬਰਟਾ ਦਾ ਦੱਸ ਦਿੰਦਾ ਤੁਹਾਨੂੰ ਪਹਿਲੇ, ਠੀਕ ਹੈ? ਜਸਟ ਜਸਟ ਮੈਂ ਐਗਜ਼ਾਮਪਲ ਦੇ ਕੇ, ਲਾਇਡ ਲਾਇਡ ਮਿਨਿਸਟਰ ਸੈਸਕੈਚਵਨ ਹੈ, ਲੇਕਿਨ ਆਪ ਲੁੱਕ ਕਰ ਆ ਦੇਖੋ, ਤੁਹਾਨੂੰ ਇੱਕ ਹੋਰ ਲਿੰਕ ਤੁਹਾਨੂੰ ਦਿੱਤਾ WhatsApp ਤੇ ਆਇਆ ਕੁਝ। ਹਾਂਜੀ ਹਾਂਜੀ ਭਾਈ, ਇਹ ਤੁਸੀਂ ਸੇਵ ਸੇਵ ਕਰ ਲਓ, ਤੇ ਯੂ ਕੈਨ ਰੀਡ ਇਟ ਲੇਟਰ ਔਨ। ਹਾਂਜੀ ਭਾਈ, ਤੁਹਾਨੂੰ ਤਿੰਨ ਲਿੰਕ ਤੁਹਾਨੂੰ ਮੈਂ ਭੇਜ ਚੁੱਕੇ ਇਸ ਤੇ ਲਿਖਿਆ ਨਾ, ਔਨ ਦ ਰਾਈਟ ਹੈਂਡ ਸਾਈਡ ਇੱਕ ਨੰਬਰ ਲਿਖਿਆ ਇੰਪੋਰਟੈਂਟ ਸਟੈਂਡਰਡ ਦਾ। ਕੋਈ ਮੈਂ ਖੋਲਿਆ ਨਹੀਂ ਅਕਾਊਂਟ। ਅੱਛਾ ਕੋਈ ਗੱਲ ਨਹੀਂ, ਠਹਿਰ ਕੇ ਖੋਲ ਲੈਣਾ, ਕੋਈ ਗੱਲ ਨਹੀਂ। ਹਾਂਜੀ ਸੋ ਤੁਹਾਨੂੰ ਮੈਂ ਤਿੰਨ ਤਿੰਨ ਲਿੰਕ ਭੇਜ ਚੁੱਕਿਆ, ਇੱਕ ਫੈਡਰਲ ਗਵਰਨਮੈਂਟ ਦਾ, ਇੱਕ ਅਲਬਰਟਾ ਦਾ, ਤੇ ਦੂਸਰਾ ਸੋਰੀ ਤੀਸਰਾ ਸੈਸਕੈਚੁਆਨ ਦਾ। ਸੋ ਪਹਿਲੀ ਗੱਲ ਤੇ ਇਹ ਹੈ ਕਿ ਇਸ ਤੋਂ ਬੈਟਰ ਕਿ ਤੁਸੀਂ ਮਤਲਬ ਇਹ ਸਾਰਾ ਇੱਕ ਵਾਰ ਉਹਨੂੰ ਮਾਲਿਕ ਨੂੰ ਸਿੱਧੇ ਜਾ ਕੇ ਫੇਸ ਟੂ ਫੇਸ ਮਿਲੋ, ਉਹਨੂੰ ਦੱਸ ਦਿਓ ਆਪਣੀ ਕਹਾਣੀ ਕਿ ਵੀ ਮੈਂ ਆਈ ਹੈਵ ਟੂ ਗੋ, ਮੈਂ PNP ਨਹੀਂ ਲਾਉਣੀ ਤੁਹਾਡੇ ਥਰੂ, ਤੇ ਤੁਸੀਂ ਕਿਰਪਾ ਕਰਕੇ ਕੁਛ ਕਰ ਦਿਓ, ਕਲਿਆਣ ਕਰ ਦਿਓ ਕੁਛ। ਉਹਨੇ ਭਾਈ ਦੋ ਤਿੰਨ ਮੇਰੇ ਦੋਸਤ ਹੋਰ ਸੀ ਇੱਥੇ ਜਿਹੜੇ ਕੰਮ ਕਰਦੇ ਸੀ, ਉਹਨਾਂ ਨੇ ਪੈਸੇ ਲਏ, ਉਹਨਾਂ ਦੇ ਪੈਸੇ ਲਏ ਇਹਨੇ 15-15 12-12 ਹਜ਼ਾਰ, ਉਹਨਾਂ ਦੇ ਪੈਸੇ ਮੁੱਕਰ ਗਿਆ, ਕਹਿੰਦਾ ਮੈਂ ਨਹੀਂ ਦੇਣੇ, ਜੇ ਤੁਸੀਂ SINP ਲੈਣੀ ਤੇ ਲੈ ਲਓ, ਨਹੀਂ ਤੇ ਮੈਂ ਦੇ ਨਹੀਂ ਸਕਦਾ, ਕਹਿੰਦਾ ਮੇਰੇ ਕੋਲ ਹੈ ਨਹੀਂ। ਨਹੀਂ ਤੇ ਫਿਰ ਤੇ ਇਸ ਤਰ੍ਹਾਂ ਹੈ, ਫਿਰ ਤੇ ਖੇਲ ਖਤਮ ਹੈ, ਫਿਰ ਉਹਨੂੰ ਕਹਿ ਦਿਓ ਕਿ ਭਾਈ ਅਸੀਂ ਤੇ ਫਿਰ ਜਸਟ ਲੈਟ ਦੇਮ ਦੋ ਕਿ ਆਈ ਐਮ ਗੋਇੰਗ ਟੂ ਰਾਈਟ ਅ ਕੰਪਲੇਂਟ ਟੂ ਦ ਫੈਡਰਲ ਗਵਰਨਮੈਂਟ, ਫਿਰ ਜੋ ਵੀ ਕਾਰਵਾਈ ਹੋਏਗੀ ਤੁਹਾਡੇ ਅਗੇਂਸਟ ਹੋਗੀ, ਤੁਹਾਨੂੰ ਫਾਈਨ ਪੈ ਜਾਣਾ, ਜੋ ਵੀ ਕੁਛ ਹੋਏਗਾ, ਦੈਨ ਯੂ ਆਰ ਰਿਸਪੋਂਸਿਬਲ। ਤੁਹਾਨੂੰ ਅਸੀਂ ਇੱਕ ਵਾਰ ਮੌਕਾ ਦਿੱਤਾ ਹੈ ਦੋਸਤੀ ਕਰਕੇ ਕਿ ਵੀ ਯੂ ਨੋ ਪਲੀਜ਼ ਗਿਵ ਦ ਮਨੀ ਬੈਕ, ਨਹੀਂ ਤੇ ਫਿਰ ਕੰਪਲੇਂਟ ਤੇ ਫਿਰ ਹੋ ਸਕਦੀ ਨਹੀਂ ਹੋ ਸਕਦੀ। ਹਾਂਜੀ ਭਾਈ, ਸੋ ਅਗਰ ਤਿੰਨ ਤੁਹਾਡੇ ਕੋਲ ਕਲਾਇੰਟ ਹੈ, ਡੈਟ ਮੀਨਸ ਕਿ 40-50 ਹਜ਼ਾਰ ਡਾਲਰ ਰੱਖੀ ਇਕੱਠੀ ਮੇਰੇ ਪਾਸ 60 ਹਜ਼ਾਰ ਹੋਣਾ ਭਾਈ, ਘੱਟ 15-15 ਸਭ ਤੋਂ ਲਿਆ ਵੈਸੇ ਨੂੰ। ਸਾਰੇ ਤੁਸੀਂ ਇਹਨਾਂ ਨੂੰ ਇਕੱਠੇ ਕਰਕੇ ਇੱਕ ਵਾਰ ਉਹਨਾਂ ਨੂੰ ਇੱਕ ਵਾਰ ਈਮੇਲ ਲਿਖ ਦਿਓ, ਭਾਵੇਂ ਨਾ ਉਹ ਭਾਈ ਡਰਦੇ ਆ ਕਿ ਉਹਨਾਂ ਨੇ PR ਦੀ ਫਾਈਲ ਲਾਣੀ ਹਨਾ, ਉਹ ਅਜੇ ਕਹਿੰਦੇ ਮੈਂ ਅਸੀਂ ਕੇਸ ਨੀ ਕਰਨਾ, ਜੇ ਰੋਕੇ ਕਰਾਂਗੇ PR ਹੋ ਕੇ। ਨਹੀਂ ਚਲੋ ਮਰਜ਼ੀ ਹੈ, ਦੇਖੋ ਇਹ ਜਿਹੜਾ ਪ੍ਰੋਗਰਾਮ ਹੈ ਸਰਕਾਰੀ ਪ੍ਰੋਗਰਾਮ ਹੈ, ਉਹਨਾਂ ਲਈ ਹੈ ਜਿਹੜੇ ਲੋਕ ਕੰਪਲੇਨ ਕਰਦੇ ਹੈ, ਤੇ ਸਰਕਾਰ ਉਹਨਾਂ ਨੂੰ ਇੱਕ ਸਾਲ ਲਈ ਫ੍ਰੀ ਵਰਕ ਪਰਮਿਟ ਦਿੰਦੀ ਹੈ। ਫਰਜ਼ ਕਰੋ ਕੋਈ LMIA ਤੋਂ ਆਇਆ, ਜਿਸ ਤਰ੍ਹਾਂ ਇੰਡੀਆ ਤੋਂ ਆਇਆ, ਬਾਹਰੋਂ ਆਇਆ, ਕਿ ਕੁਛ ਕੋਈ ਵੀ ਤੁਹਾਡੇ ਕੋਲ ਤੇ ਵਰਕ ਪਰਮਿਟ ਆਲਰੇਡੀ PG ਵਰਕ ਪਰਮਿਟ ਹੈ, ਤੇ ਓਪਨ ਵਰਕ ਪਰਮਿਟ ਦੀ ਸਮੱਸਿਆ ਨਹੀਂ ਹੈ ਇਸ ਵਕਤ। ਲੇਕਿਨ ਅਗਰ ਕਿਸੇ ਕੋਲ ਅਗਰ ਵਰਕ ਪਰਮਿਟ ਨਹੀਂ ਹੈ ਤੇ ਉਹਦੇ ਪੈਸੇ ਫਸੇ ਹੋਏ ਹੈ, ਤੁਸੀਂ ਕੰਪਲੇਨ ਕਰਦੇ ਹੋ ਤੇ ਸਰਕਾਰ ਆਪਣੇ ਵੱਲੋਂ ਤੁਹਾਨੂੰ ਇੱਕ ਓਪਨ ਵਰਕ ਪਰਮਿਟ ਦਿੰਦੀ ਹੈ। ਤੇ ਜੇ ਭਾਜੀ ਮੈਂ ਰੋਕ ਕੇ ਕਰ ਦਾਂ ਜਿੱਦਾਂ ਮੇਰਾ 2 ਸਾਲ ਦਾ ਐਕਸਪਾਇਰ ਹੋ ਜੇ, ਫਿਰ ਮਿਲ ਸਕਦਾ ਵਰਕ ਪਰਮਿਟ? ਨਹੀਂ ਉਹ ਤੇ ਚਲੋ ਤੁਸੀਂ ਕਰ ਤੇ ਸਕਦੇ ਹੋ, ਲੇਕਿਨ ਫਿਰ ਉਹਨੇ ਸਵਾਲ ਪੁੱਛਣਾ ਕਿ ਤੁਹਾਡੇ ਪੈਸੇ ਫਸੇ ਆ 2 ਸਾਲ ਦਾ, ਤੁਹਾਨੂੰ ਹੁਣ ਯਾਦ ਆਇਆ, ਤੁਹਾਨੂੰ ਮਤਲਬ ਪਹਿਲਾਂ ਕਿ ਨਹੀਂ ਪਤਾ ਲੱਗਿਆ? ਮੈਂ ਕਹਿ ਦਾਂਗੇ ਕਿ ਜਦੋਂ ਟਾਲੀ ਜਾਂਦਾ ਸੀ ਦੇ ਦੇਣਾ, ਅੱਜ ਦੇ ਦੇਣਾ। ਚਲੋ ਚਲੋ ਤੁਹਾਡੀ ਮਰਜ਼ੀ ਹੈ, ਦੈਟਸ ਦੈਟਸ ਓਕੇ ਦੈਟਸ ਓਕੇ। ਉਹ ਉਸ ਟਾਈਮ ਤੁਸੀਂ 1 ਸਾਲ ਆਪਣਾ ਸ਼ਾਇਦ ਤੁਹਾਨੂੰ ਮਿਲਦਾ। ਇਹ ਪ੍ਰੋਗਰਾਮ ਅੱਜ ਚੱਲ ਰਿਹਾ, ਪਤਾ ਨਹੀਂ 2 ਸਾਲ ਬਾਅਦ ਕਿਸ ਤਰ੍ਹਾਂ ਹੋਏਗਾ ਨਹੀਂ ਹੋਗਾ। ਅੱਜ ਪ੍ਰੋਗਰਾਮ ਚੱਲ ਰਿਹਾ ਹੈ, ਜਿਹੜੇ ਫੋਰਨ ਵਰਕਰਸ ਨੂੰ ਜਿਹੜੇ ਅਬਿਊਜ਼ ਕਰਦੇ ਆ, ਉਹਨਾਂ ਦੀ ਪ੍ਰੋਗਰਾਮ ਚੱਲ ਰਿਹਾ। ਤੇ ਭਾਈ ਇਹਨਾਂ ਨੇ ਸਾਫ ਸਾਫ ਦੱਸ ਦਾਂ ਕਿ ਇਹਨਾਂ ਨੇ SINP ਲਈ ਮੇਰੇ ਤੋਂ ਪੈਸੇ ਲਏ ਆ। ਹਾਂ ਹਾਂ ਬਿਲਕੁਲ
ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ ਸਾਫ ਸਾਫ ਇਹੀ ਲਿਖ ਕੇ ਦੱਸੋ ਕਿ ਭਈ ਐਸ ਆਈ ਐਨ ਪੀ ਇਹਨਾਂ ਨੇ ਸਾਡੇ ਤੋਂ ਇਹ ਪ੍ਰੋਮਿਸ ਲਿਆ ਕਿ ਐਸ ਆਈ ਐਨ ਪੀ ਤਾਂ ਕਰਾਂਗੇ ਜਦ ਪੈਸੇ ਦਿਓ ਹਾਂਜੀ ਹਾਂਜੀ ਉੱਚੇ ਮੇਰੇ ਤੇ ਭਾਈ ਕੋਈ ਉਹ ਤੇ ਨਹੀਂ ਆਊਗਾ ਨਾ ਨਾ ਨਾਟ ਨਾਟ ਫੋਰ ਦਿਸ ਰੀਜ਼ਨ ਇੱਕ ਇੱਕ ਵਾਰੀ ਕਹਿੰਦਾ ਸੀ ਤੁਸੀਂ ਕਰ ਲਓ ਜੋ ਕਰਨਾ ਮੁੰਡੇ ਇੱਕ ਨੂੰ ਦਾ ਕੇਸ ਕਰ ਲਓ ਜੋ ਕਰਨਾ ਪਤਾ ਨਹੀਂ ਉਹਦੇ ਕੀ ਸੋਚ ਕੇ ਰੱਖਿਆ ਜਿਹੜਾ ਡਰਦਾ ਨਹੀਂ ਭਾਈ ਹੁਣ ਨਹੀਂ 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 ਇਹ ਇਹ ਕੈਨੇਡਾ ਹੈ ਕੋਈ ਪਾਕਿਸਤਾਨ ਨਹੀਂ ਹੈ ਕੋਈ ਇੰਡੀਆ ਨਹੀਂ ਹੈ ਕਿ ਕਰਨਾ ਜੋ ਕੁਝ ਕਰ ਲਓ ਆਪ ਬਾਹਰ ਨਿਕਲ ਕੇ ਦੇਖ ਲਾਂਗੇ ਕਰ ਲਾਂਗੇ ਇਹ ਇਹ ਗੱਲ ਨਹੀਂ ਚੱਲਦੀ ਇੱਥੇ ਇੱਥੇ ਤੇ ਇੱਥੇ ਤੇ ਕਲਮ ਚੱਲਦੀ ਹੈ ਕਾਨੂੰਨ ਦੀ ਕਲਮ ਕਿਉਂਕਿ ਉਹਨਾਂ ਨੂੰ ਕੋਈ ਹਾਲੇ ਤੱਕ ਕੋਈ ਮਿਲਿਆ ਨਹੀਂ ਕੋਈ ਲੱਭਿਆ ਨਹੀਂ ਇਸ ਤਰ੍ਹਾਂ ਜਿਹੜਾ ਕੋਈ ਜਿਹਦੇ ਜਿਹੜਾ ਕੋਈ ਉਹਦੇ ਅਗੇਂਸਟ ਕੰਪਲੇਂਟ ਕਰੇ ਦੈਟਸ ਵਾਈ ਹੀ ਥਿੰਕਸ ਕਿ ਬੇਬੀ ਸ਼ਾਇਦ ਕਿਸੇ ਨੂੰ ਕੋਈ ਨੌਲੇਜ ਨਹੀਂ ਹੈ ਜਾਂ ਕੋਈ ਕਰਨ ਦੀ ਕੋਈ ਹਿੰਮਤ ਨਹੀਂ ਕਰੇਗਾ ਇਸ ਕਰਕੇ ਉਹਨੂੰ ਸ਼ਹਿ ਮਿਲੀ ਹੋਈ ਹੈ ਸ਼ਾਇਦ ਹਾਂਜੀ ਭਾਈ ਹਾਂ ਤਾਂ ਹੀ ਕਰਕੇ ਮੇਰੇ ਖਿਆਲ ਨਾਲ ਚੌੜਾ ਹੋ ਰਿਹਾ ਜਿਆਦਾ ਉਹਨੂੰ ਰੋਕਣਾ ਬਹੁਤ ਜ਼ਰੂਰੀ ਹੈ ਰੋਕਣਾ ਅਦਰਵਾਈਜ਼ ਹੋ ਸਕਦਾ ਕਿ ਹੋਰ ਲੋਕਾਂ ਨੂੰ ਪੈਸੇ ਇਕੱਠੇ ਕਰ ਰਿਹਾ ਤੁਹਾਡੇ ਕੋਲ ਤਿੰਨ ਚਾਰ ਤੋਂ ਜ਼ਿਆਦਾ ਪਤਾ ਨਹੀਂ ਕਿੰਨੇ ਲੋਕ ਆ ਰਹੇ ਹੈ ਸ਼ਾਇਦ ਭਾਈ ਇਹਦੀ ਦੁਕਾਨ ਦਾ ਦੁਕਾਨ ਦਾ ਨਾਮ ਕੀ ਹੈ ਜੀਪੀ ਪੀਜ਼ਾ ਜੇਡ ਮਿਨਿਸਟਰ ਜੀ ਭਾਈ ਜੀਪੀ ਪੀਜ਼ਾ ਆ ਆਮ ਸੌਰੀ ਜੀਪੀ ਪੀਜ਼ਾ ਹੈ ਗ੍ਰੇਟ ਪ੍ਰੈਰੀ ਪੀਜ਼ਾ ਇਨ ਲਾਇਡ ਮਿਨਿਸਟਰ ਹਾਂਜੀ ਭਾਈ ਯਾ 50 ਐਪ ਦੀ ਯੂਨਿਟ ਵੀ ਹੈ ਹਾਂਜੀ ਹਾਂਜੀ ਭਾਜੀ 70 ਰਾਉਸ ਪੀਜ਼ਾ ਪਲੇਸ ਆਰਡਰ ਹੰਗਰੀ ਪੀਜ਼ਾ ਅਬਾਊਟ ਅਸ ਐਂਡ ਕੌਣ ਹੈ ਭਾਈ ਵੈਬਸਾਈਟ ਦੇਖ ਰਹਾ ਮੈਂ ਵੀ ਪਾਰਕ ਐਵਨਿਊ ਲੰਗਮ ਸਾਸਕਚੁਅਨ ਇੱਕ ਲੈਂਗਮ ਵੀ ਹੈ ਬ੍ਰਾਂਚ ਭਾਜੀ ਇਹਨਾਂ ਦੀ ਅੱਛਾ 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 ਇੱਕ ਇੱਥੇ ਆ ਬਣੇ ਲੋਇਡ ਚ ਹਾਂ ਤੇ ਅੱਛਾ ਅੱਛਾ ਮੈਂ ਲੋਕਾਂ ਤੋਂ ਪੈਸੇ ਇਕੱਠੇ ਕਰਕੇ ਪੀਜ਼ਾ ਵਿਕਿਆ ਨਾ ਵਿਕੇ ਉਦਾਂ ਤਾਂ ਕਮਾਈ ਹੋ ਰਹੀ ਹੈ ਹਾਂਜੀ ਭਾਈ ਇਹਨੇ ਸਟੋਰ ਭਾਈ ਹੈ ਪੈਸੇ ਲੈ ਲੈ ਕੇ ਖੋਲਿਆ ਨਾਮ ਨਾਮ ਕੀ ਦਾ ਪੂਰਾ ਸ਼ਬੀਰ ਘੁੰਮਣ ਸ਼ਬੀਰ ਘੁੰਮਣ ਸ਼ਬੀਰ ਘੁੰਮਣ ਜੀ ਭਾਈ ਕੋਈ ਨਹੀਂ ਉਹਨੂੰ ਤੁਸੀਂ ਦੇਖੋ ਇਸ ਤਰ੍ਹਾਂ ਹੈ ਤੁਹਾਡੀ ਮਰਜ਼ੀ ਹੈ ਤੁਸੀਂ ਇਕੱਠੇ ਕਰਕੇ ਉਹਨਾਂ ਨੂੰ ਇੱਕ ਵਾਰ ਇੱਕ ਪੈਗਾਮ ਭੇਜ ਦਿਓ ਕਿ ਬਈ ਭਾਈ ਅਗਰ ਜੇ ਆਖਰੀ ਮੌਕਾ ਹੈ ਵੀ ਗਿਵ ਯੂ ਲਾਸਟ ਚਾਂਸ ਅਗਰ ਜੇ ਪੈਸੇ ਵਾਪਸ ਨਹੀਂ ਕਰੋਗੇ ਤੇ ਅਸੀਂ ਫੈਡਰਲ ਸਰਕਾਰ ਨੂੰ ਅਸੀਂ ਚਿੱਠੀ ਤਿਆਰ ਹੈ ਚਿੱਠੀ ਪਾਉਣ ਲੱਗੇ ਹਾਂ ਕਿ ਪੈਸੇ ਤੁਹਾਡੇ ਮਾਰੇ ਗਏ ਹੈ ਪੈਸੇ ਇਹਨਾਂ ਨੇ ਰੱਖ ਲਏ ਹੈ ਤੇ ਸਾਡੇ ਕੋਲ ਸਬੂਤ ਵੀ ਹੈ ਕੱਲ ਨੂੰ ਅਗਰ ਕੋਈ ਜੁਰਮਾਨਾ ਹੁੰਦਾ ਹੈ ਤੇ ਫਿਰ ਨਾ ਕਹੋ ਕਿ ਬਈ ਪਹਿਲਾਂ ਤੁਸੀਂ ਸੁਲਹਿ ਕਰ ਲੈਣੀ ਪਹਿਲਾਂ ਤੇ ਮੈਂ ਉਹਨਾਂ ਭਾਈ ਵਰਬਲੀ ਗੱਲ ਕਰਾਂ ਜਾ ਕੇ ਹਾਂਜੀ ਮੈਂ ਐਸ ਆਈ ਐਨ ਪੀ ਲਾਣੀ ਨਹੀਂ ਤੇ ਮੈਨੂੰ ਮੇਰੇ ਪੈਸੇ ਵਾਪਸ ਦੇ ਦਿਓ ਜੇਕਰ ਇਨ ਕੇਸ ਮਨਾ ਕਰਦਾ ਤੇ ਫਿਰ ਮੈਂ ਉਹਨੂੰ ਚੇਤਾਵਨੀ ਦਾਂ ਕਿ ਮੈਂ ਫੈਡਰਲ ਜਾਣਾ ਹੈ ਬਸ 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 ਉਹਨਾਂ ਨੂੰ ਤੁਸੀਂ ਕਹਿ ਦਿਓ ਬਸ ਉਹਨੂੰ ਕਹਿ ਦਿਓ ਆਫ ਕੋਰਸ ਚੇਤਾਵਨੀ ਤੁਸੀਂ ਵਰਬਲ ਦੇ ਇਲਾਵਾ ਤੁਸੀਂ ਉਹਨੂੰ ਈਮੇਲ ਲਿਖੋ ਈਮੇਲ ਈਮੇਲ ਇਜ਼ ਬੈਟਰ ਕਿਉਂਕਿ ਈਮੇਲ ਕੱਲ ਨੂੰ ਫਿਰ ਉਹ ਸਰਕਾਰ ਦੇਖਦੀ ਹੈ ਕਿ ਵੀ ਤੁਸੀਂ ਆਪਣੀ ਕੋਸ਼ਿਸ਼ ਕਰ ਲਈ ਤੇ ਕੁਛ ਹੋਇਆ ਨਹੀਂ ਈਮੇਲ ਉਹਨੂੰ ਕਰ ਦੇਣਾ ਸਿਰਫ ਇੱਕ ਲਾਈਨ ਲਿਖ ਕਰ ਸਿਰਫ ਵਨ ਲਾਈਨ ਉਹਨਾਂ ਦੇ ਈਮੇਲ ਤੁਹਾਡੇ ਕੋਲ ਐਡਰੈਸ ਹੈ ਉਹਨੂੰ ਲਿਖਦੇ ਕਿ ਮਿਸਟਰ ਸੋ ਐਂਡ ਸੋ I I ask you requested you to give my money since you are not giving my money I am forced to now make a complaint to the federal government bas is tarah ek line likhni hai aur tade kol ek kal nu immigration puchegi ha bhi tusi ki kita main keh pe si to email likhi si unhone email da kuch kita hai nahi email da sare kol proof kyunki sarkar mangdi hai proof saboot mangdi hai ki tusi kita kuch ki nahi haanji haanji fir tusi saboot hor ikatthe karne hai ਫਿਰ ਤੁਸੀਂ ਪੁਲਿਸ 'ਚ ਵੀ ਕੰਪਲੇਂਟ ਕਰ ਸਕਦੇ ਹੋ ਲਿਖਣਾ ਵੀ ਪੁਲਿਸ ਜਾਣ ਦੀ ਲੋੜ ਨਹੀਂ ਹੈ ਪੁਲਿਸ ਨੂੰ ਬਸ ਈਮੇਲ ਕਰਨੀ ਹੈ ਸਿਰਫ ਪੁਲਿਸ ਨੇ ਕਰਨਾ ਵੀ ਕੁਛ ਨਹੀਂ ਹੈ ਪਰ ਇੱਕ ਤੁਹਾਡੇ ਕੋਲ ਇੱਕ ਇੱਕ ਸਬੂਤ ਹੋ ਜਾਏਗਾ ਕਿ ਇਮੀਗ੍ਰੇਸ਼ਨ ਨੂੰ ਦਿਖਾਉਣ ਲਈ ਕਿ ਵੀ ਦੇਖੋ ਮੈਂ ਤੇ ਜਿੰਨੀ ਮੈਨੂੰ ਨੌਲੇਜ ਸੀ ਮੈਂ ਤੇ ਈਮੇਲ ਕਰ ਚੁੱਕਿਆ ਸਾਰਾ ਤੇ ਕਿਸੇ ਨੇ ਮੈਨੂੰ ਦੱਸਿਆ ਨਹੀਂ ਕਿ ਹੁਣ ਤੁਸੀਂ ਮੇਰੀ ਹੈਲਪ ਕਰ ਲਓ ਇੱਕ ਸਬੂਤ ਹੋ ਜਾਏਗਾ ਅੱਛਾ ਜੀ ਪੁਲਿਸ ਵਾਲਿਆਂ ਨੂੰ ਵੀ ਮੇਲ ਕਰ ਦਈਏ ਜੀ ਹਾਂ ਲੋਕਲ ਤੁਹਾਡੀ ਜਿਹੜੀ ਲਾਇਡ ਮਿਨਿਸਟਰ ਦੀ ਪੁਲਿਸ ਹੈ ਜੋ ਵੀ ਪੁਲਿਸ ਹੈ ਉਹਨਾਂ ਦੇ ਐਡਰੈਸ ਉਹਨਾਂ ਦੇ ਈਮੇਲ ਐਡਰੈਸ ਦਿੱਤਾ ਹੋਗਾ ਵੈਬਸਾਈਟ ਤੇ ਜਸਟ ਸੈਂਡ ਐਨ ਈਮੇਲ ਕੋਈ ਫੋਨ ਤੇ ਗੱਲ ਕਰਨ ਦੀ ਲੋੜ ਨਹੀਂ ਪੈਸੇ ਭਾਈ ਪੈਸੇ ਤੇ ਨਹੀਂ ਮਰਦੇ ਨਾ ਫਿਰ ਜੀ ਪੈਸੇ ਤੇ ਨਹੀਂ ਮਰਦੇ ਨਾ 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 ਪੈਸੇ ਇਹ ਇਹ ਕੈਨੇਡਾ ਹੈ ਪੈਸੇ ਲੈ ਕੇ ਕੋਈ ਭੱਜ ਨਹੀਂ ਸਕਦਾ ਇੱਥੋਂ ਇਹ ਕੋਈ ਉਹ ਨਹੀਂ ਹੈ ਕਿ ਵੀ ਅੰਬਾਲੇ ਤੋਂ ਚੜ ਕੇ ਕੋਈ ਕੁਰੂਕਸ਼ੇਤਰ ਭੱਜ ਗਿਆ ਜੀ 10 ਲੱਖ ਚਲੇ ਗਿਆ ਫਲਾਨਾ ਗਾਇਬ ਹੋ ਗਏ ਪੈਸੇ ਇਹ ਇਹ ਕੈਨੇਡਾ ਹੈ ਇੱਥੇ ਇੱਕ ਇੱਕ ਪੈਸੇ ਦਾ ਹਿਸਾਬ ਰੱਖਿਆ ਜਾ ਸਕਦਾ
ਭਾਈ ਦੇਖ ਲਓ ਬੰਦਾ 5 ਟਾਈਮ ਨਮਾਜ਼ ਵੀ ਕਰਦਾ ਹੈ ਜੀ, ਤੇ ਮਤਲਬ ਬਹੁਤ ਕਰਦਾ ਰੱਬ ਦਾ ਸ਼ੁਕਰਾਨਾ, ਮਤਲਬ ਰੱਬ ਦਾ ਬਹੁਤ ਬਣਦਾ ਤੇ ਕਿ ਏਦਾਂ ਏਦਾਂ ਦੀ ਏਦਾਂ ਦੇ ਕੰਮ ਕਰਦਾ ਹੈ ਜੀ। ਉਹ ਸਰ ਜੀ ਉਹ ਇਹ ਸਾਰਾ ਡਰਾਮਾ ਹੈ। ਨਮਾਜ਼ ਪੜ੍ਹ ਕੇ ਅਗਰ ਕਿਸੇ ਦਾ ਤੁਸੀਂ ਅਗਰ ਕਾਨ ਕਰੋਗੇ, ਕਿਸੇ ਨੂੰ ਅਗਰ ਜੇ ਖੂਨ ਚੂਸੋਗੇ ਤੁਸੀਂ, ਤੇ ਫਿਰ ਉਹ ਨਮਾਜ਼ ਦਾ ਕੀ ਫਾਇਦਾ? ਕੋਈ ਫਾਇਦਾ ਨਹੀਂ ਹੈ। ਮੈਂ ਦਿਸ ਇਜ਼ ਆਲ ਬੁਲਸ਼ਿਟ, ਮਤਲਬ ਇਹਦੇ ਨਾਲ ਕੁਛ ਨਹੀਂ ਪ੍ਰੂਵ ਹੁੰਦਾ। ਇਹ ਤੇ ਮਤਲਬ ਕਿ ਅਗਰ ਕੋਈ ਇਨਸਾਨ ਦੂਸਰੇ ਦਾ ਹੱਕ ਮਾਰਦਾ ਹੈ, ਅਗਰ ਕੋਈ ਇਸ ਤਰ੍ਹਾਂ ਦੀ ਗਲਤ ਚੀਜ਼ ਕਰਦਾ ਹੈ, ਤੇ ਫਿਰ ਉਹਦਾ ਮਤਲਬ ਹੀ ਇਸ ਟੋਟਲੀ ਐਬਸੋਲੂਟਲੀ ਡਿਫਰੈਂਟ ਫਰੋਮ ਰਿਲੀਜਨ ਦਾ ਮਤਲਬ ਹੀ ਨਹੀਂ ਕੋਈ ਇੱਥੇ। ਸੋ ਚਲੋ, ਆਪ ਸਾਨੂੰ ਨਹੀਂ ਮਤਲਬ ਸਾਨੂੰ ਨਹੀਂ ਪਤਾ ਕਿ ਨਮਾਜ਼ ਕੀ ਹੈ। ਵੀ ਹੈਵ ਨੋ ਕੰਸਰਨ, ਸਾਨੂੰ ਤੇ ਕਾਨੂੰਨ ਦਾ ਪਤਾ ਹੈ, ਇਹ ਤੁਹਾਡੇ ਰਾਈਟ ਹੈ। ਯੂ ਐਨ ਕੈਨਡ ਯੂ ਹੈਵ ਅ ਰਾਈਟ ਟੂ ਗੈਟ ਜਸਟਿਸ। ਸੋ ਜਸਟਿਸ ਤੁਹਾਨੂੰ, ਇਟ ਮੇ ਟੇਕ ਸਮ ਟਾਈਮ, ਮੈਂ ਨਹੀਂ ਕਹਿੰਦਾ ਕਿ ਇੱਕ ਦਿਨ ਚ ਹੋਵੇਗਾ, ਹੋ ਸਕਦਾ ਕਿ ਇਹਨੂੰ 2-3 ਮਹੀਨੇ, 3-4 ਮਹੀਨੇ, 6 ਮਹੀਨੇ ਲੱਗ ਸਕਦੇ, ਪਰ ਉਹ ਹੋਏਗਾ ਜ਼ਰੂਰ। ਤੇ ਇਹ ਭਾਈ ਕਾਰਵਾਈ ਫਿਰ ਬਾਅਦ ਚ ਚਾਲੂ ਕਰਾਂ ਰੁਕ ਕੇ ਜਦੋਂ ਹਾਂ, ਮੈਂ ਤੁਹਾਡੀ ਤੁਹਾਡੀ ਮਰਜ਼ੀ ਹੈ, ਪੈਸੇ ਤੁਹਾਡੇ ਮਰਦੇ ਨਹੀਂ। ਇਸ ਸਭ ਤੋਂ ਪਹਿਲਾਂ ਫੋਕਸ ਅੱਜ ਦੀ ਪ੍ਰਾਇਰਟੀ ਇਹ ਹੈ ਕਿ ਤੁਸੀਂ ਆਪਣੇ ਰਿਸ਼ਤੇ ਦਾ ਕੰਮ ਤੇਜ਼ ਤੇਜ਼ ਕਰੋ ਜਰਾ। ਅੱਛਾ ਜੀ, ਹਾਂ, ਸਭ ਤੋਂ ਪਹਿਲੀ ਪ੍ਰਾਇਰਟੀ ਇਹ ਹੈ ਕਿ ਆਪਣਾ ਰਿਸ਼ਤਾ ਜਿੱਥੇ ਮਰਜ਼ੀ ਕਰਾਉਣਾ ਹੈ ਕਰਾਓ, ਐਸ ਸੂਨ ਐਸ ਪੋਸੀਬਲ। ਹਾਂਜੀ ਹਾਂਜੀ, ਮੈਂ ਲੱਗੇ ਹੋਏ ਭਾਈ ਉਹਦੇ ਚੱਕਰ ਚ, ਦੇਖੋ ਬਣਦੀ ਗੱਲ ਕਿ ਨਹੀਂ ਬਣਦੀ। ਬੜਾ ਭਾਈ ਇੱਥੇ ਦੇ ਹੁਣ ਤੇ ਤੁਸੀਂ ਆਲਰੇਡੀ ਪੜ੍ਹਾਈ ਕਰ ਚੁੱਕੇ ਹੋ, ਜੇਕਰ ਇਦਾਂ ਹੀ ਪ੍ਰੋਬਲਮ ਸੀ ਤੇ ਤੁਹਾਨੂੰ ਇੱਥੇ ਆਉਣ ਦੀ ਲੋੜ ਨਹੀਂ ਸੀ, ਤੁਸੀਂ ਡਾਇਰੈਕਟਲੀ ਅਮਰੀਕਾ ਜਾਣਾ ਸੀ ਤੁਸੀਂ, ਜੇ ਤੁਹਾਡੇ ਜੀਜਾ ਜੀ ਉੱਥੇ ਰਹਿ ਰਹੇ ਹੈ। ਜੇਕਰ ਫਰਜ਼ ਕਰ ਲਓ ਤੁਸੀਂ ਹਾਸਪਿਟੈਲਿਟੀ ਜਾਂ ਕੁਕਿੰਗ ਜਾਂ ਕੁਝ ਪੜ੍ਹਨਾ ਸੀ ਤੇ ਡਾਇਰੈਕਟਲੀ ਤੁਸੀਂ ਅਮਰੀਕਾ ਜਾ ਕੇ ਉਹਨਾਂ ਕੋਲ ਜਾ ਕੇ ਪੜ੍ਹਨਾ ਸੀ, ਇੱਥੇ ਕੈਨੇਡਾ ਕੀ ਕਰਨਾ ਸੀ ਆ ਕੇ? ਮੈਨੂੰ ਪਤਾ ਨਹੀਂ ਸੀ ਨਾ ਭਾਈ ਇਹ ਚੱਕਰ ਪੈ ਜਾਣਾ ਰਿਸ਼ਤੇ ਦਾ। ਚਲੋ ਹੁਣ ਤੇ ਅਸੀਂ ਹੁਣ ਤੇ ਅਮਰੀਕਾ ਅਮਰੀਕਾ ਦਾ ਸਟੱਡੀ ਵੀਜ਼ਾ ਸ਼ਾਇਦ ਮਿਲਣਾ ਵੀ ਨਹੀਂ ਦੁਬਾਰਾ, ਨਹੀਂ ਤੇ ਅਮਰੀਕਾ ਦਾ ਆਈਡੀਅਲ ਹੁੰਦਾ ਕਿ ਜੇ ਤੁਸੀਂ ਆਲਰੇਡੀ ਕੁਕਿੰਗ ਦਾ ਕੰਮ ਕਰ ਰਹੇ ਹੋ, ਤੁਸੀਂ ਕੋਈ ਕੁਕਿੰਗ ਡਿਪਲੋਮਾ ਜਾਂ 2 ਸਾਲ ਦਾ ਇਸ ਤਰ੍ਹਾਂ ਕੋਈ ਡਿਪਲੋਮਾ, ਜਿੱਥੇ ਹੋਰ ਕਿਹੜੇ ਸ਼ਹਿਰ 'ਚ ਰਹਿ ਰਹੇ ਹੋ? ਹਾਂਜੀ, ਜੀਜਾ ਜੀ ਤੁਹਾਡੇ ਕਿੱਥੇ? ਓਸਕਾਲੂਸਾ ਭਾਈ, ਹੈ ਓਸਕਾਲੂਸਾ ਸ਼ਹਿਰ ਹੈ ਭਾਈ, ਉੱਥੇ ਮੇਰੇ ਖਿਆਲ ਨਾਲ ਸ਼ਿਕਾਗੋ 'ਚ ਹੈ ਭਾਈ। ਹਾਂਜੀ, ਸ਼ਿਕਾਗੋ 'ਚ ਜਿਹੜੇ ਮਰਜ਼ੀ ਸਟੇਟ 'ਚ ਹੈ ਉੱਥੇ ਜਾ ਕੇ, ਉੱਥੇ ਉਹਨਾਂ ਕੋਲ ਕੋਈ ਯੂਨੀਵਰਸਿਟੀ ਦਾ ਕਾਲਜ ਦੇਖ ਕੇ ਉੱਥੇ ਸਟੱਡੀ ਵੀਜ਼ਾ ਲੈ ਕੇ ਤੁਸੀਂ ਸਟੱਡੀ ਵੀਜ਼ਾ ਚਲੇ ਜਾਣਾ ਸੀ, ਨਾਲ ਉੱਥੇ ਰਹਿ ਕੇ ਤੁਸੀਂ ਨਾਲ ਆਪਣਾ ਲੋਕਲ ਦਾ ਸਿਚੁਏਸ਼ਨ ਦਾ ਪਤਾ ਲੱਗਦਾ, ਰਿਸ਼ਤੇ ਤੇ ਵੀ ਗੱਲਬਾਤ ਈਜ਼ੀ ਹੋ ਜਾਣੀ ਸੀ। ਬਟ ਹੁਣ ਤਾਂ ਭਾਜੀ ਹੋ ਗਿਆ ਜੋ ਹੋਣਾ ਸੀ, ਕੈਨੇਡਾ ਸੀਗਾ ਭਾਈ, ਚਾਹ ਬੜਾ ਰਹਿਣ ਦਾ। ਮਤਲਬ ਪਹਿਲਾਂ ਆਸਟ੍ਰੇਲੀਆ ਤੇ ਆਪ ਆਇਆ ਸੀ, ਮਨ ਨਹੀਂ ਲੱਗਾ, ਹੁਣ ਇੱਥੇ ਮਨ ਲੱਗ ਗਿਆ ਤੇ ਹੁਣ ਜਾਣਾ ਪੈਣਾ ਜੀ ਜੀ ਹੁਣ ਇਸ ਤੇ। ਤੁਹਾਡੇ ਫਾਦਰ ਕੀ ਕਰਦੇ ਆ ਉੱਥੇ ਇੰਡੀਆ 'ਚ, ਕੀ ਕਰਦੇ ਆ ਬਿਜ਼ਨਸ? ਜੀ ਸਾਡੇ ਫਾਰਮਿੰਗ ਮਤਲਬ ਠੇਕੇ ਤੇ ਆ, ਫਾਰਮ ਦੇ ਸਾਡੇ। ਹਾਂਜੀ, ਅੱਛਾ ਅੱਛਾ, ਛੱਡੀ ਹੋਈ ਫਾਰਮਿੰਗ ਕਾਫੀ ਟਾਈਮ ਤੇ ਪਾਪਾ। ਠੀਕ ਹੈ ਜੀ, ਮਤਲਬ ਹੁਣ ਇੰਡੀਆ ਤੋਂ ਨਹੀਂ ਜਾਣਾ ਤੁਸੀਂ ਵਾਪਸ? ਨਹੀਂ ਭਾਈ, ਇੰਡੀਆ ਤੋਂ ਕੋਈ ਵਿਚਾਰ ਨਹੀਂ, ਕਿਉਂਕਿ ਮੈਂ ਭਾਈ ਪਹਿਲਾਂ ਵੀ ਕਰਜ਼ਾ ਚੱਕ ਕੇ ਪਾਪਾ ਨੇ ਮੈਨੂੰ ਆਸਟ੍ਰੇਲੀਆ ਘੱਲਿਆ ਸੀ, ਤੇ ਉਹ ਤੋਂ ਬਾਅਦ ਆ ਕੇ ਫਿਰ ਤੇ ਗ੍ਰੈਜੂਏਸ਼ਨ ਕਰਕੇ ਫਿਰ ਸਿਸਟਰ ਦਾ ਵਿਆਹ ਕੀਤਾ, ਉੱਥੇ ਪੈਸਾ ਬੜਾ ਲਾਤਾ ਸੀ, ਤੇ ਹੁਣ ਮੇਰੇ ਫਿਰ ਦੁਬਾਰਾ ਲਾਇਆ ਸੀ, ਤੇ ਥੋੜਾ ਕਰਜ਼ਾ ਤੇ ਹੋ ਗਿਆ ਮੇਰੇ ਕਾਰਨ, ਜ਼ਮੀਨ ਜ਼ਮੂਨ ਵੀ ਥੋੜੀ 2-3 ਕਿੱਲੇ ਵਿਕ ਗਏ ਸੀ ਸਾਡੇ, ਤੇ ਉਹ ਭਾਈ ਹੁਣ ਵਾਪਸ ਜਾ ਕੇ ਤਾਂ ਪੂਰੇ ਹੋਣੇ ਨਹੀਂ, ਇੱਥੇ ਜੋ ਕਰਨਾ ਮੈਨੂੰ ਇੱਥੇ ਕਰਨਾ ਪੈਣਾ ਭਾਈ। ਤੁਹਾਡੇ ਸਿਸਟਰ ਦੀ ਮੈਰਿਜ ਕੀਤੀ ਉਸ ਇੰਡੀਆ ਤੋਂ ਅਮਰੀਕਾ? ਨਹੀਂ 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 ਭਾਈ, ਮੇਰੀ ਸਿਸਟਰ ਇੰਡੀਆ ਹੀ ਆ, ਮੇਰੀ ਸਿਸਟਰ ਦੇ ਜਿਹੜੀ ਨਨਾਣ ਆ ਉਹ ਅਮਰੀਕਾ ਨੇ, ਮਤਲਬ ਉਹ। ਅੱਛਾ ਅੱਛਾ, ਸਮਝ ਗਿਆ। ਤੇ ਤੁਹਾਡੇ ਜੀਜਾ ਜੀ ਨਹੀਂ ਹੈ? ਓਰੀਅਲ ਜੀਜਾ ਜੀ ਨਹੀਂ ਹੈ? ਹਾਂਜੀ ਹਾਂਜੀ, ਉਹ ਮੇਰੇ ਜੀਜਾ ਦੇ ਜੀਜਾ ਨੇ। ਸਮਝ ਗਿਆ ਸਮਝ ਗਿਆ ਜੀ ਭਾਈ। ਚਲੋ ਐਨੀਵੇ, ਕਰੋ ਜੋ ਵੀ ਕੁਛ ਹੋ ਸਕਦਾ ਪੋਸਿਬਿਲਿਟੀ ਉੱਥੇ ਕਰੋ। ਹੋਰ ਬਾਕੀ ਮੇਰੇ ਲਈ ਕੀ ਸੇਵਾ ਹੈ, ਮੇਰੇ ਲਈ ਕੀ ਕੋਈ ਸਵਾਲ ਅਗਰ ਹੈ ਤੁਸੀਂ? ਸਵਾਲ ਭਾਈ ਬਸ ਇਹੀ ਸੀਗਾ, ਕਿਉਂਕਿ ਮੈਂ ਤੇ ਤੁਹਾਨੂੰ ਜੋ ਜੋ ਦੱਸਿਆ ਤੁਹਾਨੂੰ ਅੱਜ ਜੋ ਦੱਸ ਚੁੱਕਿਆ, ਜੋ ਜੋ ਗੱਲ ਕਰਨੀ ਹੈ, ਮੈਂ ਤਾਂ ਸਿਰਫ ਕਾਨੂੰਨੀ ਗੱਲ ਕਰਨੀ ਹੈ। ਮੇਰੇ ਕੋਲ ਕੋਈ ਹੋਰ ਕੋਈ ਇਸ ਤਰ੍ਹਾਂ ਦੇ ਕੋਈ 2 ਨੰਬਰ ਦੇ ਖੇਡ ਜਾਂ ਗੇਮ ਇਸ ਤਰ੍ਹਾਂ ਦੇ ਮੇਰੇ ਕੋਲ ਨਹੀਂ ਹੈ, ਕਿਉਂਕਿ ਆਈ ਕੈਨ ਓਨਲੀ ਫੋਲੋ ਦ ਲਾਅ। ਜੋ ਵੀ ਸਿਚੁਏਸ਼ਨ ਹੈ, ਜੋ ਵੀ ਸੱਚਾਈ ਹੈ ਤੁਹਾਨੂੰ ਦੱਸ ਸਕਦੇ ਹਾਂ।
ਅਗਲੇ ਨੂੰ ਪਸੰਦ ਆਏ ਨਾ ਆਏ, ਮੇਰਾ ਕੰਮ ਹੈ ਤੁਹਾਨੂੰ ਜੋ ਇੱਕ ਰਿਐਲਿਟੀ ਨਾਲ ਤੁਹਾਨੂੰ ਇੱਥੇ ਰੂਬਰੂ ਕਰਾਉਣਾ। ਜੀ ਤੇ ਭਾਈ ਆ ਮਤਲਬ ਰਿਕਾਰਡਿੰਗ ਜਿਹੜੀ ਆ ਅੱਗੇ ਅੱਗੇ ਤੇ ਨਹੀਂ ਮਤਲਬ ਨਹੀਂ ਨਹੀਂ ਕੋਈ ਰਿਕਾਰਡਿੰਗ ਨਹੀਂ ਕਿਸੇ ਨੂੰ ਦੇਣੀ ਨਹੀਂ ਹੈ, ਇਹ ਸਿਰਫ ਤੁਹਾਡੇ ਲਈ ਹੈ। ਕੱਲ ਨੂੰ ਤੁਹਾਡੇ ਫਾਦਰ ਪੁੱਛਦੇ ਆ ਕਿ ਵੀ ਹਾਂ ਵੀ ਕੀ ਗੱਲ ਹੋਈ, ਤੁਸੀਂ ਉਹਨਾਂ ਨੂੰ ਦਿਖਾ ਸਕਦੇ ਕਿ ਹਾਂ ਵੀ ਕਰ ਦਾਂਗੇ। ਦਿਸ ਇਜ਼ ਓਨਲੀ ਫॉर ਯੂ, ਨਾਟ ਫॉर ਮੀ। ਮੈਂ ਤੇ ਇਹਨੂੰ ਡਿਲੀਟ ਕਰਨਾ ਕੱਲ ਦੇ ਬਾਅਦ, ਮੇਰੇ ਕੋਲ ਵੀ ਨਹੀਂ ਰਹਿਣਾ ਇਹ ਸਾਰਾ। ਅੱਛਾ ਠੀਕ ਹੈ ਇਹ ਤੁਹਾਡੇ ਸਕਾਈਪ ਤੇ ਹੀ ਰਹੇਗੀ, ਸਕਾਈਪ ਤੇ ਜਿਹੜਾ ਸਕਾਈਪ ਅਕਾਊਂਟ ਹੈ ਨਾ। ਹਾਂਜੀ ਹਾਂਜੀ ਅਜੇ ਤੁਹਾਡਾ ਸਕਾਈਪ ਅਕਾਊਂਟ ਬਣਿਆ ਨਹੀਂ ਹੈ, ਸਕਾਈਪ ਤੇ ਰਹੇਗੀ। ਸਕਾਈਪ ਤੇ 30 ਡੇਜ਼ ਤੱਕ ਰਹੇਗੀ, ਆਟੋਮੈਟਿਕਲੀ ਡਿਲੀਟ ਹੋ ਜਾਏਗੀ ਫਿਰ। ਸੇਵ ਹੋ ਸਕਦਾ ਬਈ ਇੱਥੇ ਸੇਵ ਦਾ ਆਪਸ਼ਨ ਹੁੰਦਾ ਹਾਂ, ਤੁਸੀਂ ਸੇਵ ਉਹਨੂੰ ਕਰਕੇ ਜਾਂ ਤੇ ਸੇਵ ਤੁਸੀਂ ਉਹਨੂੰ ਕਰਕੇ ਆਪਣਾ ਕੰਪਿਊਟਰ ਲੈਪਟਾਪ ਤੇ ਸਕਾਈਪ ਖੋਲੋਗੇ, ਉੱਥੇ ਜਾ ਕੇ ਉਹਨੂੰ ਖੋਲ ਕੇ ਐਂਡ ਦੈਨ ਰਾਈਟ ਕਲਿੱਕ ਕਰਕੇ ਯੂ ਕੈਨ ਸੇਵ ਐਜ਼ ਅ MP4 ਫਾਈਲ। ਅੱਛਾ ਜੀ ਹਾਂ ਹੋ ਜਾਏਗੀ, ਹੋ ਜਾਏਗੀ। ਠੀਕ ਹੈ ਭਾਈ ਠੀਕ ਹੈ ਠੀਕ ਤੇ ਜਾਂ ਤੇ ਇਹਨੂੰ ਜਾਂ ਪ੍ਰਾਈਵੇਟ ਪ੍ਰਾਈਵੇਟ ਤੁਸੀਂ ਉੱਥੇ ਸੇਵ ਕਰ ਲੈਣਾ ਆਪਣਾ ਕੋਈ ਜਿਹੜੇ ਗੂਗਲ ਡਰਾਈਵ ਤੇ ਇਸ ਤਰ੍ਹਾਂ ਕੋਈ ਕਲਾਉਡ ਤੇ ਨਾ, ਉੱਥੇ ਸੇਵ ਕਰ ਲੈਣਾ ਪ੍ਰਾਈਵੇਟ ਦੇ ਪਾਸਵਰਡ ਇਦਾਂ ਵੀ ਸੇਵ ਕਰ ਸਕਦੇ। ਉਹ ਮੈਂ ਦੇ ਲੈਣ ਤੇ ਭਾਈ ਜੇ ਤੁਹਾਡੇ ਨਾਲ ਦੁਬਾਰਾ ਗੱਲ ਕਰਨੀ ਹੋਵੇ ਤੇ ਫਿਰ ਚਾਰਜ ਦੇਣਾ ਪਊਗਾ ਦੁਬਾਰਾ ਕਿਉਂਕਿ ਮੇਰੇ ਕੋਲ ਤਾਂ ਭਾਈ ਥੋੜਾ ਔਖਾ ਹੈ ਪੈਸਾ ਨਹੀਂ, ਤੁਸੀਂ ਕੋਈ ਗੱਲ ਨਹੀਂ ਉਦਾਂ ਹੀ ਕਾਲ ਕਰ ਲੈਣਾ, ਡੋਂਟ ਵਰੀ ਅਬਾਊਟ ਚਾਰਜਸ ਦੀ, ਕੋਈ ਚੱਕਰ ਨਹੀਂ ਹੈ, ਤੁਸੀਂ ਉਦਾਂ ਹੀ ਕਾਲ ਕਰ ਲੈਣਾ। ਪਰ ਅਗਲਾ ਅਗਲਾ ਸਟੈਪ ਮੇਰੇ ਖਿਆਲ ਹੈ ਕਿ ਮੇਰੇ ਨਾਲ ਗੱਲ ਕਰਨ ਦਾ ਫਾਇਦਾ, ਕਿਉਂਕਿ ਇਨਫੋਰਮੇਸ਼ਨ ਸੇਮ ਹੈ, ਆਈ ਹੈਵ ਦ ਸੇਮ ਆਨਸਰ। ਅਗਰ ਨਹੀਂ ਤੋਂ ਰਿਲੇਟਡ ਨਹੀਂ ਭਾਈ ਮਤਲਬ ਉਹ ਦੂਜਾ ਕੋਈ ਕੇਸ ਹੈ ਜਿਹੜਾ ਘੁੰਮਣ ਵਾਲਾ ਆ ਪੈਸੇ ਪੂਸਿਆਂ ਦਾ ਜਿਹੜਾ ਭਾਈ ਉਹਦੇ ਰਿਗਾਰਡਿੰਗ ਮੈਂ ਕੁਝ ਪੁੱਛਣਾ ਹਾਂ, ਹੋਵੇ ਕੋਈ ਚੱਕਰ ਨਹੀਂ, ਕੋਈ ਚੱਕਰ ਨਹੀਂ। ਹਾਂ ਉਹਦੇ ਉਹਦੇ ਲਈ ਦੇਖੋ ਮੈਂ ਤੁਹਾਨੂੰ ਸਲਾਹ ਦੇ ਸਕਦਾ, ਕਿਉਂਕਿ ਆਈ ਐਮ ਨਾਟ ਅ ਲਾਇਰ। ਮੈਂ ਤੁਹਾਡੇ ਲਈ ਮੈਂ ਜਾਂ ਤੇ ਮੈਂ ਉਹਨੂੰ ਡਾਇਰੈਕਟਲੀ ਕਾਲ ਕਰਾਂਗਾ, ਤੇ ਮੇਰੇ ਕੋਲ ਅਥਾਰਟੀ ਹੋਣੀ ਚਾਹੀਦੀ ਕਿ ਹੂ ਐਮ ਆਈ, ਵਾਈ ਐਮ ਕਾਲਿੰਗ। ਮੈਂ ਉਹਨੂੰ ਦੱਸ ਸਕਦਾ ਕਿ ਭਾਈ ਐਵੇਂ ਕਹਿੰਦਾ ਭਾਈ ਤੁਸੀਂ ਪੈਸੇ ਦੇ ਦਿਓ, ਨਹੀਂ ਤਾਂ ਮੈਂ ਆਈ ਐਮ ਟੇਕਿੰਗ ਸਮ ਐਕਸ਼ਨ। ਸੋ ਆਈ ਕੈਨ ਡੂ ਦੈਟ, ਪਰ ਯੂ ਨੋ ਮੇਰਾ ਇੰਟਰਸਟ ਨਹੀਂ ਹੈ ਕਿ ਵੀ ਮੈਂ ਇਸ ਫਾਈਨੈਂਸ਼ੀਅਲੀ ਮੈਟਰ ਤੇ ਉਹਦੇ ਇਨਵੋਲਵ ਹਾਂ। ਮਤਲਬ ਕਿ ਤੁਹਾਡਾ ਰਾਈਟ ਹੈ, ਤੁਹਾਡੇ ਪੈਸੇ ਹੈ, ਤੁਸੀਂ ਉਹਨੂੰ ਇਸ ਚੀਜ਼ ਨੂੰ ਬਹੁਤ ਈਜ਼ੀ ਕਰ। ਹਾਂਜੀ ਹਾਂਜੀ ਭਾਈ ਠੀਕ ਠੀਕ ਹੈ ਜੀ ਤੇ ਬਸ ਇਹੀ ਭਾਈ ਗੱਲਬਾਤ ਤੇ ਹੋਰ ਤੇ ਬਾਕੀ ਪਾਪਾ ਕਹਿੰਦੇ ਸੀ ਗੱਲ ਗੁੱਲ ਕਰਨ ਨੂੰ ਕੁਛ ਦੀਦੀ ਬਾਰੇ, ਮੇਰੀ ਛੋਟੀ ਸਿਸਟਰ ਹੈ ਉਹ ਵੀ ਆਉਣ ਦਾ ਕਹਿੰਦੀ ਸੀ ਕੈਨੇਡਾ ਤੇ ਛੋਟੀ ਸੌਰੀ ਆਮ ਸੌਰੀ ਆਮ ਸੌਰੀ ਮੈਂ ਸਮਝ ਨਹੀਂ, ਛੋਟੀ ਸਿਸਟਰ ਹੈ ਉੱਥੇ ਇੰਡੀਆ ਜਿਹੜੀ ਹਾਂਜੀ ਭਾਈ ਅਨਮੈਰਿਡ? ਹਾਂਜੀ ਅਨਮੈਰਿਡ ਹੈ ਉਹ ਭਾਈ ਉਹ ਤੇ ਤੁਹਾਨੂੰ ਆਪ ਤੁਹਾਨੂੰ ਆਪ ਪਤਾ ਹੈ ਫਿਰ ਤੇ ਤੁਸੀਂ ਆਪ ਸਟੱਡੀ ਵੀਜ਼ਾ ਲੈ ਕੇ ਆਏ ਹੋ, ਉਹ ਵੀ ਇਸ ਤਰ੍ਹਾਂ ਆ ਸਕਦੀ ਹੈ ਸਟੱਡੀ ਵੀਜ਼ਾ ਲੈ ਕੇ? ਨਹੀਂ ਭਾਈ ਉਹਦਾ ਆ ਗਏ ਉਹਨੇ ਲਾਈ ਹੋਈ ਹੈ PNP ਲਾਈ ਹੈ ਅੱਛਾ ਉੱਥੇ ਇੰਡੀਆ ਅੱਛਾ ਹਾਂਜੀ ਉਹਦੇ ਪਤਾ ਨਹੀਂ 7 ਬੈਂਡ ਆਏ 6.5 ਨਾ 7 ਬੈਂਡ ਆਏ ਹਾਂਜੀ ਉਹ ਤੇ PNP ਲਾਈ ਹੈ ਤੇ ਫਿਰ PNP ਜਦ ਨੰਬਰ ਆਏਗਾ ਤਾਂ ਹੀ ਹੋਏਗਾ, ਉਹਦੇ ਵਿੱਚ ਤੁਸੀਂ ਵੀ ਕੁਛ ਨਹੀਂ ਕਰ ਸਕਦੇ, ਮੈਂ ਵੀ ਕੁਛ ਨਹੀਂ ਕਰ ਸਕਦਾ। ਹਾਂਜੀ ਉਹ ਕਹਿੰਦੇ ਕੋਈ ਗੱਲ ਕਰਨੀ ਪਾਪਾ ਨਾਲ ਜੇ ਹੋ ਸਕਦੀ ਹੈ ਮਤਲਬ ਤੁਸੀਂ ਕਰ ਸਕਦੇ ਹੋਣੇ ਨਹੀਂ ਨਹੀਂ ਮੈਂ ਗੱਲ ਕਰਨੀ ਹੁਣ ਮਿਲਾ ਲਓ ਹੁਣੇ, ਅਗਰ ਜੇ ਸਕਾਈਪ ਤੇ ਅਗਰ ਕਰਨਾ ਹੈ ਐਡ ਕਰਕੇ ਕਰ ਸਕਦੇ ਹੋ, ਬਾਕੀ ਟਾਈਮ ਬਹੁਤ ਹੋ ਗਿਆ ਮੇਰੇ ਖਿਆਲ, ਆਈ ਡੋਂਟ ਨੋ ਹੀ ਇਜ਼ ਅਵੇਕ। ਪਰ ਮਤਲਬ ਕਿਸ ਚੀਜ਼ ਦੇ ਬਾਰੇ ਗੱਲ ਕਰਦੀ, ਮਤਲਬ ਅਗਰ ਜੇ PNP ਫਾਈਲ ਆਈ ਹੈ ਉਹਨਾਂ ਦੇ ਮਤਲਬ ਉਹਦੇ ਕੁਝ ਕਰਨਾ, ਕੋਈ ਜੌਬ ਆਫਰ ਮੈਂ ਅਰੇਂਜ ਕਰ ਸਕਦਾ ਕਿਸ ਲਈ ਮਤਲਬ? ਹਾਂਜੀ ਕੁਝ ਹੋਰ ਆਪਸ਼ਨ ਪੁੱਛ ਰਹੇ ਆ ਤੂੰ ਰਿਗਾਰਡਿੰਗ ਕੀ ਹੋਰ ਮਤਲਬ ਕਿੱਦਾਂ ਆਇਆ ਜਾ ਸਕਦਾ ਹੋਰ ਹੋਰ ਕੋਈ ਤਰੀਕਾ ਨਹੀਂ ਹੈ? ਕੀ ਕੁਆਲੀਫਿਕੇਸ਼ਨ ਕੀ ਉਹਨਾਂ ਦੀ? ਉਹ ਜੀ ਗ੍ਰੈਜੂਏਸ਼ਨ ਕੀਤੀ ਆ ਤੇ ਉੱਥੇ ਕੰਪਨੀ ਕੰਮ ਲੱਗੇ ਆਪਣੇ ਨਾ ਭੁੱਲ ਗਿਆ ਮੈਂ ਇੰਜੀਨੀਅਰ ਸੀਗੇ ਮਤਲਬ ਇੰਜੀਨੀਅਰਿੰਗ ਕੰਪਨੀ ਹੈ ਭਾਈ ਉੱਥੇ ਉੱਥੇ ਕੰਮ ਕਰਦੇ ਆ 2-3 ਸਾਲ ਦਾ ਐਕਸਪੀਰੀਅੰਸ ਹੋ ਗਿਆ। ਅੱਛਾ ਅੱਛਾ ਉਹ ਤਾਂ ਫਿਰ ਏਜ ਏਜ ਕਿੰਨੀ ਹੈ? ਮੈਂ ਤਾਂ ਛੋਟੇ 2 ਸਾਲ ਛੋਟੇ ਮੈਂ 25 ਸਾਲ ਹੋ ਜੀ ਉਹ ਤਾਂ ਫਿਰ ਐਕਸਪ੍ਰੈਸ ਐਂਟਰੀ ਦੀ ਫਾਈਲ ਲੱਗੇਗੀ ਅਗਰ ਤੇ ਉਹਦੇ ਕੋਲ 3 ਸਾਲ ਦਾ ਐਕਸਪੀਰੀਅੰਸ ਹੈ ਬੈਚਲਰ ਡਿਗਰੀ ਹੈ। ਹਾਂਜੀ ਭਾਈ ਪਰ ਪੁਆਇੰਟ ਨਹੀਂ ਭਾਈ ਪੁਆਇੰਟ ਸ਼ਾਇਦ ਫਿਰ SINP ਦੇ ਪੁਆਇੰਟਸ ਵੀ ਨਹੀਂ ਬੰਦੇ ਸ਼ਾਇਦ, ਫਿਰ ਤੇ SINP ਦੇ ਪੁਆਇੰਟਸ ਵੀ ਸ਼ਾਇਦ ਬੰਦੇ ਨਹੀਂ ਹੈ। ਇਟ ਆਲ ਡਿਪੈਂਡਸ ਔਨ ਦ ਪੁਆਇੰਟ ਸਿਸਟਮ, ਜਿਸ ਤਰ੍ਹਾਂ ਹੁਣ SINP ਹੈ ਜਿਸ ਤਰ੍ਹਾਂ ਸੈਸਕਚੁਆਨ ਹੈ ਉੱਥੇ ਵੀ ਤੁਹਾਡੇ ਕੋਲ ਅਗਰ ਮਿਨੀਮਮ 70 ਪੁਆਇੰਟਸ ਨਹੀਂ ਹੈ ਤੁਹਾਡੇ, ਤੁਹਾਨੂੰ ਇੰਟਰਨੈਸ਼ਨਲੀ ਤੁਹਾਨੂੰ ਇਨਵਾਈਟੇਸ਼ਨ ਨਹੀਂ ਮਿਲੇਗੀ ਕਿਉਂਕਿ ਇਟ ਰਿਕੁਆਇਰਸ ਈਦਰ ਅ ਜੋਬ ਆਫਰ ਜਾਂ ਪੜ੍ਹਾਈ ਜਾਂ ਸਮਥਿੰਗ। ਸੋ ਇਸ ਕਰਕੇ ਪੁਆਇੰਟ ਤੁਹਾਡੇ ਕਿਸੇ ਵੀ ਨਹੀਂ ਬਣੇ, ਨਾ BC ਬਣੇ ਆ ਨਾ ਅਲਬਰਟਾ ਬਣੇ ਆ ਮੈਨਟੋਬਾ, ਕਿਸੇ ਵੀ ਪ੍ਰੋਵਿੰਸ ਪੁਆਇੰਟ ਬਣਨੇ ਨਹੀਂ ਹੈ। ਬੈਟਰ ਇਹ ਹੈ ਕਿ ਅਗਰ ਉਹ ਇੰਜੀਨੀਅਰ ਹੈ, ਅਗਰ ਉਹਦੇ ਕੋਲ ਇੰਜੀਨੀਅਰਿੰਗ ਕੀਤੀ ਹੈ ਤੇ ਉਹ ਵੀ ਸਰਟੀਫਿਕੇਟ ਲੈ ਕੇ ਆ ਜਾਏ, ਮਾਸਟਰ ਡਿਗਰੀ ਕਰ ਲੈ ਕੇ ਆ ਜਾਏ। ਮੈਂ ਉਹੀ ਭਾਈ ਪੈਸਿਆਂ ਦਾ ਚੱਕਰ ਨਾ ਹੁਣ ਆਉਣ ਨੂੰ ਤੇ ਆ ਜਾਣਾ ਜੀ 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 ਸਟੱਡੀ ਤੇ ਭਾਈ ਪੈਸਾ ਬਹੁਤ ਲੱਗ ਜਾਣਾ ਫਿਰ ਜੀ 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 ਬਸ ਇਹੀ ਇਹੀ ਚੱਕਰ ਹੈ, ਸਾਰਾ ਚੱਕਰ ਹੀ ਇਹੀ ਹੈ ਕਿਉਂਕਿ ਕੈਨੇਡਾ ਵਾਲੇ ਵੀ ਪੈਸੇ ਲੁੱਟ ਰਹੇ ਸਾਰੇ ਸਟੂਡੈਂਟਾਂ ਤੋਂ। ਇੱਥੇ ਹਰ ਇੱਕ ਸਾਲ
करीब 2 लाख स्टूडेंट आ रहे हैं, तो 2 लाख स्टूडेंट करीब करीब मल्टीप्लाई कर लो, एटलीस्ट एवरीबडी इज ब्रिंगिंग 30-35 हज़ार डॉलर लेके आ रहे हैं फॉर्म, तो तुझे देख लो कितनी कमाई हो रही है कैनेडा। हाँ जी, पर इकोनॉमी तो बढ़ रही है बहुत। हाँ, ये स्टूडेंट आते हैं सिर्फ ही बात कर रहे हैं। सही है, सही ठीक है भाई, बस यही गलबात। बेटर ये है कि सिस्टर जी छोटी सिस्टर है, अगर अगर है तो ताडे को, अगर अगर उधर ही है अपना अमेरिका भी है उधर रिलेशनशिप, अगर ते बेटर है कि अमेरिका ही चली जाए, उससे पढ़ाई उधर भी जा सकती है पढ़ाई दे पैसे, कल नु शायद उधर भी रिश्ता हो सकता है उन्होंने, आई डोंट नो के भी की उन्होंने। हां जी, हां जी, मतलब ਤੁਸੀਂ ਕਹ ਰਹੇ ਆਪਣੇ ਵਿਆਹ ਕਰਾ ਕੇ ਉੱਥੇ ਜਾਣ। ਨਹੀਂ ਨਹੀਂ ਵਿਆਹ ਤੇ ਅਗਰ ਹੋ ਗਿਆ ਤਾਂ ਫਿਰ ਤਾਂ ਵਧੀਆ ਹੈਗਾ, ਜੇ ਸਟੂਡੈਂਟ ਬਣ ਕੇ ਵੀ ਅਮਰੀਕਾ ਚਲੇ ਗਈ ਤੇ ਵਿਆਹ ਜਿਸ ਵੇਲੇ ਅਮਰੀਕਾ ਰਹੇਗੀ ਤੇ ਵਿਆਹ ਦੇ ਰਿਸ਼ਤੇ ਆਟੋਮੈਟਿਕਲੀ ਹੋ ਜਾਂਦੇ ਆ ਫਿਰ, ਕਿਉਂਕਿ ਜਦ ਤੁਸੀਂ ਲੋਕਲ ਰਹੋਗੇ ਤੇ ਵਿਆਹ ਦੇ ਰਿਸ਼ਤੇ ਆਟੋਮੈਟਿਕਲੀ ਆਣੇ ਸ਼ੁਰੂ ਹੋ ਜਾਂਦੇ। ਹਾਂਜੀ, ਹਾਂਜੀ, ਠੀਕ ਹੈ ਭਾਈ, ਬਸ ਆਹੀ ਗੱਲਬਾਤ ਸੀਗੀ, ਹੋਰ ਤੇ ਹੁਣ ਚੇਤਾ ਨਹੀਂ ਆ ਰਿਹਾ, ਪਾਪਾ ਕਹਿੰਦੇ ਸੀ ਗੱਲ ਗੁਲ ਕਰਨ। ਨਹੀਂ ਨਹੀਂ ਤੁਸੀਂ ਇਹ ਦੋਨੋਂ ਰਿਕਾਰਡਿੰਗ ਨਾ, ਤਾਂ ਹੀ ਕਰਕੇ ਰਿਕਾਰਡਿੰਗ ਇਹ ਵਧੀਆ ਰਹੇਗੀ, ਰਿਕਾਰਡਿੰਗ ਕਰਕੇ ਉਹਨਾਂ ਨੂੰ ਸੇਵ ਕਰ ਲੈਣਾ, ਜਿੱਦਾਂ ਹੀ ਤੁਸੀਂ ਆਪਣਾ ਸਕਾਈਪ ਤੇ ਲੌਗ ਆਨ ਕਰਨਾ, ਸਕਾਈਪ ਉਸ ਔਨ ਦਾ ਲੈਪਟਾਪ, ਫਿਰ ਤੁਹਾਨੂੰ ਇਹ ਦੋ ਨਜ਼ਰ ਆ ਜਾਣਗੇ, ਤੇ ਅਗਰ ਨਹੀਂ ਹੈ ਤਾਂ ਫਿਰ ਮੈਂ ਵੀ ਸ਼ਾਇਦ ਅਗਰ ਇਫ ਆਈ ਕੈਨ ਸੇਵ ਇਟ ਆਈ ਵਿਦ ਯੂ, ਮੈਂ ਤੇ ਫਿਰ ਅਗਰ ਜੇ ਮੇਰੇ ਕੋਲ ਤੇ ਸਿਸਟਮ ਹੈ ਯੂਟਿਊਬ ਤੇ ਨਾ, ਇੱਕ ਪ੍ਰਾਈਵੇਟ ਹੈ ਮਤਲਬ ਕੋਈ ਪਬਲਿਕ ਕੋਈ ਦੇਖ ਨਹੀਂ ਸਕਦਾ, ਉੱਥੇ ਤੁਹਾਨੂੰ ਇੱਕ ਪਾਸਵਰਡ ਕਰਕੇ ਤੁਹਾਨੂੰ ਦੇ ਸਕਦਾ, ਮਤਲਬ ਕਿ ਤੁਸੀਂ ਦੇ ਸਕਦੇ ਹੋ, ਬਸ ਹੋਰ ਕੋਈ ਦੇਖ ਨਹੀਂ ਸਕਦਾ, ਉਹ ਵੀ ਮੈਂ ਤੁਹਾਨੂੰ ਦੇ ਦੇਗਾ, ਤੁਸੀਂ ਉੱਥੋਂ ਵੀ ਉਹਨਾਂ ਨੂੰ ਸ਼ੇਅਰ ਕਰ ਸਕਦੇ ਆਪਣੇ ਫਾਦਰ ਨੂੰ, ਤੇ ਜਿਸ ਤਰ੍ਹਾਂ ਸਾਰੀ ਰਿਕਾਰਡਿੰਗ ਹੈ ਆਪਣੇ ਘਰ ਆਪਣੇ ਲੈਪਟਾਪ ਤੋਂ ਖੋਲ ਕੇ ਸਾਰੇ, ਉਹ ਸਾਡੀ ਗੱਲਬਾਤ ਨੂੰ ਸੁਣ ਸਕਦੇ। ਠੀਕ ਹੈ, ਠੀਕ ਹੈ ਭਾਈ, ਹੁਣ ਤੇ ਮੈਨੂੰ ਕੋਈ ਗੱਲ ਚੇਤੇ ਨਹੀਂ ਆ ਰਹੀ ਭਾਈ, ਫਿਰ ਪੁਆਇੰਟ ਲਿਖੇ ਸੀ ਤੇ ਤੂੰ ਤੇ ਹੋ ਗਏ ਪੂਰੇ, ਹਾਂਜੀ ਭਾਜੀ ਬਸ ਆਹੀ ਆ। ਚਲੋ ਕੋਈ ਗੱਲ ਨਹੀਂ, ਥੈਂਕ ਯੂ ਵੈਰੀ ਮਚ, ਗੁੱਡ ਲੱਕ, ਹਾਂਜੀ ਹਾਂਜੀ, ਤੇ ਕਰੋ ਆਪਣਾ ਰਿਸ਼ਤੇ ਦਾ ਗਿਵ ਮੀ ਸਮ, ਮੈਂ ਦੇਖਦਾ ਭਾਈ, ਹਾਂਜੀ ਅਮਰੀਕਾ ਹੀ ਮੂਵ ਹੋਣੇ ਫਿਰ, ਹੋਰ ਕੋਈ ਬੈਟਰ ਆਪਸ਼ਨ ਤੇ ਹੈ ਨਹੀਂ, ਕੋਈ ਅੱਜ ਨਹੀਂ ਤਾਂ ਕੱਲ ਪਤਾ ਲੱਗ ਹੀ ਜਾਣਾ। ਹਾਂਜੀ ਜੀ 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 ਯੈਸ ਯੈਸ ਆਲਵੇਜ਼ ਅ ਗੁੱਡ ਆਈਡੀਆ, ਤਾਂ ਜਿੱਥੇ ਲਕੋ ਉਹਦਾ ਕੋਈ ਫਾਇਦਾ ਤੇ ਹੈ ਨਹੀਂ ਜੀ ਜੀ। ਤੇ ਤੁਹਾਡੇ ਹਿਸਾਬ ਨਾਲ ਮਤਲਬ ਭਾਈ ਫਿਰ ਪੂਰਾ 2 ਸਾਲ ਪੂਰੇ ਕਰਕੇ ਫਿਰ ਜਾਵਾਂ ਹਨਾ, ਇਹਨਾਂ ਨੂੰ ਦੱਸਣ ਦੀ ਲੋੜ ਤੇ ਹੈ ਨਹੀਂ। ਇਹ ਤੁਹਾਡੀ ਕੈਲਕੂਲੇਸ਼ਨ ਹੈ, ਜੇਕਰ ਰਿਸ਼ਤਾ ਤੁਹਾਨੂੰ ਹੁਣੇ ਮਿਲ ਗਿਆ 2-3 ਮਹੀਨੇ ਦਾ ਰਿਸ਼ਤਾ ਮਿਲ ਗਿਆ, ਫਿਰ ਤੇ ਤੁਹਾਡਾ ਗ੍ਰੀਨ ਕਾਰਡ ਦਾ ਐਪਲੀਕੇਸ਼ਨ ਉਹਨਾਂ ਨੇ ਫਾਈਲ ਕਰ ਦੇਣੀ ਹੈ, ਗ੍ਰੀਨ ਕਾਰਡ ਐਪਲੀਕੇਸ਼ਨ ਕਰਦੇ ਕਰਦੇ 1 ਸਾਲ ਲੱਗ ਜਾਏਗਾ, ਜੀ ਹਾਂਜੀ, ਤਦ ਤੱਕ ਤੁਹਾਡਾ ਇਹ ਵਰਕ ਪਰਮਿਟ ਵੀ ਪੂਰਾ ਹੋ ਜਾਏਗਾ, ਜਦ ਤੱਕ ਤੁਸੀਂ ਆਪਣੇ ਆਪਣਾ ਕੰਮ ਕਰਕੇ ਆਪਣੇ ਪੈਸੇ ਕਮਾਓ। ਹਾਂਜੀ ਹਾਂਜੀ, ਮੇਰਾ 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 ਮਤਲਬ 2 ਸਾਲ ਪਹਿਲਾਂ ਪਹਿਲਾਂ ਕੁਝ ਹੋ ਜਾਏ। ਹਾਂਜੀ ਹਾਂਜੀ ਭਾਜੀ, ਉਹਦੇ ਮੈਂ ਟਰਾਈ ਕਰੂੰਗਾ ਭਾਜੀ, ਇੱਕ ਵਿੱਚ ਹੀ ਗੱਲ ਬਣ ਜੂ ਕੋਈ। ਤੇ ਭਾਈ ਮਤਲਬ LMI ਆਪਸ਼ਨ ਹੈ ਵਰਕ ਪਰਮਿਟ ਲਈ, ਹੋਰ ਕੋਈ ਆਪਸ਼ਨ ਨਹੀਂ ਹੈ? ਜੇ ਇੱਕ ਹਾਂ ਸੱਚ ਅਸਾਈਲਮ ਦਾ ਪੁੱਛਣਾ ਸੀ ਭਾਜੀ, ਜੇ ਬੋਰੇ ਵਿਸਰ ਲੈ ਕੇ ਬਾਹਰ ਆਇਆ। 2 ਸਾਲ ਤੁਹਾਡੇ ਕੋਲ ਹੈ, ਇਨਫ ਟਾਈਮ ਹੈ 2 ਸਾਲ। ਹਾਂਜੀ ਭਾਈ, ਆਹੀ ਕਰਨਾ ਪੈਣਾ ਹੁਣ, ਆਪਸ਼ਨ ਲੱਗਦਾ ਨਹੀਂ। ਹਾਂਜੀ ਠੀਕ ਹੈ, ਠੀਕ ਹੈ, ਚਲੋ ਭਾਈ, ਧੰਨਵਾਦ ਬਹੁਤ ਬਹੁਤ ਤੁਹਾਡਾ। ਠੀਕ ਹੈ ਜੀ, ਥੈਂਕ ਯੂ, ਥੈਂਕ ਯੂ ਭਾਈ, ਸਤਿ ਸ਼੍ਰੀ ਅਕਾਲ।